ਘੜੀ ਚਾਹੀਦੀ ਤੈਨੂੰ? ਕੋਈ ਨਵਾਂ ਘੜੀ ਮੰਗਾ ਦੇਣਾ ਤੈਨੂੰ, ਕਿਹੜੀ ਇਹੋ ਜਿਹੀ ਚਾਹੀਦੀ? ਇਹੋ ਜਿਹੀ ਘੜੀ ਜਿਹੋ ਜਿਹੀ ਸਰਪੰਚ ਦੀ ਆ? ਸਰਪੰਚ ਆ ਤੇਰੀ ਘੜੀ ਕਹਿੰਦਾ ਚਾਹੀਦੀ ਆ? ਨਹੀਂ ਦੇਖਿਆ ਸਰਪੰਚ ਦਾ ਜਿਗਰਾ, ਕਹਿੰਦਾ ਲੈ ਲੋ, ਇੰਨੀਆਂ ਘੜੀਆਂ ਆਪਦੀਆਂ ਦੇ ਚੁੱਕਿਆ, ਰੇੜੂਏ ਕਿੰਨੇ ਦੇਤੇ ਨੇ। ਫੋਨ ਕਰਨਾ ਕੋਈ ਨਾ ਕਰ ਲਿਓ। ਹਾਂ ਸੰਤੋਸ਼ ਕਿਵੇਂ, ਗੱਲ ਕਰ ਲੈਂਦੇ ਮੰਮੀ ਨੇ? ਮੁਖਤਿਆਰ ਨੂੰ ਨੀ ਲਿਆਉਣਾ ਆਪਾਂ, ਉਹਨੇ ਤੇਰੇ ਨਾਲ ਇੰਨੀ ਤਸ਼ੱਦਦ ਕੀਤਾ, ਉਹਨੂੰ ਕਾਹਤੋਂ ਲੈ ਕੇ ਆਉਣਾ ਇੱਥੇ? ਪੱਪੂ ਉਰੇ ਆ, ਨਹਾ ਲਿਆ? ਅੱਬਾ ਪੱਪੂ ਨਹਾ ਲਿਆ ਤੂੰ? ਨਹਾ ਕੇ ਚੱਲ ਜਾ, ਕੱਪੜੇ ਚੇਂਜ ਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੀਆਂ ਬਹੁਤ ਹੀ ਜ਼ਰੂਰੀ ਕੁਛ ਰਿਕੁਆਇਰਮੈਂਟਸ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਆਵਾਜ਼ ਦੇਖਿਓ ਤੇ ਸੁਪਨਿਆਂ ਦੇ ਘਰ ਵਿੱਚ ਇਹ ਸਵੇਰ ਦਾ ਸਮਾਂ ਵਾ ਤੇ ਅੱਜ ਤੁਸੀਂ ਦੇਖਦੇ ਹੋ ਕਿਵੇਂ ਸਾਡੇ ਬਾਪੂ ਬਜ਼ੁਰਗ ਸ਼ਾਮੇ ਬੈਠੇ ਆ। ਗਰਮੀ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਆ, ਬਹੁਤ ਹੀ ਜ਼ਿਆਦਾ ਟੈਂਪਰੇਚਰ ਪੂਰਾ ਵੱਧਦਾ ਜਾ ਰਿਹਾ ਪੰਜਾਬ ਦਾ। ਕੂਲਰ ਲਾਏ ਹੋਏ ਨੇ, ਉਧਰ ਨਹੀਂ ਜਾਣਾ, ਕੱਪੜੇ ਨਹੀਂ ਪਾਏ ਹੋਏ ਬੰਦਿਆਂ ਦੇ। ਇੱਧਰ ਇਸ਼ਨਾਨ ਹੋ ਰਹੇ ਨੇ ਬਾਪੂ ਬਜ਼ੁਰਗਾਂ ਦੇ, ਉਧਰ ਦੇਖਿਓ ਜਾ ਕੇ ਵਲੰਟੀਅਰ ਕੋਈ ਤੇ ਇਸ਼ਨਾਨ ਹੋ ਕੇ ਜਿਵੇਂ ਰੋਜ਼ ਦੀ ਜ਼ਿੰਮੇਵਾਰੀ ਆ, ਡਿਊਟੀ ਆ, ਦਸਤਾਰਾਂ ਬੰਨੀ ਜਾਂਦੇ ਨੇ। ਵੀਰ ਆ ਜਾਓ ਇੱਧਰ ਨੂੰ ਕਾਕਾ। ਤੇ ਅਰਮਾਨ ਕਿਵੇਂ ਪੁੱਤ? ਤੇ ਸੁਪਨਿਆਂ ਦੇ ਘਰ ਦੀ, ਸੁਪਨਿਆਂ ਦੀ ਬਿਲਡਿੰਗ ਬਣੀ ਜਾਂਦੀ ਆ ਹਨਾ। ਇੱਕ ਲੈਂਟਰ ਹਜੇ ਜਿਹੜਾ ਉੱਪਰਲੀ ਫਲੋਰ ਦੇ ਦੋ ਲੈਂਟਰ ਪੈਣ ਵਾਲੇ ਆ ਤੇ ਉਹਦੇ ਵਾਸਤੇ ਸੀਮੈਂਟ ਸਰੀਆ ਦਾ ਚਾਹੀਦਾ ਹੀ ਆ। ਸਾਡੀਆਂ ਇੱਕ ਦੋ ਜ਼ਰੂਰੀ ਜਿਹੜੀਆਂ ਸਾਡੀਆਂ ਜ਼ਰੂਰਤਾਂ ਵਾ, ਇੱਕ ਤਾਂ ਕੁੜਤੇ, ਰਾਮ ਰਾਮ ਬੇਟਾ, ਕੁੜਤੇ ਪਜਾਮੇ ਦਾ ਕੱਪੜਾ ਬੇਨਤੀ ਕਰੀ ਸੀ ਸੰਗਤ ਨੂੰ। ਉੱਥੇ ਕਾਲਜੀ ਟੇਲਰ ਆ ਜਿਹੜਾ ਵੀਰ ਸਾਡਾ ਬੱਟੂ ਜੀ ਜਲੰਧਰ, ਉਹਨਾਂ ਕੋਲੋਂ ਕੁੜਤੇ ਪਜਾਮੇ ਦਾ ਕੱਪੜਾ ਲੈਣਾ ਆਪਾਂ। ਕਰੀਬ 500 ਕੁੜਤਾ ਪਜਾਮਾ ਜਿਹੜਾ ਨੀਲਾ ਵਾ ਤੇ 500 ਹੀ ਕੁੜਤਾ ਪਜਾਮਾ ਵਾ ਜਿਹੜਾ ਕੌਫੀ ਕਲਰ ਦਾ ਵਾ। ਤੇ ਉਹ ਕੁੜਤੇ ਪਜਾਮੇ ਜਿਵੇਂ ਹੁਣ ਤੁਸੀਂ ਦੇਖਦੇ ਹੋ ਸਾਡੇ, ਬੈਠ ਜਾਓ ਵੀਰੇ, ਬੈਠੋ 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 ਜੀ, ਬੈਠੋ ਬੈਠੋ। ਸਤਿ ਸ਼੍ਰੀ ਅਕਾਲ ਵੀਰੇ, ਹੋਰ ਠੀਕ ਆ ਬਾਈ? ਠੀਕ ਹੈ ਸਿੱਧਾ ਹੁਣ ਤੇਰੀਆਂ। ਇਹ ਵੀਰਾ ਸਾਡਾ ਉਹ ਆ ਜਿਹੜਾ ਵੀਰਾ ਕੈਨੇਡਾ ਤੋਂ ਆਇਆ ਸੀਗਾ ਤੇ ਸਮੱਸਿਆ ਆ ਗਈ ਸੀਗੀ, ਉੱਥੇ ਵੀਰੇ ਨੂੰ ਡਿਪਰੈਸ਼ਨ ਚਲਾ ਗਿਆ ਸੀ। ਜਹਾਜ਼ 'ਚ ਬੈਠੇ ਬੈਠੇ ਨੇ ਆਪਣਾ ਫੋਨ ਭੰਨਤਾ ਤੇ ਜਦੋਂ ਫੋਨ ਭੰਨਿਆ ਤੇ ਫੜ ਕੇ ਉਹਨੂੰ ਸਿੱਧਾ ਕਰਤਾ ਤੇ ਉਹਨੂੰ ਅੱਗ ਲੱਗ ਗਈ ਫੋਨ ਨੂੰ, ਤੇ ਉੱਥੇ ਵੀਰ ਨੂੰ ਅਰੈਸਟ ਕਰ ਲਿਆ ਉੱਤਰਦੇ ਨੂੰ। ਫਿਰ ਜਮਾਨਤ ਤੇ ਆਇਆ ਵੀਰਾ, ਹੁਣ ਸਾਡੇ ਕੋਲ ਠੀਕ ਆ ਵੀਰਾ, ਬਿਲਕੁਲ ਸਾਡੇ ਨਾਲ ਸੇਵਾ ਵੀ ਕਰਾਉਂਦਾ। ਬਾਈ ਦਾ ਪਿੰਡ ਕਿਹੜਾ ਵੀਰੇ ਤੇਰਾ? ਮਾਣੂਕੇ ਪੰਮੀਪੁਰ ਮਾਣੂਕੇ। ਹਾਂਜੀ ਹਾਂਜੀ ਠੀਕ ਆ ਬਾਈ, ਹੋਰ ਠੀਕ ਆ? ਠੀਕ ਆ। ਕੀ ਨਾਮ ਬਾਈ ਤੇਰਾ? ਮਨਿੰਦਰਪਾਲ ਸਿੰਘ। ਮਨਿੰਦਰਪਾਲ, ਠੀਕ ਆ ਮਨਿੰਦਰ ਵੀਰੇ। ਹਾਂਜੀ ਬਾਪੂ ਕਿਵੇਂ ਆ ਮਨਿੰਦਰ? ਠੀਕ ਆ। ਹੁਣ ਸਰਪੰਚ ਕਿਵੇਂ ਲਾਈ ਬੈਠਾ ਪੰਚਾਇਤ? ਹੁਣ ਸਰਪੰਚ ਸਾਡਾ ਪੰਚਾਇਤ ਲਾਈ ਬੈਠਾ, ਸਾਡੀ ਦੁਨੀਆ ਅਲੱਗ ਆ ਇੱਕ ਅੰਦਰ। ਬਾਹਰ ਦੁਨੀਆ 'ਚ ਵੋਟਾਂ ਪੈ ਰਹੀਆਂ, ਬਹੁਤ ਕੁਛ ਹੋ ਰਿਹਾ, ਪਰ ਸਾਡੇ ਕੋਲੇ ਬੇਨਤੀ ਕਰੀ ਸੀ ਪਹਿਲਾਂ ਵੀ, ਫਿਰ ਕਰਦੇ ਹਾਂ ਵੀ ਨਾ ਹੀ ਕੋਈ ਵੋਟਾਂ ਵਾਲਾ ਆਵੇ ਸਾਡੇ ਕੋਲੇ, ਨਾ ਹੀ ਅਸੀਂ ਭਾਈ ਵੋਟਾਂ ਵਾਲੇ ਨਾਲ ਕਿਸੇ ਨਾਲ ਜਾਣਾ ਤੇ ਨਾ ਹੀ ਸਾਡਾ ਕੋਈ ਵੋਟਾਂ ਵਾਲੇ ਨਾਲ ਸੰਬੰਧ ਆ ਤੇ ਨਾ ਹੀ ਅਸੀਂ ਰੱਖਣਾ। ਸਾਡਾ ਆ ਇੱਕ ਆਪਣੇ ਇੱਕ ਲੋਕਤੰਤਰ ਆ, ਆ ਸਾਡਾ ਆਪਣਾ ਹੀ ਇੱਕ ਸੰਸਾਰ ਆ, ਸਾਡੀ ਆਪਣੀ ਇੱਕ ਦੁਨੀਆ ਵਾ, ਸਾਡਾ ਆਪਣਾ ਹੀ ਇੱਕ ਦੇਸ਼ ਆ ਇਹ ਭਾਰਤ ਦੇਸ਼। ਸਾਡੇ ਹਰ ਇੱਕ ਜਾਤੀ ਦਾ, ਹਰ ਇੱਕ ਧਰਮ ਦਾ, ਹਰ ਇੱਕ ਕਾਸਟ ਆ ਇੱਥੇ
ਸੁਪਨਿਆਂ ਦੇ ਘਰ ਵਿੱਚ ਮੈਂਬਰ ਰਹਿੰਦਾ, ਮੰਦਿਰ ਦੇ ਵਿੱਚ ਮੱਥਾ ਟੇਕਣ ਵਾਲਾ ਵੀ ਆ, ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਵਾਲਾ ਵੀ ਆ, ਦਰਗਾਹ ਤੇ ਜਾਣ ਵਾਲਾ ਵੀਰ ਵੀ ਆ ਤੇ ਗਿਰਜੇ ਤੇ ਜਾਣ ਵਾਲਾ ਵੀ ਵੀਰ, ਮਾਵਾਂ ਵੀ ਆ, ਭੈਣਾਂ ਵੀ ਆ, ਬੱਚੇ ਵੀ ਆ, ਬਜ਼ੁਰਗ ਵੀ। ਤੇ ਅੱਜ ਸਾਡੀਆਂ ਜ਼ਰੂਰਤਾਂ ਜੀ ਕੁਛ ਬਹੁਤ ਜ਼ਰੂਰੀ ਆ। ਇੱਕ ਤਾਂ ਕੁੜਤੇ ਪਜਾਮੇ ਦਾ ਕੱਪੜੇ ਦੀ ਲੋੜ ਆ, ਇੱਕ ਕੂਲਰ ਲੱਗਣੇ ਵੱਡੇ, ਹੈ ਨਾ, ਕੂਲਰਾਂ ਦੀ ਏਅਰ ਵਾਸ਼ਰ ਜਿਹੜੇ ਲੱਗਣੇ ਆ ਉਹਨਾਂ ਦੀ ਸੇਵਾ ਵਾਸਤੇ ਕੁਛ ਭੈਣਾਂ ਭਰਾਵਾਂ ਨੇ ਸਹਿਯੋਗ ਕੀਤਾ ਵੀ ਆ ਕੁੜਤੇ ਪਜਾਮਿਆਂ 'ਚ ਵੀ ਤੇ ਕੂਲਰ 'ਚ ਵੀ, ਪਰ ਹਜੇ ਪੈਂਡਿੰਗ ਆ ਕਾਫੀ ਸਮਾਨ, ਹੈ ਨਾ। ਇੱਕ ਭੈਣ ਦਾ ਧੰਨਵਾਦ ਆ ਰਜਿੰਦਰ ਕੌਰ ਜੀ ਦਾ, ਜਿਨ੍ਹਾਂ ਨੇ ਬੱਚਿਆਂ ਦੇ ਬਿੱਡਾਂ ਦਾ, ਪਲਾਈਆਂ ਦਾ ਜਾਂ ਹੋਰ ਕਾਰਜਾਂ ਦੇ ਵਿੱਚ ਸਾਡਾ ਹਿੱਸਾ ਪਾਇਆ, ਹੈ ਨਾ, ਜਿਨ੍ਹਾਂ ਨੇ, ਬਹੁਤ ਧੰਨਵਾਦ ਆ ਉਹਨਾਂ ਦਾ। ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ, ਤੰਦਰੁਸਤੀ ਬਖਸ਼ੇ। ਤੇ ਇੱਦਾਂ ਹੀ ਇੱਕ ਸਾਨੂੰ ਵੀਰ ਚਾਹੀਦੇ ਜਿਹੜੇ ਵੈਲਡਿੰਗ ਕਰਦੇ ਆ, ਜਿਹੜੇ ਲੋਹੇ ਦੀ ਵੈਲਡਿੰਗ ਕਰਦੇ ਆ, ਵੈਲਡਰ ਹੁੰਦੇ ਜਿਹੜੇ ਵੀਰ, ਉਹ 2-4 ਦਿਨ ਜੇ ਵੀਰਾਂ ਕੋਈ ਸੇਵਾ ਕਰਾ ਸਕਦੇ ਨੇ, ਸਮੇਂ 'ਚ ਸਮਾਂ ਕੱਢ ਕੇ ਆ ਸਕਦੇ ਨੇ ਇੱਥੇ, ਇੱਕ ਦਿਨ 2 ਦਿਨ ਲਵਾ ਜਾਣ, ਕਿਉਂਕਿ ਜੰਗਲੇ ਬਣਨ ਵਾਲੇ ਆ। ਜਿਵੇਂ ਤੁਸੀਂ ਦੇਖਦੇ ਹੋ ਉੱਪਰਲਾ ਫਲੋਰ ਆ, ਇਹਦੇ ਉੱਪਰਲੇ ਫਲੋਰ ਦੇ ਜਿਹੜੇ ਸਾਹਮਣੇ ਜਾਲੀ ਲੱਗੀ ਹੋਈ ਹੈ, ਲੋਹੇ ਦੀਆਂ ਪਾਈਪਾਂ ਲੱਗੀਆਂ ਵੀ ਉੱਪਰੋਂ ਕੋਈ ਡਿੱਗ ਨਾ ਪਵੇ, ਉਹ ਲੱਗਣ ਵਾਲੀਆਂ ਵਾ। ਤੇ ਇੱਕ 2 ਟੈਂਪਰੇਰੀ ਵਾਰਡ ਆ ਜਿਹੜੀ ਬਾਹਰਲੀ, ਉਹਦੇ 'ਚ ਸ਼ੈੱਡ ਪੈਣ ਵਾਲਾ ਵਾ, ਸ਼ੈੱਡ ਦੀ ਬਹੁਤ ਸਮੱਸਿਆ ਆ ਰਹੀ ਆ। ਤੇ ਹੁਣ ਜਿਹੜੇ ਮਰੀਜ਼ ਆ ਗਰਮੀ ਦੇ ਵਿੱਚ ਬਹੁਤ ਪਰੇਸ਼ਾਨ ਹੁੰਦੇ ਆ ਬਾਹਰ, ਹੈ ਨਾ, ਤੇ ਜਿਹੜੇ ਕੋਈ ਸ਼ੈੱਡ ਪਾਉਣ ਵਾਲੇ ਵੀਰ ਆ, ਜੇ ਉਹ 1-2 ਦਿਨ ਲਵਾ ਜਾਣ ਸਾਡੇ ਨਾਲ ਕੇ, 2 ਦਿਨਾਂ 'ਚ ਸ਼ੈੱਡ ਪੈ ਜਾਣਾ। ਕੋਈ ਬਾਹਲਾ ਵੱਡਾ ਏਰੀਆ ਨਹੀਂ ਹੈਗਾ, ਮਤਲਬ ਉਹ 60x33 ਦਾ ਸ਼ੈੱਡ ਪੈਣਾ, 60x33 ਦਾ ਇੱਕ, ਹੈ ਨਾ। ਤੇ ਇੱਕ ਜਿਹੜਾ ਮੱਝਾਂ ਦਾ ਸ਼ੈੱਡ ਪੈਣਾ ਉੱਧਰ, ਉਹ 60x60 ਦਾ ਹੈਗਾ ਵਾ। ਤੇ ਇਹਦੇ ਵਿੱਚ ਜ਼ਰੂਰ ਸਾਡਾ ਸਹਿਯੋਗ ਦਿਓ। ਇੱਕ ਲੱਕੜ ਦੇ ਮਿਸਤਰੀ ਚਾਹੀਦੇ ਆ, ਜਿਹੜੇ ਕਾਰਪੈਂਟਰ ਹੁੰਦੇ ਆ ਨਾ ਵੀਰੇ, ਜਿਹੜੇ ਲੱਕੜ ਦਾ ਕੰਮ ਜਾਣਦੇ ਆ। ਹੁਣ ਜਿਵੇਂ ਬੱਚਿਆਂ ਦੇ ਬੈੱਡ ਬਣਾਉਣੇ ਆ, ਹੈ ਨਾ, ਤੇ ਜਿਹੜੇ ਬਾਪੂ ਪਾਕ ਸਿੰਘ ਕਿਵੇਂ ਆ, ਤੇ ਦਰਵਾਜ਼ੇ ਬਾਰੀਆਂ ਬਣਦੀਆਂ, ਹੈ ਨਾ, ਉੱਪਰਲੀਆਂ, ਉੱਪਰਲੇ ਫਲੋਰ ਦੀਆਂ, ਤੇ ਇਹ ਸਾਰੇ ਕਾਰਜਾਂ ਦੇ ਵਾਸਤੇ ਸਾਨੂੰ ਲੱਕੜ ਦੇ ਮਿਸਤਰੀਆਂ ਦੀ ਲੋੜ ਹੈਗੀ ਆ। ਤੇ ਇਸੇ ਤਰ੍ਹਾਂ ਹੀ ਸਾਨੂੰ ਰਾਜ ਮਿਸਤਰੀ ਚਾਹੀਦੇ ਆ, ਹੁਣ ਥੱਲਿਓਂ ਕੰਧਾਂ ਚੱਕਣੀਆਂ, ਕੌਲੇ ਕਰਨੇ ਆ, ਕਿਚਨ ਦਾ ਕੰਮ ਕਰਨ ਵਾਲਾ ਪਿਆ ਵਾ, ਛੋਟੇ ਛੋਟੇ ਕੰਮ, ਏਡਾ ਵੱਡਾ ਘਰ ਆ। ਮੰਨ ਲਓ ਇੱਕ ਪਿੰਡ ਵੱਸਦਾ ਇੱਥੇ, ਹੈ ਨਾ, 700 ਬੰਦਾ ਰਹਿੰਦਾ, 600, ਮੰਨ ਲਓ 596 ਮੈਂਬਰ ਤਾਂ ਸਾਡੇ ਪਰਿਵਾਰ 'ਚ ਆ, ਮੈਂ ਤਾਂ ਹੁਣ 98 ਹੋ ਗਏ, 2 ਹੋਰ ਵੱਧ ਗਏ ਸੀ, ਪਰ 100 ਦੇ ਕਰੀਬ ਸੇਵਾਦਾਰ ਰਲ ਕੇ 700 ਮੈਂਬਰ ਅਸੀਂ ਇੱਥੇ ਸੁਪਨਿਆਂ ਦੇ ਘਰ 'ਚ ਰਹਿੰਦੇ ਹਾਂ, ਜਿੱਥੇ ਆ ਨਿੱਕੇ ਨਿੱਕੇ ਬੱਚੇ ਸਾਡੇ ਪਰਿਵਾਰ ਦੇ ਮੈਂਬਰ ਨੇ, ਤੇ ਜਿੱਥੇ ਬੱਚੀਆਂ ਨਿੱਕੀਆਂ ਨਿੱਕੀਆਂ ਸਾਡੇ ਪਰਿਵਾਰ ਦੀਆਂ ਮੈਂਬਰ ਨੇ, ਉੱਥੇ ਸਾਡੀਆਂ ਮਾਵਾਂ ਭੈਣਾਂ ਵੀ ਆ। ਤੇ ਏਡੇ ਵੱਡੇ ਘਰ ਦੀ, ਏਡੇ ਵੱਡੇ ਪਿੰਡ ਦੀ ਇੱਕ ਕਹੀਏ, ਬਹੁਤ ਸਾਰੀਆਂ ਜ਼ਰੂਰਤਾਂ ਹੁੰਦੀਆਂ ਵਾ। ਤੇ ਇੱਕ ਸਾਨੂੰ ਮਾਲੀ ਦੀ ਲੋੜ ਆ, ਚੰਗਾ ਮਾਲੀ ਹੋਵੇ ਵੀਰਾ, ਸੁਪਰਵਾਈਜ਼ਰ ਟਾਈਪ, ਉੱਦਾਂ ਲੇਬਰ ਵਾਲੇ ਬੰਦੇ ਸਾਡੇ ਕੋਲ ਰੱਖੇ ਹੋਏ ਆ, ਉਹ ਉਹਨਾਂ ਨੂੰ ਸਮਝਾ ਦੇਈਦਾ, ਉਹ ਕਰੀ ਜਾਂਦੇ ਜਿੰਨਾ ਕੁ ਜਾਣਦੇ ਆ। ਪਰ ਜਿਵੇਂ ਚਾਰੇ ਪਾਸੇ ਫੁੱਲ ਲੱਗੇ ਹੋਣ, ਹੁਣ ਅਸੀਂ ਗਮਲੇ ਬਣਵਾਏ ਸੀ, ਤੁਹਾਨੂੰ ਪਤਾ ਪਿਛਲੇ ਸਰਦੀਆਂ 'ਚ, ਹੈ ਨਾ, ਐਡੇ ਵੱਡੇ ਗਮਲੇ ਅਸੀਂ ਕਰੀਬ 500-600 ਗਮਲਾ ਤਿਆਰ ਕਰਾਇਆ ਸੀ, ਆਹ ਵੱਡਾ ਗਮਲਾ, ਇਹਨਾਂ ਦੇ ਵਿੱਚ ਸੋਹਣੇ ਸੋਹਣੇ ਫੁੱਲ ਲੱਗੇ ਹੋਣ, ਇੱਦਾਂ ਮੰਨ ਲਓ ਚਾਰੇ ਪਾਸੇ ਫੁੱਲਾਂ ਦੀ ਸਮੈਲ ਆਵੇ, ਸਾਨੂੰ ਇੱਕ ਚੰਗਾ ਪੜ੍ਹਿਆ ਲਿਖਿਆ ਜਾਂ ਐਜੂਕੇਟਡ ਸੁਪਰਵਾਈਜ਼ ਕਰਨ ਵਾਲਾ ਮਾਲੀ ਚਾਹੀਦਾ। ਉਹਦੀ ਜਿਹੜੀ ਤਨਖਾਹ ਵਾ ਬਣਦੀ, ਉਹ ਦਿੱਤੀ ਜਾਊ ਜਿੰਨੀ ਵੀ ਚੱਲਦੀ ਆ, ਪਰ ਉਹ ਮਤਲਬ ਇਸ ਘਰ ਨੂੰ ਇੱਦਾਂ ਮਹਿਕਾ ਦੇਵੇ ਸਮੈਲ ਦੇ ਨਾਲ, ਹੈ ਨਾ, ਫੁੱਲਾਂ ਦੇ ਨਾਲ। ਤੇ ਇੱਕ ਕਲਰਕ ਵੀਰ ਦੀ ਲੋੜ ਆ, ਅਸੀਂ ਪਹਿਲਾਂ ਵੀ ਬੇਨਤੀ ਕੀਤੀ ਆ, ਹੁਣ ਏਡਾ ਆ ਜਾ ਅੱਗੇ ਆ ਜਾ ਪਰੋ ਆ ਅੱਗੇ ਨਾ, ਜਿਵੇਂ ਹੁਣ ਆਪਾਂ ਕਿਵੇਂ ਪੁੱਤ ਆਪਣੇ ਨਾ
ਘਰ ਦਾ ਰਿਕਾਰਡ ਮੇਨਟੇਨ ਕਰਨਾ ਹੈ ਨਾ। ਘਰ ਦਾ ਰਿਕਾਰਡ ਮੇਨਟੇਨ ਕਿਵੇਂ ਹੋਊਗਾ? ਇਹਦੇ ਵਿੱਚ ਹਰ ਇੱਕ ਬੰਦੇ ਦੀ ਜਨੀਕ ਆਈਡੀ ਬਣੀ ਹੋਈ ਆ, ਹਰੇਕ ਬੰਦੇ ਦੀ ਸਮੱਸਿਆ ਕਿਵੇਂ ਆਇਆ, ਕੀ ਹਾਲਾਤ ਸੀ, ਹੁਣ ਕਿਵੇਂ ਆ, ਹਰ ਇੱਕ ਚੀਜ਼ ਨੋਟ ਕੀਤੀ ਜਾਂਦੀ ਆ। ਉਹ ਰਿਕਾਰਡ ਮੇਨਟੇਨ ਕਰਨਾ, ਉਹਨੂੰ ਕੰਪਿਊਟਰ 'ਤੇ ਵੀ ਲੈ ਕੇ ਆਉਣਾ, ਉਹ ਸਾਰਾ ਕੁਛ ਕਰਨ ਵਾਸਤੇ ਸਾਨੂੰ ਇੱਕ ਕਲਰਕ ਵੀਰ ਦੀ ਲੋੜ ਆ। ਜੇ ਕੋਈ ਵੀਰ ਸਾਡਾ ਕਲਰਕ, ਜੇ ਕੋਈ ਐਕਸਪੀਰੀਅੰਸਡ ਹੈਗਾ, ਚਾਹੇ ਉਹ ਕੋਈ ਪਹਿਲਾਂ ਰਿਟਾਇਰ ਹੋਇਆ ਹੋਇਆ ਕਿਸੇ ਚੀਜ਼ ਤੋਂ, ਚਾਹੇ ਉਹ ਕੋਈ ਪਹਿਲਾਂ ਕੰਮ ਕਰਦਾ ਸੀ, ਕੋਈ ਵੀ ਵੀਰ ਹੋਵੇ, ਉਹਦੀ ਸਾਨੂੰ ਜ਼ਰੂਰਤ ਆ ਕਲਰਕ ਵੀਰ ਦੀ, ਹੈ ਨਾ। ਸਤਿ ਸ਼੍ਰੀ ਅਕਾਲ ਬਾਪੂ, ਕਿਵੇਂ ਕੇਸਰ ਸਿੰਘ? ਇਹ ਬਾਪੂ ਕੇਸਰ ਸਿੰਘ ਧਾਲੀਵਾਲ ਨੇ ਸਾਡੇ, ਹੈ ਨਾ, ਸਾਡੇ ਪਹਿਲੇ ਮੈਂਬਰ। ਕਾ ਖਾਲਸਾ, ਲਗਾਉਣੇ ਜਾ ਰਹੇ ਹੋ ਕਦੇ? ਇਹ ਬਰੇਲ ਪੜ੍ਹਦਾ ਜੀ ਬੱਚਾ ਸਾਡਾ, ਹੁਣ ਇਹਨੂੰ ਅਸੀਂ ਇੱਥੇ ਸਕੂਲ 'ਚ ਲਾਇਆ ਵਾ, ਬੀ ਆਰ ਡੀ ਸਕੂਲ ਦੇ ਵਿੱਚ, ਹੈ ਬੀ ਆਰ ਟੀ 'ਚ, ਹੈ ਨਾ। ਇਹ ਸ਼ਾਇਦ ਤੁਹਾਨੂੰ ਅੱਖਰ ਨਹੀਂ ਦਿਖਦੇ ਹੋਣਗੇ ਇੱਥੇ, ਆ ਸਾਰੇ ਅੱਖਰ ਆ ਇੱਦਾਂ ਦਾਣੇ ਦਾਣੇ ਵਾਲੇ ਆ ਅੱਖਰ ਆ, ਹੈ ਨਾ। ਅਤੇ ਇਹ ਹਰ ਜਾ ਪੁੱਤ, ਅਤੇ ਇਹ ਉਹੀ ਪੜ੍ਹ ਸਕਦਾ ਜਿਹਨੇ ਬਰੇਲ ਪੜ੍ਹੀ ਹੋਈ ਆ, ਇੱਦਾਂ ਦਾਣੇ ਦਾਣੇ ਆ। ਪੌਲ ਹੱਥ ਕਿਹੜਾ ਫੜਾਈ ਆਪਣਾ, ਇਹ ਆਹ ਲਾਈਨ 'ਚ ਕੀ ਲਿਖਿਆ ਪੁੱਤ? ਪਹਿਲੀ ਚਾਹ ਲਿਖਿਆ ਭੂਗੋਲ, ਭੂਗੋਲ ਪਾਰਟ ਏਕ, ਪਾਰਟ ਏਕ ਭਾਰਤ ਆਕਾਰ ਪ੍ਰਸ਼ਨ ਉੱਤਰ, ਏਕ ਜਾਂ ਦੋ ਸ਼ਬਦੋਂ ਸੇ ਏਕ ਵਾਕ ਮੇਂ ਦੇ। ਨੰਬਰ ਏਕ, ਖੇਤਰੀ ਫਲ ਕੇ ਆਧਾਰ ਪਰ ਵਿਸ਼ਵ ਕਾ ਸਭ ਵਿਸ਼ਵ ਕਾ ਤੀਸਰਾ ਸਥਾਨ ਕਾ ਦੇਸ਼ ਕੌਣ ਸਾ ਹੈ? ਉੱਤਰ ਚੀਨ। ਉੱਤਰ ਮੁਝੇ ਇਸਕਾ ਬਿਨਾਂ ਦੇਖੇ ਯਾਦ ਹੋ ਗਿਆ। ਅਰੇ ਕਿਆ, ਇਹ ਸਾਡਾ ਪੁੱਤ ਬਣੂਗਾ ਜੀ ਵੱਡਾ ਅਫਸਰ। ਅੱਖਾਂ ਦੀ ਰੌਸ਼ਨੀ ਹੈ ਨਹੀਂ, ਪਰ ਮਨ ਦੀ ਰੌਸ਼ਨੀ ਬਹੁਤ ਹੈ ਇਹਦੀ। ਇਹ ਬਰੇਲ 'ਚ ਪੜ੍ਹਦਾ ਪੌਲ, ਇਹ 9th ਕਲਾਸ ਦਾ ਵਿਦਿਆਰਥੀ ਆ, SST ਦੀ ਇਹ ਇਹਦੀ ਬੁੱਕ ਆ। ਇਹਦਾ ਨਾਂ ਹੈਗਾ ਪੌਲ ਮਸੀਹ, ਅਤੇ ਪੌਲ ਮਸੀਹ ਵਾਸਤੇ ਅਰਦਾਸ ਕਰਿਓ, ਸਾਡਾ ਪੌਲ ਮਸੀਹ ਵੱਡਾ ਅਫਸਰ ਬਣੇ, ਬਸ ਇਹ ਅਰਦਾਸ ਕਰਿਓ। ਇਹ ਵੱਡਾ ਬੰਦਾ ਬਣੇ ਸਾਡਾ ਪੌਲ ਮਸੀਹ, ਇਹ ਅਰਦਾਸ ਕਰਿਓ। ਜਾਇਓ ਰੰਜਨ, ਤੂੰ ਲੈ ਕੇ ਚੱਲਿਆ, ਠੀਕ ਹੈ ਜਾਇਓ। ਅਤੇ ਇਸ ਤਰ੍ਹਾਂ ਦੀਆਂ ਪਰਿਵਾਰ ਦੇ ਵਿੱਚ ਹਰ ਰੋਜ਼ ਬਹੁਤ ਸਾਰੀਆਂ, ਹੈ ਨਾ, ਗੱਲਾਂ ਸੁਣਦੇ ਹਾਂ, ਦੇਖਦੇ ਹਾਂ, ਮਾਣਦੇ ਹਾਂ। ਬਸ ਪਤਾ ਨਹੀਂ ਕਿਹੜੇ ਕੋਈ ਚੰਗੇ ਕਰਮ ਕੀਤੇ ਸੀ ਜਿਹੜੀ ਅਸੀਂ ਇਹਨਾਂ ਸਾਰੀਆਂ ਸ਼ਖਸੀਅਤਾਂ ਦੇ ਨਾਲ ਇਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣੇ ਹੋਏ ਹਾਂ ਅਸੀਂ, ਹੈ ਨਾ। ਇੱਕ ਸਾਨੂੰ ਬਿਜਲੀ ਕਰਮਚਾਰੀ ਚਾਹੀਦਾ ਜੀ, ਜਿਹੜਾ ਬਿਜਲੀ ਦਾ ਕੰਮ ਜਾਣਦਾ ਹੋਵੇ, 3-ਫੇਸ ਦਾ। 3-ਫੇਸ ਸਾਡੇ ਕਨੈਕਸ਼ਨ ਆ। ਜਿਹੜਾ ਵੀਰਾ ਕੋਈ ਮਤਬਾ ਜੀ, ਸਤਿ ਸ਼੍ਰੀ ਅਕਾਲ, ਜਿਹੜਾ ਵੀਰਾ ਕੋਈ ਜਾਣਦਾ ਹੋਵੇ ਸਾਰਾ ਕੰਮ ਕਾਰ ਬਿਜਲੀ ਦਾ, ਅਤੇ ਉਹ ਸਾਨੂੰ ਐਜ ਏ ਸੁਪਰਵੀਜ਼ਨ ਚਾਹੀਦਾ। ਸਾਡੇ ਕੋਲ ਬਿਜਲੀ ਵਾਲੇ ਵੀਰ ਹੈਗੇ ਨੇ ਦੋ, ਜਿਹੜੇ ਸਾਰਾ ਦਿਨ ਇਲੈਕਟ੍ਰੀਸਿਟੀ ਦਾ ਕੰਮ ਕਰਦੇ ਨੇ ਸਾਡੇ ਨਾਲ, ਪਰ ਇਹ ਸਵੇਰ ਦੇ ਸਮੇਂ ਹੁਣ ਜਿਵੇਂ ਜਿਵੇਂ
ਪਰਿਵਾਰਕ ਮੈਂਬਰਾਂ ਦੇ ਇਸ਼ਨਾਨ ਪਾਣੀ ਹੋ ਹੀ ਜਾਂਦੇ ਨੇ। ਸਾਰੇ ਇਸ਼ਨਾਨ ਕਰਕੇ ਉਸ ਤੋਂ ਬਾਅਦ ਗੁਰੂ ਘਰ ਚ ਹਾਜ਼ਰੀ ਭਰਦੇ ਨੇ। ਜਿਵੇਂ ਜਿਵੇਂ ਜਿਹਦਾ ਮਨ ਆ ਉਹ ਆਪਣੇ ਪਰਵਿਕਦਾਰ ਦੀ ਉਪਾਸਨਾ ਕਰਦਾ। ਇਸ ਪਾਸੇ ਸਾਡੀਆਂ ਭੈਣਾਂ ਤੇ ਬੀਬੀਆਂ ਵਾ, ਨਿਸ਼ਾ ਗਰਗ ਭੈਣ ਸਾਡੀ। ਸਤਿ ਸ੍ਰੀ ਅਕਾਲ ਨਿਸ਼ਾ ਭੈਣੇ, ਹੋਰ ਠੀਕ ਹੈ ਭੈਣ? ਇਹ ਭੈਣ ਆ ਨਿਸ਼ਾ ਗਰਗ ਸਾਡੀ ਪਟਿਆਲੇ ਤੋਂ ਆ ਭੈਣ, ਵਾਹਿਗੁਰੂ ਰਾਜਪੁਰੇ ਦੀ। ਰਾਜਪੁਰੇ ਤੋਂ ਨਾ ਭੈਣ? ਹਾਂ ਰਾਜਪੁਰੇ ਤੋਂ ਆ ਮੇਰੀ ਭੈਣ, ਇਹ ਰਾਜਪੁਰੇ ਦੀ ਰਹਿਣ ਵਾਲੀ ਹੈ ਮੇਰੀ ਭੈਣ। ਪੜ੍ਹੀ ਲਿਖੀ ਹੈ ਭੈਣ ਨੇ, ਗ੍ਰੈਜੂਏਸ਼ਨ ਕੀਤੀ ਹੋਈ ਆ, ਮਤਲਬ ਬਹੁਤ ਹੀ ਇੰਟੈਲੀਜੈਂਟ ਆ ਭੈਣ। ਕਿਸੇ ਟਾਈਮ ਆਪਦੀਆਂ ਸਾਬਣ ਦੀਆਂ ਫੈਕਟਰੀਆਂ ਸੀ, ਸਾਰਾ ਕੁਛ ਸੀ, ਕਰਮਾਂ ਦੇ ਗੱਲ ਆ। ਪਟਿਆਲੇ ਰੇਲਵੇ ਸਟੇਸ਼ਨ ਤੋਂ ਸਾਨੂੰ ਮਿਲੀ ਸੀ ਭੈਣ, ਦੇਖਿਆ ਸਾਰਿਆਂ ਨੇ ਕੀ ਹਾਲਾਤ ਸੀ। ਨਵਨੀਤ ਸਤਿ ਸ੍ਰੀ ਅਕਾਲ ਭੈਣੇ, ਹੋਰ ਠੀਕ ਹੈ? ਤਾਨਵੀਰ ਨੂੰ ਮਿਲਣਾ, ਉਰੇ ਆਓ। ਇੱਕ ਸਾਡੀ ਬੇਨਤੀ ਆ ਤਾਨਵੀ ਦੀ ਨਾਨੀ ਨੂੰ, ਭੈਣ ਮਿਲਣਾ ਚਾਹੁੰਦੀ ਆਪਣੀ ਬੇਟੀ ਨੂੰ। ਹੁਣ ਛੁੱਟੀਆਂ ਵਾ ਦੋ ਚਾਰ ਦਿਨ, ਮਾਂ ਮੇਰੀ ਇਹ ਆ ਜਾ ਲੈ ਕੇ ਤਾਨਵੀ ਨੂੰ, ਮਾਵਾਂ ਧੀਆਂ ਦੋਨੇ ਇਕੱਠੀਆਂ ਰਹਿ ਲੈਣਗੀਆਂ। ਸਾਡੇ ਕੋਲ ਉੱਤੇ ਜਗ੍ਹਾ ਹੈਗੀ ਹੈ, ਕਮਰਾ ਦੇ ਦਾਂਗੇ, ਤਿੰਨੋ ਜਾਣੇ ਤੁਸੀਂ ਰਹਿ ਕੇ ਇਕੱਠੇ, ਤਾਂ ਜੋ ਮੇਰੀ ਭੈਣ ਨੂੰ ਵੀ ਆਪਣੀ ਧੀ ਦੇ ਨਾਲ ਰਹਿਣ ਦਾ ਸਮਾਂ ਮਿਲੇ, ਹੈ ਨਾ? ਕਹਿਤਾ ਭੈਣੇ ਆਊਗੀ ਨਾ? ਓ ਸ਼ਿਮਰੋ, ਓ ਸ਼ਿਮਲੂ, ਓ ਮੇਰੀ ਸ਼ਿਮਲੂ, ਓ ਮੇਰੀ ਸ਼ਿਮਲੂ ਸ਼ਿਮਲੂ। ਇਹ ਸਤਿ ਸ੍ਰੀ ਅਕਾਲ ਭੈਣੇ, ਹੋਰ ਕਰਮਜੀਤ ਭੈਣੇ ਠੀਕ ਆ? ਠੀਕ ਆ। ਗੱਗੂ ਕੀ ਕਰੀ ਜਾਂਦੀ ਹੈ ਇੱਧਰ? ਗੱਗੂ ਕੀ ਕਰੀ ਜਾਂਦੀ ਆ? ਓਏ ਕਿਵੇਂ ਕਿਰਨ ਵਾਲਾ, ਓਏ ਮੇਰੀ ਕਿਰਨ ਮਾਂ, ਕਿਵੇਂ ਆ? ਖੜੇ ਮਾਤਾ ਨੂੰ ਮਿਲਣਾ ਮੈਂ, ਹੋਰ ਮਾਂ ਠੀਕ ਆ? ਮੇਰੀ ਮਾਂ ਕਿਰਨ, ਕਿਵੇਂ ਕਿਰਨ ਮਾਂ? ਠੀਕ ਆ, ਠੀਕ ਆ, ਠੀਕ ਆ। ਇਹ ਮੇਰੀ ਮਾਂ ਕਿਰਨ, ਹਾਂ ਕਿਵੇਂ ਹੈਗੀ ਆ ਮੇਰੇ ਕੋਲ? ਕੀ ਕਰਨੇ ਆ ਤੂੰ, ਕੀ ਕਰਨੇ ਆ ਤੂੰ? ਹਾਂ ਫਿਰ ਆ ਗਈ ਤੂੰ, ਫਿਰ ਆ ਗਈ ਤੂੰ, ਠੀਕ ਆ, ਠੀਕ ਆ ਮਾਤਾ। ਇਹ ਮਾਂ ਨੇ ਜਿਵੇਂ ਹੁਣ ਪੈਸੇ ਲੈ ਲਏ ਆ, ਸ਼ਾਮ ਨੂੰ ਜਦੋਂ ਜਾਂ ਕੱਲ ਨੂੰ ਇਹਦਾ ਇਸ਼ਨਾਨ ਕਰਾਉਣਾ, ਘੁੰਮ ਫਿਰ ਕੇ ਫਿਰ ਸਾਡੇ ਕੋਲ ਆ ਜਾਣੇ ਬਾਪੂ। ਹਾਂ ਜੀ, ਹਾਂ ਚੰਗਾ ਚੰਗਾ, ਪੱਕਾ 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 ਚੱਲਾ। ਸਤਿਕਾਲ ਭੈਣੇ ਠੀਕ ਆ? ਦੇ ਦਿੰਦੇ ਠੀਕ ਆ ਭੈਣੇ, ਠੀਕ। ਹੋਰ ਮਾਂ ਤਕੜੀ ਆ, ਆ ਗਿਆ ਮੈਂ ਇੱਕ ਮਿੰਟ ਅੰਦਰ ਕਿਹੜਾ ਧਿਆਵਾਂ, ਆ ਗਿਆ। ਹਾਂ ਭੇਜਦੇ ਭੈਣੇ, ਭੇਜਦੇ। ਬੋਲੇ ਸੋਨਿਆ, ਕੁੜੇ ਪ੍ਰੀਤੀ ਤਕੜੀ ਆ ਭਾਈ, ਪ੍ਰੀਤੀ ਭੈਣੇ, ਪ੍ਰੀਤੀ ਭੈਣੇ ਸਤਿ ਸ੍ਰੀ ਅਕਾਲ, ਠੀਕ ਆ ਮੇਰੀ ਭੈਣ? ਪ੍ਰੀਤੀ ਕਿੰਨਾ ਪੜ੍ਹੀ ਆ ਤੂੰ, ਕਿੱਥੇ? ਲੁਧਿਆਣੇ?
ਦੇਹਰਾਦੂਨ ਪੜ੍ਹੀ ਸੀਗੀ। ਇਹ ਪ੍ਰੀਤੀ ਭੈਣ ਆ, ਇਹਦੀ ਮੰਮੀ ਮਨਜੀਤ ਕੌਰ, ਦੋਨਾਂ ਨੂੰ ਤੁਸੀਂ ਦੇਖਿਆ ਸੀਗਾ, ਜਲੰਧਰ ਤੋਂ ਲੈ ਕੇ ਆਏ ਸੀਗੇ ਨੰਗਲ ਸਲੇਮਪੁਰ ਪਿੰਡ ਤੋਂ। ਕੀ ਹਾਲਾਤ ਸੀਗੇ ਹਨਾ ਘਰ ਦੇ ਹਾਲਾਤ? ਚੱਪਲਾਂ ਕਿੱਥੇ ਤੇਰੀਆਂ? ਚੱਪਲਾਂ ਜੁੱਤੀ ਤੇਰੀ? ਚੱਲ ਪਾ ਕੇ ਆ। ਸਤਿ ਸ੍ਰੀ ਅਕਾਲ ਕੁਲਵਿੰਦਰ। ਹਾਂ ਦੇ ਦਿੰਦੇ। ਇਹ ਕੁਲਵਿੰਦਰ ਭੈਣ ਆ ਮੇਰੀ, ਬਹੁਤ ਮਾੜੀ ਹਾਲਤ, ਚਾਰ ਚਾਰ ਪੰਜ ਪੰਜ ਬੰਦੇ। ਇੱਧਰ ਸਾਡੀ ਸੁਖਮਨ, ਹਾਂ ਸਤਿ ਸ੍ਰੀ ਅਕਾਲ ਭੈਣ, ਇੱਕ ਮਿੰਟ, ਸਤਿ ਸ੍ਰੀ ਅਕਾਲ ਭੈਣ, ਠੀਕ ਹੈ ਮੇਰੀ ਹਰਪ੍ਰੀਤ ਭੈਣ? ਹਰਪ੍ਰੀਤ ਭੈਣ ਬਰਨਾਲੇ ਤੋਂ ਬੱਸ ਅੱਡੇ ਤੋਂ ਭੈਣ ਸਾਡੇ ਨਾਲ ਆਈ, ਤੁਸੀਂ ਦੇਖੀ ਹੈ ਸਾਰਿਆਂ ਨੇ ਵੀਡੀਓ। ਇੱਧਰ ਸਾਡੀ ਸੁਖਮਨ ਬੈਠੀ। ਹਾਂ ਬਈ ਸੁਖਮਨ, ਉਹ ਸੁਖਮਨ ਆ, ਕਿਵੇਂ ਆ ਸੁਖਮਨ ਆ, ਕਿਵੇਂ? ਇਹ ਸਾਡੀ ਸੁਖਮਨ ਆ ਜੀ, ਵਾਹਿਗੁਰੂ ਮਿਹਰ ਕਰਨ। ਸਤਿ ਸ੍ਰੀ ਅਕਾਲ ਬਬੀਤਾ ਭੈਣੇ, ਸਤਿ ਸ੍ਰੀ ਅਕਾਲ। ਮਿਲਦਾ ਨੀਗਾ ਇਹਦਾ ਸੂਟਾਂ ਵਾਲਾ ਲਿਫਾਫਾ? ਨੀ ਮਿਲਦਾ ਭੈਣੇ, ਕਿੱਥੇ ਆ? ਸਤਿ ਸ੍ਰੀ ਅਕਾਲ ਭੈਣ। ਹਾਂ ਮਿਲਦਾ ਮਿਲਦਾ ਸੰਗੀਤ, ਇਹਦਾ ਲਿਫਾਫਾ ਸੂਟਾਂ ਵਾਲਾ ਨੀ ਮਿਲਦਾ। ਬਬੀਤਾ ਭੈਣ ਕਹਿੰਦੀ, ਦੇਖ ਕੇ ਦਿਓ ਕਿੱਥੇ ਆ। ਹਾਂ ਸਾਹਿਬ ਜੋਤੂ, ਕੀ ਹੋ ਗਿਆ ਤੈਨੂੰ, ਬੁਖਾਰ ਹੋ ਗਿਆ? ਕੋਈ ਨਾ ਕੋਈ ਨਾ, ਠੀਕ ਹੋ ਜਾਂਦਾ ਮੇਰੀ ਧੀ ਨੇ। ਸਾਹਿਬ ਜੋਤ ਨੂੰ ਸਾਡੀ ਨੂੰ ਬੁਖਾਰ ਆ, ਪਹਿਲਾਂ ਸਾਡੀ ਭਾਰੋ ਨੂੰ ਵੀ ਹੋ ਗਿਆ ਸੀ ਬੁਖਾਰ, ਭਾਰੋ ਨੂੰ ਵੀ ਹੋ ਗਿਆ ਸੀਗਾ। ਸਾਹਿਬ ਜੋਤ ਠੀਕ ਹੋ ਜਾਂਦਾ ਤੂੰ? ਅੱਛਾ ਕਿੰਨਾ ਬੁਖਾਰ ਆ ਭੈਣੇ? ਸਰਬਜੀਤ ਟੈਂਕ ਚੈੱਕ ਕੀਤਾ? 101 ਆ, ਨਹੀਂ ਤਾਂ ਉਧਰ ਹਸਪਤਾਲ ਛੱਡਿਆ ਜੇ ਜ਼ਿਆਦਾ ਲੱਗੂਗਾ ਹਨਾ, ਜੇ ਨਹੀਂ ਕੰਟਰੋਲ ਚ ਆਉਂਦਾ। ਹਾਂ ਜੇ ਨਾ ਲੋਟਾ ਤਾਂ ਹਸਪਤਾਲ ਪਹੁੰਚਦਾ ਕਰਦੇ। ਕੁਛ ਖਾਣ ਨੂੰ ਜੀ ਕਰਦਾ? ਕੁਛ ਖਾਣਾ? ਕੀ ਖਾਣਾ? ਬਸ ਫਰੂਟ ਖਾਣਾ ਕੋਈ? ਨਹੀਂ ਤਰਬੂਜ ਲਿਆ ਨਾ, ਇਹਨੂੰ ਲਿਆ ਕੇ ਦੇ ਤਰਬੂਜ ਕੱਟ ਕੇ, ਉੱਥੋਂ ਜਾਂ ਭੱਜ ਕੇ ਤਰਬੂਜ ਲਿਆ ਫੜ ਕੇ। ਕਿਵੇਂ ਮਨਦੀਪ ਤਕੜੀ? ਹਾਂ ਛੇਤੀ। ਸਤਿ ਕਿਵੇਂ ਜਗਦੀਪ ਮਾਲੇ ਵਾਲੀ? ਮੇਰੀ ਉਹ ਵਿਦਿਆ ਆ ਗਈ, ਮੇਰੀ ਮੇਰੀ ਵਿਦੋ ਜਾਣੀ ਦੰਦੀਆਂ ਕੱਢ ਲਈਆਂ ਨਾ, ਵਿਦਾਂ ਨੇ ਦੰਦੀਆਂ ਕੱਢ ਲਈਆਂ। ਕੋਈ ਨਾ ਕੁੱਟਾਂਗੇ, ਇਹਨੂੰ ਕੁੱਟਾਂ, ਬਸ ਚੁੱਪ ਚੁੱਪ, ਬੋਲਣਾ ਨੀ, ਕੋਈ ਨਾ ਮਾਰਾਂਗੇ, ਬਸ ਬੋਲਣਾ ਨੀ। ਬਾਈ ਆ ਮੈਂ ਤੇਰਾ, ਮੈਂ ਤੇਰਾ ਬਾਈ ਆ, ਫਿਰ ਆ ਮੈਂ ਵਿਦਿਆ ਦਾ ਮਾਮਾ, ਮੈਂ ਵਿਦਿਆ ਦਾ ਮਾਮਾ ਵਾ। ਐਲਸੀਡੀ ਲਵਾ ਦਈਏ? ਐਲਸੀਡੀ ਹਾਂ ਚਲਾ ਦਿੰਦਾ, ਚਲਾ ਦਿੰਦਾ, ਲੈ ਦੇ ਦੇ, ਛੋੜ ਦੇ ਆ ਫੜ। ਹਾਂ ਕਿੱਥੇ ਗਈ, ਕਿੱਥੇ ਗਈ, ਦਿੱਤੀ ਸੀ ਮੈਨੇ ਪਾਰੋ, ਨਹੀਂ ਮਾਰਨਾ। ਹਾਂ ਮਾ ਪਾ ਦਿੰਦੇ ਚਿੱਪ, ਇਹਦੀ ਚਿੱਪ ਮੰਗਾ ਦੋ ਯਾਰ, ਚਿੱਪ ਕੱਢ ਲਈ ਕਿਸੇ ਨੇ ਜੀ, ਬਦਲ ਕੇ ਦੇ ਦੇ ਫਿਰ, ਤੈਨੂੰ ਕੱਲ ਕਿਹਾ ਤਾਂ ਸੀਗਾ ਲਿਆ ਕੇ ਦੇ, ਉਤੋਂ ਭੀਰੂ ਨੂੰ ਕਹਿ ਲਿਆ ਦੂਗਾ ਚਿੱਪ। ਹਾਂ ਖੁਸ਼ੀ ਠੀਕ ਆ, ਜਾਣਾ ਮੈਂ ਤੇਰਾ ਪਤੀ ਆ ਰਿਹਾ ਸ਼ੋਹਰ ਤੁਮਾਰਾ। ਟਿੱਕੂ ਕਿਵੇਂ ਆ, ਮੂੰਹ ਚ ਨੀ ਹੱਥ ਪਾਉਣਾ ਪੁੱਤ, ਚੱਪਲ ਪਾ ਲਾ। ਹਾਂਜੀ ਹਾਂ ਖੋਲਣਾ। ਓਏ ਕਿੰਨਾ ਸੋਹਣਾ ਕੰਮ ਕੀਤਾ ਮੇਰੀ ਭੈਣ ਨੇ, ਆਸ਼ੂ ਅਰੋੜਾ ਭੈਣ ਨੇ ਸਾਡੀ ਨੇ ਕਢਾਈ ਕੀਤੀ ਆ। ਦੇਖੋ ਹੁਣ ਸਾਡੇ ਜੀ ਇੱਥੇ ਅੰਦਰ ਸਟੀਚਿੰਗ ਸੈਂਟਰ ਖੁੱਲਿਆ, ਸਿਲਾਈ ਕਢਾਈ ਸੈਂਟਰ, ਤੇ ਉਹਦੇ ਵਿੱਚ ਸਾਡੀ ਭੈਣ ਆ ਲਵਲੀਨ ਕੌਰ ਭੈਣ ਸਾਡੀ, ਉਹ ਬੱਚੇ ਇਹਨਾਂ ਨੂੰ ਭੈਣਾਂ ਨੂੰ ਸਾਡੀਆਂ ਨੂੰ ਕਢਾਈ ਦਾ ਸਿਖਾਉਂਦੇ ਆ। ਹਾਂ ਉਹਨੇ ਕੱਢਿਆ। ਹਾਂ ਠੀਕ ਆ ਭੈਣੇ, ਠੀਕ ਆ, ਕੁੱਟਾਂਗੇ ਇਹਨੂੰ ਆਪਾਂ, ਕੋਈ ਕੁੱਟਾਂਗੇ।
ਠੀਕ ਆ ਭੈਣੇ, ਠੀਕ, ਐ ਨੀ ਕਹਿਣਾ ਮੇਰੀ ਆਸ਼ੂ ਭੈਣ ਆ, ਤੇ ਆਸ਼ੂ ਭੈਣ ਨੇ ਸਾਡੀ ਨੇ ਟਾਂਕੇ ਲਾਉਣੇ, ਤੋਪੇ ਲਾਉਣੇ, ਕਢਾਈ ਕਰਨੀ ਸਿੱਖ ਰਹੀ ਹੈ ਭੈਣ। ਪਰਮਜੀਤ ਕੌਰ ਨੇ ਭੈਣ ਜੀ ਸਾਡੇ ਲੈਕਚਰਾਰ ਨੇ ਗੌਰਮੈਂਟ ਕਾਲਜ, ਵੁਮਨ ਕਾਲਜ ਦੇ ਵਿੱਚ, ਤੇ ਉਹ ਇੱਥੇ ਸਾਰਾ ਇਹਨਾਂ ਦੀ ਦੇਖ ਰੇਖ ਕਰਦੇ ਨੇ। ਬਹੁਤ ਸ਼ੁਕਰੀਆ ਭੈਣੇ, ਥੈਂਕ ਯੂ। ਫੁੱਲ ਪਾਉਣੇ ਵੀ ਸਿੱਖ ਲਾ। ਅੱਛਾ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਆ ਮਾਂ, ਠੀਕ ਆ, ਆ ਜਾਓ, ਰੋਟੀ ਖਾ ਕੇ ਤਾਂ ਆਪਾਂ ਜਾਈਏ। ਠੀਕ ਆ ਮਾਂ, ਠੀਕ ਆ ਮਾਂ, ਮੈਂ ਰੋਟੀ ਖਾ ਲਵਾਂ ਫਿਰ ਚੱਲ ਵੜਾਂਗੇ। ਠੀਕ ਆ, ਠੀਕ ਆ ਮਾਂ, ਠੀਕ ਆ ਮਾਂ, ਠੀਕ ਆ ਮਾਂ, ਠੀਕ ਆ ਮਾਂ, ਠੀਕ। ਕੁੜੇ ਕਰਦੇ ਬਹੁਤ ਤਕੜੀਆਂ ਭਾਈ, ਤਕੜੀਆਂ ਦੇ ਬਹੁਤ। ਇਹ ਜੀ ਲਾਈਟਾਂ ਦੀ ਗਾਓ ਪੁੱਤ, ਲਾਈਟਾਂ ਸਾਰੀਆਂ। ਪਹਿਲਾਂ ਚਲਾ ਜਾਣੀਆਂ ਸੀ ਇਹ ਜੀ। ਅਸੀਂ ਬੱਚੀਆਂ ਵਾਸਤੇ, ਕੁੜੀਆਂ ਵਾਸਤੇ ਰੂਮ ਤਿਆਰ ਕੀਤਾ ਵਾ। ਇਹਦੇ ਵਿੱਚ ਨਾ ਪੁੱਤ ਇਕੱਲੀਆਂ ਕੁੜੀਆਂ ਰਹਿਣਗੀਆਂ, ਇੱਥੇ ਬੈੱਡ ਲੱਗਣੇ ਆ ਜੀ, ਕੁੜੀਆਂ ਦੇ ਨਾਲ ਲੱਗਣੀਆਂ ਅਲਮਾਰੀਆਂ। ਹਰੇਕ ਬੈੱਡ ਦੇ ਵਿੱਚ ਇੱਕ ਅਲਮਾਰੀ ਨਾਲ ਹੋਊਗੀ, ਤੇ ਕੱਪਬੋਰਡ ਵਾਲੇ ਜਿਹੜੇ ਬੈੱਡ ਨੇ ਜਿਹਦੇ ਵਿੱਚ ਬੱਚਿਆਂ ਦੇ ਕੱਪੜੇ ਤੇ ਬੱਚਿਆਂ ਦੀਆਂ ਬੁੱਕਸ ਰੱਖਣ ਵਾਸਤੇ ਬਾਕਸ ਬਣਾਇਆ ਅਲੱਗ ਤੋਂ, ਤੇ ਇੱਕ ਇੱਕ ਛੋਟੀ ਅਲਮਾਰੀ ਬਣਾਈ ਆ ਜਿਹਦੇ ਵਿੱਚ ਬੱਚੇ ਆਪਣਾ ਸਮਾਨ ਸੰਭਾਲ ਕੇ ਰੱਖ ਸਕਣਗੇ। ਆ ਸਾਡੀਆਂ ਸਾਰੀਆਂ ਧੀਆਂ ਨਿੱਕੀਆਂ ਨਿੱਕੀਆਂ, ਸਾਰੀਆਂ ਕੁੜੀਆਂ ਨੂੰ ਆਵਾਜ਼ ਮਾਰੋ, ਸਾਰੀਆਂ ਕੁੜੀਆਂ ਨੂੰ। ਤੂੰ ਕੁੜੀ ਆ, ਗੁੱਤ ਕਰ ਆ ਜਾ ਭੱਜ ਕੇ, ਗੁੱਤ ਕਰੇ। ਇਧਰੋਂ ਵਾਸ਼ਰੂਮ ਸੀ ਜਿਹੜੇ, ਇਹ ਓਪਨ ਕਰਤਾ, ਇੱਥੋਂ ਦਰਵਾਜ਼ਾ ਕੱਢਤਾ ਵਾਸ਼ਰੂਮ ਦਾ ਸੀ, ਤੇ ਇਹਦੇ ਨਾਲ ਇੱਥੋਂ ਦੀ ਬੱਚਿਆਂ ਨੂੰ ਅਟੈਚਮੈਂਟ ਹੋ ਜੂਗੀ, ਇੱਧਰੋਂ ਬੱਚੇ ਵਾਸ਼ਰੂਮ ਆ ਜਿਹੜੇ ਇੱਥੋਂ ਡਾਇਰੈਕਟ ਯੂਜ਼ ਕਰ ਸਕਣਗੇ, ਹੈ ਨਾ। ਤੇ ਇਹ ਵਾਸ਼ਰੂਮ, ਤੇ ਇੱਧਰ ਅਸੀਂ ਜਿਹੜਾ ਕਿਸੇ ਟਾਈਮ ਜਦੋਂ ਇਹ ਬਿਲਡਿੰਗ ਬਣਾਈ ਸੀਗੀ, ਇੱਧਰ ਅਸੀਂ ਇਹ ਲੰਗਰ ਹਾਲ ਬਣਾਇਆ ਸੀਗਾ ਬੀਬੀਆਂ ਵਾਸਤੇ, ਭੈਣਾਂ ਵਾਸਤੇ, ਵੀ ਉੱਧਰ ਸਾਰੇ ਪੈਣਗੇ, ਇੱਥੋਂ ਨਹੀਂ ਨਿਕਲ ਕੇ ਆਉਣਗੇ, ਇੱਥੇ ਬੈਠ ਕੇ ਪ੍ਰਸ਼ਾਦਾ ਛਕਣਗੇ। ਤੇ ਨਾਲ ਇਹਨੂੰ ਬਣਾਇਆ ਸੀ ਅਸੀਂ ਟੀਵੀ ਰੂਮ, ਵੀ ਉਸ ਤੋਂ ਬਾਅਦ ਇਹਦੇ 'ਚ ਵੱਡੀ LCD ਲਾ ਦਾਂਗੇ, ਦੁਪਹਿਰ ਦੇ ਟਾਈਮ 2-2.5 ਘੰਟੇ 3 ਘੰਟੇ ਟੀਵੀ ਦਾ ਟਾਈਮ ਰੱਖਾਂਗੇ, ਬੀਬੀਆਂ ਭੈਣਾਂ ਟੀਵੀ ਦੇਖ ਲਿਆ ਕਰਨਗੀਆਂ ਬੈਠ ਕੇ, ਨਾਲ ਸਪੀਕਰ ਵਗੈਰਾ ਲਾ ਕੇ ਇੱਥੇ ਸਾਊਂਡ ਦਾ, ਤੇ ਜਿਹੜੀਆਂ ਭੈਣਾਂ ਨੇ ਜਿਵੇਂ ਐਕਟੀਵਿਟੀ ਕਰਨੀ ਹੈ, ਕੋਈ ਗਿੱਧਾ ਪਾਉਣਾ ਜਾਂ ਕੋਈ ਹੋਰ, ਕਿਉਂਕਿ ਬਹੁਤ ਸਾਰੀਆਂ ਐਕਟੀਵਿਟੀਜ਼ ਨੇ, ਫਿਜੀਓਥਰੈਪੀਜ਼ ਨੇ, ਉਹ ਇੱਥੇ ਹੋ ਜਾ ਕਰਨਗੀਆਂ। ਪਰ ਹਜੇ ਸਾਡੇ ਕੋਲ ਸਪੇਸ ਦੀ ਘਾਟ ਕਰਕੇ ਉੱਪਰਲੀ ਬਿਲਡਿੰਗ ਤਿਆਰ ਨਹੀਂ ਹੋ ਰਹੀ, ਫਿਰ ਆ ਸਮਾਨ ਬਿਸਤਰੇ ਜਾਂ ਹੋਰ ਚੀਜ਼ਾਂ, ਮਤਲਬ ਪੋਸੀਬਲ ਹੀ ਨਹੀਂ ਹੋ ਪਾਇਆ ਇਹ ਸਾਰਾ ਕੁਛ। ਤੇ ਇਸ ਆ ਕੰਪਿਊਟਰ ਸੈਂਟਰ ਖੋਲਿਓ, ਕੰਪਿਊਟਰ ਸੈਂਟਰ ਖੋਲੋ, ਤੇ ਹੁਣ ਜਿਵੇਂ ਇੱਥੇ ਸਾਰਾ ਬੱਚਿਆਂ ਵਾਸਤੇ ਸਲੋਗਨ ਵਗੈਰਾ, ਬੱਚਿਓ ਬਚਪਨ ਦਾ ਲਵੋ ਨਜ਼ਾਰਾ, ਇਹ ਨਾ ਮਿਲਣਾ ਫੇਰ ਦੁਬਾਰਾ, ਮੋਬਾਈਲ ਵਿੱਚ ਨਾ ਗਵਾਓ ਬਚਪਨ, ਐਵੇਂ ਨਾ ਰੋਗੀ ਬਣਾਓ ਬਚਪਨ, ਇੱਕ ਬਿਹਤਰ ਜ਼ਿੰਦਗੀ ਦਾ ਰਾਹ ਬਿਹਤਰ ਕਿਤਾਬ ਚੋਂ ਗੁਜ਼ਰਦਾ ਹੈ, ਪਾਣੀ ਹੈ ਤਾਂ ਪਾਣੀ ਹੈ ਜੀਵਨ ਦਾ ਅਨਮੋਲ ਰਤਨ, ਇਸ ਨੂੰ ਬਚਾਉਣਾ ਦਾ ਕਰੋ ਯਤਨ, ਫਿਰ ਜੇ ਪੂਰਾ ਕਰਨਾ ਖਾਬ ਖਾਬਾਂ ਨੂੰ ਤਾਂ ਰੱਖਿਓ ਨਾਲ ਕਿਤਾਬਾਂ ਨੂੰ, ਫਿਰ ਅੱਖਾਂ ਵਿੱਚ ਸਮੁੰਦਰ ਰੱਖ, ਮੈਂ ਇਕਬਾਲ ਪੰਜਾਬੀ ਦਾ, ਝੱਖੜ ਦੇ ਵਿੱਚ ਰੁੱਖ ਦਿੱਤਾ ਏ, ਰੱਖ ਦਿੱਤਾ ਏ ਦੀਵਾ ਬਾਲ ਪੰਜਾਬੀ ਦਾ,
ਜਿਹੜੇ ਆਖਣ ਵਿੱਚ ਪੰਜਾਬੀ ਤਾਕਤ ਨਹੀਂ ਤਹਿਜੀਬ ਨਹੀਂ, ਪੜ੍ਹ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ, ਏਦਾਂ ਹੀ ਚੁੱਪ ਕਰੋ ਬੱਚਿਓ। ਮਹਾਰਾਣੀ ਜਿੰਦ ਕੌਰ ਆਖਰੀ ਸਮਰਾਜ ਤੇ ਆਖਰੀ ਮਹਾਰਾਣੀ, ਝਾਂਸੀ ਰਾਣੀ ਸੁਤੰਤਰਤਾ ਸੈਨਾਨੀ, ਮਦਰ ਟਰੇਸਾ ਸਮਾਜਿਕ ਕਾਰਜਕਰਤਾ, ਅੰਮ੍ਰਿਤਾ ਪ੍ਰੀਤਮ ਲੇਖਿਕਾ, ਲਤਾ ਮੁਕੇਸ਼ਕਰ ਗਾਇਕਾ, ਕਲਪਨਾ ਚਾਵਲਾ ਅੰਤਰਿਕਸ਼ ਯਾਤਰੀ, ਪੀਟੀ ਊਸ਼ਾ ਅਥਲੀਟ, ਹਰਮਨਪ੍ਰੀਤ ਕੌਰ ਕ੍ਰਿਕਟਰ, ਮਤਲਬ ਇਹ ਸਾਰੇ ਚੀਜ਼ਾਂ ਬੱਚਿਆਂ, ਫਿਰ ਪੰਜਾਬੀ ਬੋਲੀ ਦੇ ਨਾਲ, ਪੰਜਾਬੀ ਦੇ ਨਾਲ ਉਪ ਬੋਲੀਆਂ ਜਿਹੜੀਆਂ ਮਲਵਈ, ਦੁਆਬੀ, ਪਠੋਰੀ, ਮਾਝੀ, ਮੁਲਤਾਨੀ, ਪੁਆਧੀ, ਡੋਗਰੀ, ਇਹ ਸਾਰੇ ਕਿੱਥੇ ਕਿੱਥੇ ਬੋਲੀਆਂ ਜਾਂਦੀਆਂ, ਕਿਵੇਂ ਕਿਵੇਂ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਬੋਲੀਆਂ ਜਾਂਦੀਆਂ। ਆਓ ਰਲ ਮਿਲ ਰੁੱਖ ਲਗਾਈਏ, ਹਰਾ ਭਰਾ ਪੰਜਾਬ ਬਣਾਈਏ, ਰੁੱਖਾਂ ਹੀ ਰੁੱਖ ਹੀ ਸ਼ੁੱਧ ਹਵਾ ਦਿੰਦੇ ਨੇ, ਇਹਨਾਂ ਦੀ ਰਲ ਹੋਂਦ ਬਚਾਈਏ। ਆਓ ਰਲ ਮਿਲ ਰੁੱਖ ਲਗਾਈਏ, ਲਾਲਚ ਵਸ਼ਨਾ ਵੱਢੀਏ, ਰੁੱਖ ਰੁੱਖ ਤੋਂ ਸੌ ਮਿਲਦੇ ਸੁੱਖ। ਇਹ ਸਾਰੇ ਸਲੋਗਨ ਲਿਖੇ ਆ ਕੁਛ ਅਸੀਂ, ਸਾਡੇ ਪਰਿਵਾਰਕ ਮੈਂਬਰ ਪਰਮਜੀਤ ਕੌਰ ਭੈਣ ਜੀ, ਪੀ ਐਸ ਬਾਘਾ ਜੀ, ਅਤੇ ਇਹਨਾਂ ਸਾਰਿਆਂ ਵੱਲੋਂ ਇਹ ਕੋਸ਼ਿਸ਼ਾਂ ਸਮੇਂ ਸਮੇਂ 'ਤੇ ਕੀਤੀਆਂ ਜਾਂਦੀਆਂ। ਗੁਰਵਿੰਦਰ ਸਿੰਘ ਆ ਸਾਡੇ, ਪ੍ਰਿਤਪਾਲ ਸਿੰਘ ਆ, ਗਗਨ ਆ ਸਾਡਾ ਵੀਰ, ਮਤਲਬ ਕਿੰਨੇ ਸਾਡੇ ਟੀਮ ਮੈਂਬਰ ਨੇ। ਇਹ ਕੰਪਿਊਟਰ ਸੈਂਟਰ ਅਤੇ ਹੁਨਰ ਵਿਕਾਸ ਕੇਂਦਰ ਖੋਲ੍ਹਿਆ ਗਿਆ, ਹਜੇ ਸਵੇਰ ਦੇ ਕਰਕੇ ਟਾਈਮ ਸ਼ੁਰੂ ਨਹੀਂ ਹੋਇਆ ਕਲਾਸਾਂ, ਅਤੇ ਹੁਣ 10 ਵਜੇ ਤੋਂ ਬਾਅਦ ਕਲਾਸਾਂ ਸ਼ੁਰੂ ਹੋ ਜਾਣੀਆਂ 10:30। ਇਹ ਕੰਪਿਊਟਰ ਸੈਂਟਰ ਆ, ਸਾਨੂੰ ਇੱਥੇ 5 ਕੰਪਿਊਟਰਾਂ ਦੀ ਹੋਰ ਲੋੜ ਆ, ਕਿਉਂਕਿ ਸਟੂਡੈਂਟ ਸਾਡੇ ਕੋਲ ਵੱਧ ਗਏ ਨੇ ਅਤੇ ਕੰਪਿਊਟਰ ਸਾਡੇ ਕੋਲ ਘੱਟ ਨੇ। ਇੱਥੇ ਹੁਣ ਸਕੂਲਾਂ 'ਚ ਛੁੱਟੀਆਂ ਕਰਕੇ ਬੱਚਿਆਂ ਦੀ ਤਾਦਾਦ ਕਾਫੀ ਵੱਧ ਗਈ ਆ। ਅਤੇ ਇਸੇ ਤਰ੍ਹਾਂ ਇੱਧਰ ਸਿਲਾਈ ਸੈਂਟਰ ਖੋਲ੍ਹਿਆ, ਇੱਥੇ ਵੀ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਲੱਗੀਆਂ ਹੋਈਆਂ ਵਾ। ਹੁਣ 10:30 ਇਹ ਵੀ ਸਾਰਾ ਫੁੱਲ ਹੋ ਜਾਣਾ। ਅਤੇ ਇੱਥੇ ਭੈਣਾਂ ਸਾਡੀਆਂ, ਸਾਡੇ ਅੰਦਰੋਂ ਸੁਪਨਿਆਂ ਦੇ ਘਰ ਦੀਆਂ ਭੈਣਾਂ ਵੀ, ਅਤੇ ਇੱਥੋਂ ਦੀਆਂ ਜਿਹੜੀਆਂ ਸਾਡੇ ਨਗਰ ਤੋਂ ਭੈਣਾਂ ਆਉਂਦੀਆਂ ਵਾ ਪਿੰਡ 'ਚੋਂ, ਉਹਨਾਂ ਸਾਰੀਆਂ ਭੈਣਾਂ ਨੇ। ਫਿਰ ਇਹ ਸਾਰਾ ਦਿਨ ਇੱਥੇ ਅਲੱਗ ਅਲੱਗ ਬੈਚ ਬੈਠਦੇ ਨੇ। ਅਤੇ ਆਹ ਚੁੰਨੀ ਚੱਕ ਲਿਆਓ, ਕਿਹਦੀ ਇਹ ਤੁਹਾਡੀ ਆ ਚੁੰਨੀ? ਹਾਂ ਚੱਕ ਲਿਆਓ ਪੁੱਤ, ਫਿਰ ਚੱਕ ਲਿਆਓ ਜੀ ਆਰਤੀ ਦੀ। ਅਤੇ ਅੱਜ ਇਹ ਸੁਪਨਿਆਂ ਦੇ ਘਰ ਦੇ ਨਿੱਕੇ ਨਿੱਕੇ ਨੰਨੇ ਮੁੰਨੇ ਬੱਚੇ ਬੱਚੀਆਂ ਕਿਲਕਾਰੀਆਂ ਮਾਰਦੇ ਘੁੰਮਦੇ ਆ। ਲਾ ਲਓ ਭੈਣੇ ਦਰਵਾਜ਼ਾ, ਤੁਸੀਂ ਚਲੋ ਕੁੜੀ, ਤੁਸੀਂ ਉੱਤੇ ਚਲੇ ਜਾਓ, ਉੱਧਰ ਬੱਚਿਆਂ ਨੂੰ ਲੈ ਜਾਓ ਸਾਰੀਆਂ ਨੂੰ। ਚਲੋ ਇਹਨੂੰ ਵੀ ਲੈ ਜਾਓ ਪੁੱਤ, ਕਿਹੜੀ ਰਸਮ? ਹਾਂ ਠੀਕ ਆ। ਅਤੇ ਉੱਪਰ ਹੁਣ ਜੇ ਆਪਾਂ ਚੱਲੀਏ ਇਸ ਫਲੋਰ ਦੇ ਉੱਪਰ, ਸਾਡੇ ਹੁਣ ਬਾਪੂ ਬਜ਼ੁਰਗ ਸਾਰੇ ਜਿਹੜੇ ਉੱਪਰ ਸ਼ਿਫਟ ਹੋ ਚੁੱਕੇ ਨੇ, 200 ਦੇ ਕਰੀਬ ਮੈਂਬਰ ਆ ਜਿਹੜੇ, ਉਹ ਫਸਟ ਫਲੋਰ ਦੇ ਉੱਪਰ ਸ਼ਿਫਟ ਹੋ ਗਏ ਨੇ। ਤੁਸੀਂ ਦੇਖੋ ਉੱਧਰ ਸਾਹਮਣੇ, ਦੇਖਿਓ ਕੋਈ ਕੱਪੜਿਆਂ ਤੋਂ ਬਿਨਾਂ ਤਾਂ ਨਹੀਂ। ਸ਼ੁਕਲੇ ਬਾਈ ਸਤਿ ਸ੍ਰੀ ਅਕਾਲ, ਕੀ ਹਾਲ ਨੇ? ਇਹ ਸਾਡਾ ਬਾਈ ਆ, ਸੇਵਾ ਦਾ ਸੂਤਰਧਾਰ ਸਾਡਾ ਸ਼ੁਕਲਾ ਬਾਈ, ਇਹ ਸਾਡਾ ਸਭ ਤੋਂ ਪਹਿਲਾ ਮੈਂਬਰ ਆ। ਇਹ ਢਾਬੇ ਦੇ ਉੱਤੇ ਆ ਕੇ ਰੁੜਦਾ ਰੁੜਦਾ ਉੱਥੇ ਪਹੁੰਚ ਗਿਆ ਸੀ, ਦਰੰਗ ਹੋਇਆ ਹੋਇਆ ਸੀ ਬਾਈ ਨੂੰ ਕਿਸੇ ਮਾੜੇ ਬੰਦੇ ਦੇ
ਘਰ ਚ ਗੋਹੇ ਦਾ ਚੱਕਣ ਦਾ ਕੰਮ ਕਰਦਾ ਸੀ ਗੁੱਜਰਾਂ ਦੇ ਬਾੜੇ ਦੇ ਵਿੱਚ। ਤੇ ਉੱਥੋਂ ਵੀਰ ਨੂੰ ਉਹਨਾਂ ਨੇ ਜਦੋਂ ਦਰੰਗ ਹੋ ਗਿਆ ਚੱਕ ਕੇ ਪੁਲ ਥੱਲੇ ਸੁੱਟਤਾ, ਤੇ ਪੁਲ ਥੱਲੇ ਰੁੜਦਾ ਰੁੜਦਾ ਵੀਰਾ ਸਾਡੇ ਕੋਲ ਢਾਬੇ ਤੇ ਆ ਪਹੁੰਚਿਆ ਤੇ ਸਾਨੂੰ ਇੱਥੇ ਤੱਕ ਲੈ ਆਇਆ ਅੱਜ ਬਾਈ। ਇਹ ਬਾਈ ਸ਼ੁਕਲੇ ਦਾ ਪ੍ਰਤਾਪ ਆ। ਤੇ ਇਹ ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਨੇ? ਇਹ ਜਿਵੇਂ ਕਟਰ ਲੱਗਿਆ ਹੋਇਆ ਉੱਪਰ ਹਵਾ ਦਾ, ਵੀ ਅੰਦਰ ਮੱਖੀ ਜਾਂ ਮੱਛਰ ਨਾ ਜਾਵੇ, ਹੈ ਨਾ? ਹਵਾ ਦੇਖੋ ਕਿੰਨੀ ਤੇਜ਼ ਚੱਲਦੀ ਹੈ। ਇਹ ਇੱਥੋਂ ਅੰਦਰਲੀ ਜਿਹੜੀ ਕੂਲਿੰਗ ਆ ਉਹਨੂੰ ਮੇਨਟੇਨ ਰੱਖਦਾ। ਹੁਣ ਤੁਸੀਂ ਦੇਖੋ ਅੰਦਰ ਆ ਜਿਹੜੇ ਵੱਡਾ ਡਾਕਟਰ ਲੱਗਿਆ ਹੋਇਆ, ਤੇ ਇਹਦੇ ਨਾਲ ਪੂਰੀ ਠੰਡੀ ਹਵਾ ਆਉਂਦੀ ਹੈ ਕਿਉਂਕਿ ਉੱਪਰ ਅਸੀਂ ਵੱਡਾ ਕੂਲਰ ਲਾਇਆ। ਤੇ ਇੱਥੇ ਉਹ ਬੋਰਡ ਟੰਗਿਆ ਨਹੀਂ ਹਜੇ ਤੱਕ, ਉਹ ਸਾਹਮਣੇ ਪੈਣਾ ਸੁਪਨਿਆਂ ਦੇ ਘਰ ਦਾ। ਤੇ ਇੱਥੇ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਆ ਜਿਹੜੇ ਰਹਿੰਦੇ ਆ। ਕਿਵੇਂ ਅਮਨਜੋਤ? ਠੀਕ ਆ ਅਮਰਜੋਤ? ਠੀਕ ਆ। ਤੇ ਇਹਨਾਂ ਸਾਰੇ ਮੈਂਬਰਾਂ ਵਾਸਤੇ ਇੱਥੇ ਪ੍ਰਬੰਧ ਕੀਤੇ ਗਏ ਨੇ। ਇਸ ਸਾਈਡ ਵਾਸ਼ਰੂਮ ਬਣੇ ਹੋਏ ਨੇ, ਇੱਧਰ ਦੇਖਿਓ ਬਾਥਰੂਮਾਂ ਦੇ ਵਿੱਚ ਕਾਕਾ ਕੋਈ ਹੈ ਤਾਂ ਨਹੀਂ? ਚੱਲ ਤੁਸੀਂ ਪਿੱਛੇ ਚਲੋ, ਇੱਧਰ ਆ ਜਾਓ ਕਾਕਾ, ਆ ਜਾਓ। ਹੁਣ ਜਿਵੇਂ ਜਿਵੇਂ ਉੱਪਰ ਇਸ਼ਨਾਨ ਹੋ ਰਹੇ ਨੇ, ਨਹਾ ਕੇ ਮੈਂਬਰ ਥੱਲੇ ਪਹੁੰਚੀ ਜਾਂਦੇ ਨੇ ਗੁਰੂ ਘਰ ਚ। ਇੱਥੇ ਵੀ ਇਹ ਵੱਡੇ ਬਾਥਰੂਮ ਬਣੇ ਹੋਏ ਆ। ਇੱਕ ਮਿੰਟ ਰੁਕ ਕੇ ਦੇਖ ਲੈਂਦੇ ਕੋਈ ਨਹਾਉਂਦਾ ਤਾਂ ਨਹੀਂ? ਆ ਜਾਓ ਅੱਗੇ ਆ ਜਾਓ। ਇਹ ਸੈਲਫ ਜਿਹੜੇ ਆਪ ਬੰਦੇ ਨਹਾਉਂਦੇ ਨੇ ਉਹਨਾਂ ਵਾਸਤੇ ਨੇ, ਸ਼ਾਵਰ ਲੱਗੇ ਹੋਏ ਨੇ। ਇਹ ਆਪ ਬੰਦੇ ਜਿਹੜੇ ਤੰਦਰੁਸਤ ਨੇ, ਤਕੜੇ ਨੇ। ਇੱਧਰ ਚਾਰ ਸਿੰਖ ਇੱਧਰ ਆ, ਚਾਰ ਸਿੰਖ ਇੱਧਰ ਆ, ਇਹਦੇ ਪਿੱਛੇ ਜੋਰਨਰ ਲੱਗੇ ਹੋਏ ਨੇ। ਇਹ ਸਾਰੀਆਂ ਟੋਇਲਟਾਂ ਵਾ, ਬਿਲਕੁਲ ਕਲੀਨ ਆ, ਪੂਰਾ ਸਾਫ਼ ਸੁਥਰਾ ਮਾਹੌਲ, ਟਾਈਲਾਂ ਲੱਗੀਆਂ ਹੋਈਆਂ। ਉਹ ਕਾਲ ਪੁਰਖ ਵਾਹਿਗੁਰੂ ਦੀ। ਕਾਕਾ ਲਾਈਟਾਂ ਬੰਦ ਕਰੋ ਸਾਰੀਆਂ ਉੱਪਰਲੀਆਂ, ਅਤੇ ਮਤਲਬ ਵਾਹਿਗੁਰੂ ਜੀ ਦੀ ਕਿਰਪਾ ਸੰਗਤ ਦੇ ਸਹਿਯੋਗ ਨਾਲ ਕੰਧਾਂ 'ਤੇ ਵੀ ਟਾਈਲਾਂ, ਸਾਰੇ ਵਾਸ਼ਰੂਮਾਂ ਨੂੰ ਸਫਾਈ, ਹਵਾ ਹਾਰਾ, ਉੱਪਰ ਜਾਲੀ ਲੱਗੀ ਹੋਈ ਹੈ ਚਾਰੇ ਪਾਸੇ, ਕੋਈ ਸਮੈਲ ਨਹੀਂ। ਆਹ ਹੁਣ ਸਰਦੀਆਂ ਵਾਸਤੇ ਜਿਵੇਂ ਹੁਣ ਗਾਂ ਇਸ਼ਨਾਨ ਹੋਣੇ ਆ, ਇੱਥੇ ਉੱਪਰ ਹੀ ਨਹਾ ਜਾਇਆ ਕਰਨਗੇ ਸਾਰੇ, ਇੱਥੇ ਹੀ ਕੱਪੜੇ ਪਾਏ ਜਾਇਆ ਕਰਨਗੇ। ਜਿਹੜੇ ਤੁਸੀਂ ਥੱਲੇ ਦੇਖਦੇ ਹੋ ਨਵਾ ਨਵਾ ਕੇ ਕੱਪੜੇ ਪਾ ਕੇ ਪੱਗਾਂ ਬਣਾਈਆਂ ਜਾਂਦੀਆਂ, ਉਹ ਇੱਥੇ ਉੱਪਰ ਹੀ ਹੋ ਜਾਇਆ ਕਰੂਗਾ ਕਾਰਜ ਸਾਰਾ। ਅਤੇ ਤਾਂ ਜੋ ਠੰਡ ਦੇ ਵਿੱਚ ਫਿਰ ਥੱਲੇ ਜਾਣਾ, ਉੱਪਰ ਜਾਣਾ ਔਖਾ ਸੀਗਾ। ਅਤੇ ਇੱਥੇ ਹੀ ਇਸੇ ਹਾਲ 'ਚ ਉਹ ਬਿਲਕੁਲ ਸਾਹਮਣੇ ਸਿਰੇ 'ਤੇ ਵਲੰਟੀਅਰ ਦਾ ਰਿਹਾਇਸ਼ ਆ, ਉੱਥੇ ਵਲੰਟੀਅਰ ਰਹਿੰਦੇ ਆ। ਕਾਕਾ ਕਰ ਲਿਆ ਕਰ ਜੂਮ ਮਾੜਾ ਮੋਟਾ ਤੂੰ ਵੀ। ਅਤੇ ਇਹ ਸਾਰਾ ਏਰੀਆ ਵਲੰਟੀਅਰਸ ਦਾ। ਸਾਹਮਣੇ ਵਾਲੇ ਪਾਸੇ ਵੀ ਖੂੰਜੇ 'ਚ ਉੱਧਰ ਵਾਸ਼ਰੂਮ ਨੇ ਸਾਹਮਣੇ, ਅਤੇ ਉੱਥੇ ਵੀ ਜਿਵੇਂ ਸਾਡੇ ਗ੍ਰੰਥੀ ਸਿੰਘ ਨੇ, ਲਾਂਗਰੀ ਸਿੰਘ ਨੇ, ਵਲੰਟੀਅਰ ਨੇ, ਉਹਨਾਂ ਵਾਸਤੇ ਉੱਧਰਲੇ ਪਾਸੇ ਵਾਸ਼ਰੂਮ ਤਿਆਰ ਕੀਤੇ ਗਏ ਨੇ। ਇੱਧਰ ਨੂੰ ਘੁੰਮਿਆ ਹੋਇਆ ਇਹਨੂੰ, ਆ ਜਾਓ। ਅਤੇ ਇੱਦਾਂ ਹੀ ਜਦੋਂ ਇਹ ਸਾਰਾ ਉੱਪਰਲਾ ਫਲੋਰ ਵੀ ਸਾਰਾ ਬਣ ਕੇ ਤਿਆਰ ਹੋਜੂ,
ਆ ਸਾਰਾ ਸ਼ੈੱਡ ਜਿਹੜਾ ਇਹ ਖੁੱਲ ਜਾਣਾ ਇੱਥੋਂ, ਇਹ ਸ਼ੈੱਡ ਨੂੰ ਖੋਲ ਕੇ ਤੇ ਉੱਧਰ ਮੱਝਾਂ ਵਾਲੇ ਪਾਸੇ ਸ਼ਿਫਟ ਕਰ ਦੇਣਾ ਪਸ਼ੂਆਂ ਵਾਸਤੇ। ਇਹ ਸਾਰਾ ਸ਼ੈੱਡ ਖੋਲ ਕੇ ਉੱਪਰ ਸਾਰੇ ਮੈਂਬਰ ਤਾਂ ਸ਼ਿਫਟ ਹੋ ਜਾਣਗੇ। ਸਾਹਮਣੇ ਵਾਲਾ ਸ਼ੈੱਡ ਆ ਜਿਹੜਾ ਜਿੱਥੇ ਮਨੁੱਖਤਾ ਦੀ ਸੇਵਾ ਲਿਖਿਆ ਹੋਇਆ, ਉਹ ਵੀ ਓਪਨ ਹੋ ਜਾਊਗਾ, ਖੁੱਲ ਜਾਊਗਾ ਆਉਣ ਵਾਲੇ ਸਮੇਂ 'ਚ। ਤੇ ਉਹਨੂੰ ਖੋਲ ਕੇ ਆਪਾਂ ਆਇਆ ਸਹਿ ਆਪਣੇ ਸੌਰਵ, ਕਿਉਂਕਿ ਹਜੇ ਆ ਉੱਪਰਲਾ ਜਿਹੜੀਆਂ ਪੌੜੀਆਂ ਤੁਸੀਂ ਦੇਖਦੇ ਹੋ, ਹਜੇ ਇੱਥੇ ਪੱਥਰ ਪੁੱਥਰ ਲੱਗਣ ਵਾਲਾ, ਹੌਲੀ ਹੌਲੀ ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੀ ਜਾਂਦੇ ਨੇ ਲੱਗੇ ਹੋਏ ਆ ਸਟੈਪ ਬਾਏ ਸਟੈਪ। ਤੇ ਆਹ ਫਲੋਰ ਆ ਹੁਣ ਜਿਹੜਾ ਇਹ ਤਿਆਰ ਹੋਈ ਜਾਂਦਾ, ਇਹ ਹੁਣ ਸਾਡੀ ਕੋਸ਼ਿਸ਼ ਆ ਵੀ ਮਈ ਦੇ ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜਾਵੇ, ਪੰਜ ਚਾਰ ਦਿਨਾਂ ਦੇ ਵਿੱਚ ਹੋਰ ਜਿਹੜਾ ਮਾੜਾ ਮੋਟਾ ਕਾਰਜ ਉਹ ਵੀ ਹੋ ਜਾਵੇ। ਆਹ ਥੱਲੇ ਟਾਈਲਾਂ ਲੱਗ ਗਈਆਂ ਦੇਖੋ ਸਾਰੀਆਂ, ਤੇ ਆਹ ਹੁਣ ਦੀਵਾਰਾਂ ਤੇ ਟਾਈਲਾਂ ਲੱਗਣੀਆਂ ਜਿਹੜੀਆਂ ਉਹ ਰਹਿੰਦੀਆਂ ਵਾ। ਉਹ ਛੋਟੂ ਕਿੱਥੇ ਟਾਈਲਾਂ ਵਾਲਾ ਛੋਟੂ? ਬੁਲਾਓ ਉਹਨੂੰ ਉੱਪਰ ਬੁਲਾਓ ਬੇਟਾ। ਤੇ ਇੱਥੇ ਫਿਰ 200 ਮੈਂਬਰ ਇੱਥੇ ਆ ਜਾਊਗਾ ਹੋਰ, ਹਨਾ। ਫਿਰ ਜਿਹੜੇ ਹੁਣ ਥੱਲੇ ਮੈਂਬਰ ਰਹਿ ਰਹੇ ਨੇ ਉਹ ਲਗਭਗ ਫਾਈਨਲ ਉੱਪਰ ਆ ਜਾਣਗੇ ਸਾਰੇ, ਥੋੜੇ ਬਹੁਤੇ ਛੱਡ ਕੇ। ਇੱਥੇ ਵੀ ਇਹਨਾਂ ਦੇ ਵਾਸ਼ਰੂਮ ਤਿਆਰ ਕਰਾਏ ਆ ਉਵੇਂ ਹੀ ਸੇਮ, ਇੱਧਰ ਵੀ ਨਹਾਉਣ ਵਾਸਤੇ ਆ। ਇਹ ਕੰਧ ਥੋੜ੍ਹੀ ਅਸੀਂ ਇਹਦੇ 'ਚ ਪਿੱਛੇ ਕੀਤੀ ਆ, ਇੱਥੇ ਯੋਰਨਰ ਲੱਗੇ ਆ, ਇਹਦੇ 'ਤੇ ਸ਼ੈਂਖ ਲੱਗਣੇ ਆ। ਇਹ ਟੋਇਲਟ ਵਾਸ਼ਰੂਮ ਨੇ ਸਾਰੇ ਉਵੇਂ ਹੀ ਜਿਵੇਂ ਥੱਲੇ ਦੇਖ ਕੇ ਆਏ ਤੁਸੀਂ, ਇਹ ਤਿਆਰ ਹੋਣੇ ਆ, ਟਾਈਲਾਂ ਲੱਗਣੀਆਂ ਇਹਨਾਂ ਵਾਸਤੇ, ਜਿਵੇਂ ਸੈਂਟਰੀ ਦਾ ਚਾਹੀਦਾ ਸਮਾਨ, ਟੂਟੀਆਂ ਦਾ, ਹੋਰ ਟਾਈਲਾਂ ਚਾਹੀਦੀਆਂ, ਹਨਾ। ਇੱਦਾਂ ਮਤਲਬ ਲੱਕੜ ਦੇ ਦਰਵਾਜ਼ੇ ਲੱਗਣੇ ਆ ਉਹ ਸਾਰੀ। ਛੋਟੂ ਕਿੱਥੇ ਬੇਟਾ? ਕਿੰਨਾ ਕੰਮ ਰਹਿ ਗਿਆ ਤੁਹਾਡਾ? ਇਹ ਦੀਵਾਰਾਂ ਰਹਿ ਗਈਆਂ ਤੇ 1 ਤਰੀਕ ਤੱਕ ਹੋਈ ਸੀ ਗੱਲ, ਹੋ ਜੂ 1 ਤਰੀਕ ਤੱਕ ਫਾਈਨਲ? ਅੱਜ ਕਿੰਨੀ ਤਰੀਕ ਹੋ ਗਈ ਆ? ਅੱਜ 24 ਤਰੀਕ ਆ, ਮਤਲਬ ਆਪਣੇ ਕੋਲ ਟਾਈਮ ਹੈਗਾ ਹਜੇ 6-7 ਦਿਨਾਂ ਦਾ, ਹਨਾ। 6-7 ਦਿਨਾਂ 'ਚ ਫਾਈਨਲ ਹੋ ਜੂਗਾ ਨਾ ਸਾਰਾ? ਠੀਕ ਆ ਬੇਟਾ, ਕਰ ਦਿਓ ਖਿੱਚ ਕੇ ਕੰਮ। ਆਪਾਂ 1 ਤਰੀਕ ਨੂੰ ਨਾ ਉੱਪਰ ਲੈ ਕੇ ਆਉਣਾ ਵਾ ਬਾਬਿਆਂ ਨੂੰ, ਤੇ ਸਾਡੀ ਇਹ ਆਹ ਬਰਾਂਡੇ ਦੇ ਵਿੱਚ ਟਾਇਲ ਲੱਗਣ ਵਾਲੀ ਰਹਿੰਦੀ ਆ। ਹਜੇ ਇੱਥੇ ਇੱਕ ਪ੍ਰੋਬਲਮ ਹੋਰ ਆ, ਲੈਫਟ ਲੱਗਣ ਵਾਲੀ ਆ, ਹਨਾ, ਉੱਧਰਲੇ ਪਾਸੇ ਲੈਫਟ ਲੱਗਣੀ ਆ। ਤੇ ਉਹ ਲੈਫਟ ਦੇ ਲੱਗਣ ਤੋਂ ਬਾਅਦ ਰੈਂਪ ਅਸੀਂ ਪਹਿਲਾਂ ਤਿਆਰ ਕਰਾਈ ਜਾਂਦੇ ਹਾਂ ਵੀ, ਫਿਰ ਉੱਪਰ ਜਿਹੜੀਆਂ ਵੀਲ ਚੇਅਰਾਂ ਆਉਣੀਆਂ ਜਾਂ ਜਿਹੜੇ ਬਾਪੂ ਬਜ਼ੁਰਗ ਜਮੇ ਡਿਸੇਬਲ ਨੇ, ਹਨਾ, ਬਿੱਡਾਂ 'ਤੇ ਹੀ ਨੇ, ਉਹ ਆਉਣੇ ਆ ਸਾਰੇ। ਉਹਨਾਂ ਨੂੰ ਹਰ ਰੋਜ਼ ਉਤਰਨਾ, ਥੱਲੇ ਲੈ ਕੇ ਜਾਣਾ, ਹੋਸਪਿਟਲ ਜਾਣਾ, ਉਹ ਬੜੀ ਮੁਸ਼ਕਿਲ ਆਊਗੀ ਗਾਂਹ ਜਾ ਕੇ। ਹੱਥ ਫੜ ਲਾ ਉਹਦਾ ਨਾਲ, ਲੱਗੀ ਨਹੀਂ ਹੋਈ ਗ੍ਰਿਲ। ਤੇ ਇੱਥੇ ਜਿਵੇਂ ਹੁਣ ਆ ਸਾਰੇ ਗ੍ਰਿਲਾਂ ਵਗੈਰਾ ਲੱਗਣੀਆਂ, ਹਨਾ, ਤੇ ਉਹਦੇ ਵਾਸਤੇ ਸਾਨੂੰ ਬਿਲਡਿੰਗ ਵਾਲੇ ਬਾਈਆਂ ਦੀ ਲੋੜ ਆ, ਜਿਹੜੇ ਵੈਲਡਿੰਗ ਦਾ ਕੰਮ ਕਰਦੇ ਆ, ਹਨਾ। 2-4 ਦਿਨ ਲਵਾ ਜਾਓ ਬਾਈ ਸਾਡੇ ਨਾਲ, ਕੰਮ ਜਿਹਾ ਖਿੱਚਿਆ ਜਾਊਗਾ। ਦੇਖੋ ਹੁਣ ਆ ਸਾਰਾ ਖੁੱਲ੍ਹਾ ਹੀ ਪਿਆ ਹਜੇ, ਹਨਾ, ਇਹ ਜੋੜਨ ਵਾਲਾ। ਹੁਣ ਆ ਥੱਲੇ ਤੁਸੀਂ ਦੇਖੋ ਸੁਪਨਿਆਂ ਦੇ ਘਰ ਦੇ ਵਿੱਚ ਆਪਾਂ ਖੜੇ ਹਾਂ, ਇਹ ਸੁਪਨਿਆਂ ਦਾ ਘਰ ਆ ਸਾਡਾ। ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਕਿੱਡਾ ਵੱਡਾ ਘਰ ਹੋਈ ਜਾਂਦਾ ਦਿਨੋ ਦਿਨ। ਉੱਧਰ ਦੇਖੋ ਸਾਡੀਆਂ ਬੀਬੀਆਂ ਅਤੇ ਭੈਣਾਂ ਦਿਨ ਦੇ ਵਿੱਚ, ਉੱਥੇ ਅਸੀਂ ਇੱਕ ਕਾਨਿਆਂ ਦਾ ਸ਼ੈੱਡ ਬਣਾਇਆ ਹੋਇਆ, ਉਹਦੇ ਵਿੱਚ ਕੂਲਰ ਲਾ ਦੇਈਦਾ। ਬੀਬੀਆਂ ਦਿਨੇ ਜਿਵੇਂ ਵਿਹਲੇ ਹੋ ਕੇ ਸਾਰੀਆਂ ਉੱਥੇ ਬੈਠ ਜਾਂਦੀਆਂ, ਜੇ ਕਿਸੇ ਨੇ ਸਬਜ਼ੀਆਂ ਕੱਟਣੀਆਂ
ਸਬਜ਼ੀਆਂ ਕੱਟੀ ਜਾਂਦੀਆਂ, ਗੱਲਾਂ ਬਾਤਾਂ ਮਾਰੀ ਜਾਂਦੀਆਂ, ਆਪਣਾ ਦੁੱਖ ਸੁੱਖ ਫੁੱਲੀ ਜਾਂਦੀਆਂ ਇੱਕ ਦੂਜੇ ਦੇ ਨਾਲ, ਹਨਾ। ਤੇ ਇਸ ਤਰ੍ਹਾਂ ਦੇ ਕਾਰਜ ਆ ਜਿਹੜੇ ਚੱਲੀ ਜਾਂਦੇ ਸਾਰਾ ਦਿਨ। ਇੱਕ ਗਿੱਕੇ ਵਿਨੋਦ ਸਤਨਾਮ ਗਿੱਕੇ ਨੂੰ ਫੋਨ ਕਰੀ, ਉਹ ਜਿਹੜੇ ਬੰਦੇ ਫਿਰਦੇ ਕੌਣ ਨੇ ਪਿੱਛੇ, ਉਹ ਤੇ ਕੀ ਲਈ ਜਾਂਦੇ ਚੱਕ। ਗੇਸੂ ਆ, ਉਹ ਜਾਕਸ਼ੂ ਕਿੱਥੇ ਆ? ਜਾਕਸ਼ੂ ਆ ਉੱਚੇ ਇੰਨੇ ਕਹਿ ਦੋ ਕਿੱਥੇ ਆ, ਆ ਇੰਨਾ ਉੱਚਾ ਦਿਓੜੀ ਨਹੀਂ ਯਾਰ। ਨਹੀਂ ਨਹੀਂ ਨਹੀਂ, ਇੰਨਾ ਮਾਲ ਪਊਗਾ ਲੈਂਟਰ ਚ? ਨਹੀਂ, ਜਿੰਨਾ ਲੈਂਟਰ ਆ ਉਹਨਾਂ ਚ ਉਦੋਂ ਮੋਟਾ ਹੈ ਤਾਂ। ਨਹੀਂ ਮੈਨੂੰ ਨੀ ਪਤਾ ਡੌਨ ਹੋਣੀ ਹੈ ਕਿ ਨਹੀਂ ਹੋਣੀ ਆ, ਪਰ ਇੰਨਾ ਮੋਟਾ ਮਾਲ ਪਾ ਕੇ ਆਪਾਂ ਇੰਨਾ ਨੁਕਸਾਨ ਕਰਨਾ ਯਾਰ? ਛੇ ਇੰਚ ਦਾ ਘੱਟੋ ਘੱਟ, 6-7 ਇੰਚ ਦਾ ਕੰਮ ਆ, 6 ਇੰਚ ਦਾ, ਉਸ ਤੋਂ ਵੀ ਜ਼ਿਆਦਾ। ਇਹ ਏਅਰ ਵਾਸ਼ਰ ਲਾਇਆ ਸੀਗਾ ਜੀ ਅਸੀਂ, ਤੇ ਏਅਰ ਵਾਸ਼ਰ ਦੇ ਵਿੱਚ ਆ ਪੂਰਾ ਵੱਡਾ ਇੱਕ ਮਤਲਬ ਕਮਰਾ ਹੀ ਆ ਇਹ ਹਵਾ ਖਿੱਚ ਰਿਹਾ ਅੰਦਰ ਨੂੰ ਏਦਾਂ ਪੂਰੀ, ਹਨਾ। ਆ ਜਾਲੀਆਂ ਲੱਗੀਆਂ ਹੋਈਆਂ ਇਹਦੇ ਵਿੱਚ, ਮਤਲਬ ਇਹਨਾਂ ਸਾਰੀਆਂ ਜਿਹੜੀਆਂ ਜਾਲੀਆਂ ਦੇ ਵਿੱਚ ਇੰਨੀ ਠੰਡੀ ਕੂਲਿੰਗ ਆ ਥੱਲੇ, ਜਿਹੜੇ ਬਾਪੂ ਹੁਣ ਆਪਾਂ ਦੇਖ ਕੇ ਆਏ ਆ ਉਹ ਸਾਰੇ ਐਨ ਪੂਰਾ ਠੰਡਕ ਦੇ ਵਿੱਚ ਰਹਿੰਦੇ ਆ, ਏਸੀ ਨਾਲੋਂ ਵੀ ਜ਼ਿਆਦਾ ਠੰਡਾ ਜਿਹੜਾ ਇਹ ਹੋ ਜਾਂਦਾ ਏਰੀਆ। ਦੇਖੋ ਵੱਡੀ ਮੋਟਰ ਲੱਗੀ ਹੋਈ ਆ, ਵੱਡਾ ਇੱਧਰ ਪੈਡ ਲੱਗਿਆ ਹੋਇਆ, ਹਨੀ ਪੈਡ ਪਿੱਛੇ, ਬਸ ਪੁੱਤ ਹੋ ਜਾਓ ਪਿੱਛੇ, ਸਤਨਾਮਾ ਲਾ ਦੀ ਪੁੱਤ, ਪਾਣੀ ਦੇਖਿਓ ਭਰ ਰਿਹਾ ਨਾ ਵਿੱਚ, ਧਿਆਨ ਨਾਲ ਲਾਈ ਹੈ ਨਾ, ਇੱਥੋਂ ਬੰਦ ਕਰ ਲਿਆ ਇਹਨੂੰ। ਤੇ ਹੁਣ ਇਹਨੂੰ ਅਸੀਂ ਤਿਆਰ ਕਰ ਰਹੇ ਹਾਂ, ਜਦੋਂ ਇਹ ਫਲੋਰ ਤਿਆਰ ਹੋਜੂ ਜਿਵੇਂ ਥੱਲੇ ਵਾਲੇ ਟਾਈਲਾਂ ਲੱਗੀ ਜਾਂਦੀਆਂ ਤੁਸੀਂ ਦੇਖਦੇ ਹੋ, ਫਿਰ ਸਾਡੀਆਂ ਜਿਹੜੀਆਂ ਪਰਿਵਾਰ ਦੀਆਂ ਜ਼ਰੂਰਤਾਂ ਲਗਭਗ ਰਹਿਸ਼ ਦੇ ਪ੍ਰਬੰਧ ਪੂਰੇ ਹੋ ਜਾਣਗੇ ਜਦੋਂ ਇਹ ਫਲੋਰ ਵੀ ਪੂਰਾ ਹੋ ਜਾਊਗਾ। ਫਿਰ ਸਾਡੇ ਜਿਹੜੇ ਪੂਰੇ ਮੈਂਬਰ ਨੇ ਸਾਰੇ, ਮੰਨ ਲਓ ਇੱਕ ਫਲੋਰ ਦੇ ਉੱਤੇ 200 ਮੈਂਬਰ ਰਹਿ ਸਕਦਾ, ਬੈੱਡ ਲੱਗਦਾ ਖੁੱਲ੍ਹਾ ਡੁੱਲਾ, ਵਿੱਚੋਂ ਵਲੰਟੀਅਰ ਦੇ ਕਮਰੇ ਕੱਢ ਦਈਏ, ਆਪਣੇ ਸੋਰੀ ਫਲੋਰ ਕੱਢ ਦਈਏ, ਬਾਥਰੂਮ ਕੱਢ ਦਈਏ, ਸਾਰਾ ਵਿੱਚੋਂ ਕੱਢ ਕੇ ਕਟਿੰਗ ਕਰਕੇ। ਵੈਸੇ ਤਾਂ 300 ਵੀ ਲੱਗ ਸਕਦਾ ਬੈੱਡ ਜੇ ਜਿਵੇਂ ਜਿਵੇਂ ਕੰਜਸਟਡ ਹੋਣਗੇ, ਜ਼ਿਆਦਾ ਮੈਂਬਰ ਵਧਣਗੇ, ਪਰ ਅਸੀਂ ਖੁੱਲ੍ਹਾ ਡੁੱਲਾ ਜਿਹੜਾ ਬੈੱਡ ਆ 200 ਬੈੱਡ ਲਾ ਰਹੇ ਹਾਂ ਇਹਦੇ 'ਤੇ। ਤੇ ਜੇ 3 ਫਲੋਰ ਕੰਪਲੀਟ ਹੋ ਜਾਂਦੇ ਆ ਤਾਂ ਮਤਲਬ 600 ਮੈਂਬਰ ਇੱਧਰ ਬਾਪੂ ਬਜ਼ੁਰਗਾਂ ਤੇ ਵੀਰਾਂ ਵਾਸਤੇ ਹੋਜੂ, ਤੇ 1 ਭੈਣਾਂ ਵਾਸਤੇ ਹੋਜੂ, ਬੀਬੀਆਂ ਵਾਸਤੇ ਹੈਗਾ ਹਨਾ। ਤਾਂ ਫਿਰ ਇਹ 4 ਫਲੋਰਾਂ ਦੇ ਵਿੱਚ ਜਿਹੜੇ ਅੱਜ ਸਾਡੇ ਕੋਲ ਮੈਂਬਰ ਰਹਿੰਦੇ ਨੇ ਜਿੰਨੇ, ਉਹਨਾਂ ਨੂੰ ਖੁੱਲ੍ਹਾ ਡੁੱਲਾ ਇੱਥੇ, ਹੁਣ ਦੇਖੋ ਕੱਪੜੇ ਧੋ ਧੋ ਕੇ ਸੁੱਕਣੇ ਪਾਈ ਜਾਂਦੇ ਨੇ ਥੱਲੇ ਸਾਡੇ ਟੀਮ ਦੇ ਮੈਂਬਰ, ਇੱਥੇ ਮਸ਼ੀਨਾਂ ਲੱਗੀਆਂ ਹੋਈਆਂ ਸਾਹਮਣੇ, ਉੱਥੇ ਕੱਪੜੇ ਧੋਈ ਜਾਂਦੇ ਨੇ, ਲਾਂਡਰੀ ਵਾਲੀਆਂ ਮਸ਼ੀਨਾਂ ਲੱਗੀਆਂ ਹੋਈਆਂ, ਇੱਥੋਂ
ਸਾਰਾ ਦਿਨ ਇਹਨਾਂ ਨੇ ਦੇਖੋ ਕਰੀਬ 500 ਤੋਂ ਪਲੱਸ ਮੈਂਬਰਾਂ ਦੇ ਕੱਪੜੇ ਆ ਜਿਹੜੇ ਧੋਤੇ ਜਾਂਦੇ ਆ, ਕਿਉਂਕਿ ਵੀਰ ਜਿਹਦੇ ਵਿੱਚ ਕੋਈ 70 ਕੁ ਬੰਦੇ ਇੱਦਾਂ ਦੇ ਵੀ ਆ ਜਿਹੜੇ ਆਪਣੇ ਆਪਣੇ ਕੱਪੜਿਆਂ ਨੂੰ ਸੰਭਾਲਣ ਦੇ ਯੋਗ ਹੋ ਗਏ ਨੇ ਜਾਂ ਹੈਗੇ ਨੇ, ਹਨਾ। ਤੇ ਇਹ ਸਾਡੀਆਂ ਜ਼ਰੂਰਤਾਂ ਜਿਵੇਂ ਸਾਨੂੰ ਜਿਵੇਂ ਤੁਹਾਨੂੰ ਦੱਸਿਆ ਬੇਨਤੀ ਕੀਤੀ ਆ, ਪਲੰਬਰ ਵੀਰ ਦੀ ਲੋੜ ਆ, ਬਿਲਡਿੰਗ ਵਾਲੇ ਵੀਰ ਦੀ ਲੋੜ ਆ, ਹਨਾ, ਤੇ ਸਾਨੂੰ ਸੈਂਟਰੀ ਵਾਲੇ ਲੱਕੜ ਵਾਲੇ ਵੀਰ ਦੀ ਲੋੜ ਆ, ਹਨਾ। ਜਿਵੇਂ ਆਹ ਸਾਰੀਆਂ ਰੇਲਿੰਗ ਵਗੈਰਾ ਲੱਗਣੀਆਂ ਉੱਪਰ ਤੱਕ, ਜੇ ਕੋਈ ਬਿਲਡਿੰਗ ਵਾਲਾ ਵੀਰ 2-4 ਦਿਨ ਲਵਾ ਜਾਣ ਆ ਕੇ ਵਾਰੀ ਵਾਰੀ, ਨਾ ਰਾਜ ਮਿਸਤਰੀ ਵੀਰ ਦੀ ਲੋੜ ਆ, ਜਿਹੜੇ ਰਾਜ ਮਿਸਤਰੀ ਵੀਰ ਨੇ ਤੇ ਉਹ ਜੇ ਬਾਈ ਸਾਡੇ ਨਾਲ ਆ ਕੇ ਸਮਾਂ ਕਢਾਉਣ ਤੇ ਉਹਨਾਂ ਨੂੰ ਜਿਹੜੀ ਉਹਨਾਂ ਦੀ ਬਣਦੀ ਹੈ ਕਿਰਤ ਕਮਾਈ ਜਿਹੜੀ ਉਹਨਾਂ ਨੂੰ ਦਿੱਤੀ ਜਾਊਗੀ, ਜਿੰਨੀ ਦਿਹਾੜੀ ਚੱਲਦੀ ਆ ਉਹ ਦਿੱਤੀ ਜਾਊਗੀ। ਤੇ ਬਾਕੀ ਕੱਪੜਿਆਂ ਦੀ ਕੁੜਤੇ ਪਜਾਮਿਆਂ ਦੀ ਸੇਵਾ ਦੇ ਵਾਸਤੇ ਬੇਨਤੀ ਕਰੀ ਹੋਈ ਹੈ ਸੰਗਤ ਨੂੰ, ਹਨਾ, ਤੇ ਇਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਤੁਸੀਂ ਪੂਰੀਆਂ ਕਰ ਸਕਦੇ ਹੋ। ਇੱਕ ਸਾਡਾ ਕੋਈ ਵੀਰ ਕਲਰਕ, ਜਿਹੜਾ ਵੀਰ ਪੜ੍ਹਿਆ ਲਿਖਿਆ ਹੋਵੇ ਕਲਰਕ ਦਾ ਕੰਮ ਕਰ ਸਕਦਾ ਹੋਵੇ ਉਹ ਸਾਨੂੰ ਜ਼ਰੂਰ ਸੰਪਰਕ ਕਰੇ ਬਾਈ, ਤੇ ਸਾਡਾ ਰਿਕਾਰਡ ਮੇਨਟੇਨ ਕਰਨ ਵਾਸਤੇ ਸਾਨੂੰ ਚੰਗੇ ਕਲਰਕ ਦੀ ਲੋੜ ਆ ਬਾਈ। ਇੱਥੇ ਥੱਲੇ ਇਹ ਸਾਰੇ ਬੇਸਮੈਂਟ ਦੇ ਵਿੱਚ ਥੱਲੇ ਕੱਪੜਿਆਂ ਦਾ ਹੀ ਆ, ਤੁਸੀਂ ਦੇਖੋ ਕੱਪੜੇ ਪਏ ਨੇ, ਕੱਪੜਿਆਂ ਦੀ ਛਾਂਟੀ ਕਰ ਕਰਕੇ ਰੱਖੀ ਜਾਂਦੇ ਹਾਂ। ਹੁਣ ਸਿਆਲਾਂ ਵਾਲਾ ਜਿੰਨਾ ਕੱਪੜਾ ਵਾ ਉਹ ਸਾਂਭਿਆ ਜਾ ਰਿਹਾ ਵਾ, ਗਰਮੀਆਂ ਵਾਲਾ ਕੱਪੜਾ ਕੱਢਿਆ ਜਾ ਰਿਹਾ। ਸਤਿ ਸ਼੍ਰੀ ਅਕਾਲ ਭੈਣ, ਇਹ ਟੀਚਰ ਆ ਭੈਣ ਸਾਡੀ ਜਿਹੜੀ ਸਟਿਚਿੰਗ ਸੈਂਟਰ ਦੇ ਵਿੱਚ ਸੇਵਾ ਕਰ ਰਹੀ ਆ, ਤੇ ਇਸ ਪਾਸੇ ਨੂੰ ਆਪਾਂ ਜਦੋਂ ਜਾਂਦੇ ਹਾਂ ਤਾਂ ਇਹ ਦਫ਼ਤਰ ਬਣ ਰਿਹਾ, ਹਨਾ, ਕਿਉਂਕਿ ਜਿਸ ਹਿਸਾਬ ਨਾਲ ਸੰਗਤ ਸਾਡੇ ਕੋਲ ਆਉਂਦੇ ਨੇ, ਜਿਸ ਹਿਸਾਬ ਨਾਲ ਸਾਡੇ ਕੋਲ ਪਰਿਵਾਰ ਵੱਡਾ ਹੋ ਰਿਹਾ ਤਾਂ ਦਫ਼ਤਰ ਦੀ ਵੀ ਲੋੜ ਸੀ। ਸਤਿ ਸ਼੍ਰੀ ਅਕਾਲ ਬੇਟਾ, ਤੁਸੀਂ ਕੀ ਸਟਿਚਿੰਗ ਸਿੱਖ ਰਹੇ ਹੋ? ਕੰਪਿਊਟਰ ਦਾ? ਕੰਪਿਊਟਰ ਕਲਾਸ ਵਾਲੇ ਬੱਚੇ ਇਹ ਹੁਣ ਬੱਚੀਆਂ ਸਾਡੇ ਪਿੰਡ ਤੋਂ ਆ ਕੁੜੀਆਂ, ਇਹ ਕੰਪਿਊਟਰ ਸੈਂਟਰ ਦੇ ਵਿੱਚ ਕੰਪਿਊਟਰ ਦੀ ਟ੍ਰੇਨਿੰਗ ਲੈਣ ਆਉਂਦੀਆਂ ਵਾ ਧੀਆਂ ਮੇਰੀ ਸਾਡੀਆਂ। ਅਤੇ ਇਹ ਜਿਹੜੇ ਛੱਤ ਬਣਨੀ ਆ, ਗਾਡਰਾਂ ਦੀ ਲੋੜ ਸੀ ਆ, ਪੁਰਾਣੇ ਗਾਡਰ ਬਹੁਤ ਸਾਰੇ ਵੀਰਾਂ ਨੇ ਅਤੇ ਭੈਣਾਂ ਨੇ ਭੇਜੇ ਵੀ ਆ, ਪਰ ਹਜੇ ਹੋਰ ਵੀ ਚਾਹੀਦੇ ਆ ਗਾਡਰ ਸਾਨੂੰ, ਅਤੇ ਗਾਡਰਾਂ ਦੀ ਲੋੜ ਆ ਜੀ। ਅਤੇ ਇਹ ਬਾਲੇ ਆ ਗਏ ਨੇ, ਇਹ ਸੀਮੈਂਟ ਦੇ ਬਾਲੇ ਨੇ, ਸੀਮੈਂਟ ਦੀਆਂ ਟੈਲਾਂ ਵਾ, ਇਹ ਹੁਣ ਚਾਹੀਦਾ ਕੰਮ ਵਿੱਚ ਹੀ ਰੁਕ ਗਿਆ। ਜਿਹੜੇ ਮਿਸਤਰੀ ਨੂੰ ਲਾਇਆ ਸੀਗਾ ਉਹ ਮਿਸਤਰੀ ਆਉਣੋਂ ਹਟ ਗਿਆ, ਅਤੇ ਇਹ ਸਾਰਾ ਕੰਮ ਵਿੱਚ ਖੜਾ ਵਾ ਸਾਡਾ। ਅਤੇ ਜੇ ਕੋਈ ਰਾਜ ਮਿਸਤਰੀ ਵੀਰ ਸਾਡੇ ਆਵਾਜ਼ ਨੂੰ ਸੁਣਦੇ ਆ ਤਾਂ ਜ਼ਰੂਰ ਬਾਈ ਸਾਨੂੰ ਜਿਹੜੀ ਦਿਹਾੜੀ ਤੁਹਾਡੀ ਚੱਲਦੀ ਹੈ ਜਿੰਨੀ ਉਹ ਦੇਵਾਂਗੇ, ਅਸੀਂ ਘੱਟ ਨਹੀਂ ਦੇਵਾਂਗੇ, ਵੱਧ ਹੀ ਦੇਵਾਂਗੇ ਪੂਰਾ, ਪਰ ਸਾਨੂੰ ਚੰਗੇ ਬੱਤਾਂ ਤੋਂ ਰਹਿਤ ਹੋਣ, ਹੈ ਨਾ। ਇਹ ਕਿੱਥੋਂ ਆਇਆ ਜੀ ਹਦਵਾਣਾ? ਕਿੱਥੋਂ ਲੈ ਕੇ ਆਏ ਹੋ ਜੀ? ਕਿਹਨਾਂ ਨੇ ਭੇਜਿਆ? ਮੋਨੂ ਬਿਜਲੀ ਵਾਲੇ ਨੇ ਭੇਜਿਆ। ਚਲੋ ਧੰਨਵਾਦ ਆ ਮੋਨੂ ਬਾਈ ਦਾ, ਬਿਜਲੀ ਵਾਲੇ ਦਾ। ਕੱਲ੍ਹ ਪਾਲ ਨੇ ਸਾਡੇ ਨੇ ਤਿਤਪਾਲ ਨਾਲ ਗੱਲ ਹੋਈ ਸੀ ਬਾਈ ਦੀ, ਅਤੇ ਉਹਨੇ ਬਾਈ ਨੇ ਤਰਬੂਜ ਭੇਜਿਆ, ਹੈ ਨਾ, ਹਦਵਾਣਾ ਵੀ ਕਹਿ ਦਿੰਦੇ ਇਹਨੂੰ। ਅਤੇ ਬਹੁਤ ਸ਼ੁਕਰੀਆ ਬਾਈ ਤੇਰਾ, ਇੱਦਾਂ ਹਰ ਰੋਜ਼ ਪਰਿਵਾਰ ਦੇ ਵਿੱਚ ਸਵੇਰ ਦੇ ਟਾਈਮ ਖੀਰਾ ਵੰਡਿਆ ਜਾਂਦਾ, ਖੀਰੇ ਦਾ ਸਲਾਦ ਕੱਟ ਕੇ, ਅਤੇ ਸ਼ਾਮ ਦੇ ਟਾਈਮ 2 ਵਜੇ ਕਰੀਬ ਯਾਨੀ ਕਿ ਉਦੋਂ ਫਰੂਟ ਕੱਟ ਕੇ ਵੰਡਿਆ ਜਾਂਦਾ, ਹੈ ਨਾ, ਮੌਸਮ ਦੇ ਮੁਤਾਬਕ, ਜਿਵੇਂ ਹੁਣ ਤਰਬੂਜ ਆ, ਖਰਬੂਜਾ ਵਾ, ਸਿਆਲਾਂ 'ਚ ਜਿਵੇਂ ਸਿਓ ਹੁੰਦਾ ਵਾ, ਹੈ ਨਾ, ਪਪੀਤਾ, ਜਿਹੜੀ ਜਿਹੜੀ ਕੇਲੇ ਨੂੰ ਛੱਡ ਕੇ, ਕੇਲੇ ਨਾਲ ਰੇਸ਼ਾ ਬਣਦਾ ਜ਼ਿਆਦਾ, ਅਤੇ
ਉਹ ਸਾਰੀਆਂ ਜ਼ਰੂਰਤਾਂ ਜਿਹੜੀਆਂ ਹੈਗੀਆਂ ਪਰਿਵਾਰ ਦੀਆਂ ਪੂਰੀਆਂ ਕੀਤੀਆਂ ਜਾਂਦੀਆਂ ਵਾ। ਇਹ ਟੈਂਪਰੇਰੀ ਵਾਰਡ ਆ, ਸਾਡੀ ਸਾਹਮਣੇ ਲਿਖਿਆ ਹੋਇਆ ਟੈਂਪਰੇਰੀ ਵਾਰਡ, ਅਤੇ ਇਹ ਟੈਂਪਰੇਰੀ ਮਰੀਜ਼ ਆ ਜਿਹੜੇ ਸਾਡੇ ਜਿਹੜੇ ਕੈਂਪ ਦੇ ਵਿੱਚ ਆਉਂਦੇ ਨੇ, ਹੈ ਨਾ, ਉਹਨਾਂ ਵਾਸਤੇ ਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੈਣ। ਮਾਮਾ ਕਿਵੇਂ ਤੱਕਣਾ? ਠੀਕ ਆ ਗਿਆ ਜੀ, ਠੀਕ ਆ। ਸਤਿ ਸ਼੍ਰੀ ਅਕਾਲ ਭੈਣ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੈਣ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੈਣ, ਸਤਿ ਸ਼੍ਰੀ ਅਕਾਲ। ਇਹ ਹੁਣ ਸਵੇਰ ਦੇ ਟਾਈਮ ਬ੍ਰੇਕਫਾਸਟ ਦਾ ਟਾਈਮ ਆ, ਜਿਵੇਂ ਸਤਿ ਸ਼੍ਰੀ ਅਕਾਲ ਬਾਈ, ਖਿਚੜੀ ਆ, ਹੈ ਨਾ, ਖਿਚੜੀ ਆ ਬਾਈ, ਅਤੇ ਇਹ ਖਿਚੜੀ ਵੰਡੀ ਜਾ ਰਹੀ ਆ ਦਹੀਂ ਦੇ ਨਾਲ। ਇਹ ਹਰੇਕ ਮੈਂਬਰ ਨੂੰ ਸਵੇਰ ਤੋਂ ਸ਼ਾਮ ਤੀਕਰ ਹਰ ਇੱਕ ਉਹ ਜ਼ਰੂਰਤ ਵਾਲੀ ਚੀਜ਼ ਇਹਨਾਂ ਦੇ ਵਿੱਚੋਂ ਹੀ। ਭੈਣ ਭਰਾ ਠੀਕ ਹੋ ਕੇ ਸਾਡੇ ਨਾਲ ਦੇਖੋ ਸੇਵਾ ਕਰਾ ਰਹੇ ਆ। ਆਪਣੇ ਭੈਣਾਂ ਵੀਰ, ਜਿਵੇਂ ਉਹ ਭੈਣ ਬਹੁਤ ਮਾੜੀ ਹਾਲਤ ਚ ਆਈ ਸੀ ਸਾਡੇ ਕੋਲੇ, ਕੋਈ ਬੰਨ ਕੇ ਲੈ ਕੇ ਆਉਂਦਾ ਉਰਿਆ ਵਿਸ਼ਾਲ ਉਰਿਆ ਦੇਵਾਂਗੇ। ਇਹ ਵੀਰੇ ਨੂੰ ਵੀ ਸੰਗਲ ਨਾਲ ਬੰਨ ਕੇ ਲੈ ਕੇ ਆਏ ਸੀ ਇਹਦੇ ਮਾਂ ਬਾਪ। ਬਹੁਤ ਵਧੀਆ ਕੀਤਾ ਤੂੰ, ਹੁਣ ਬੰਨਣ ਨਹੀਂ ਦੇਣਾ ਤੈਨੂੰ ਮੈਂ, ਸੱਦਿਆ ਤੇਰੇ ਡੈਡੀ ਨੂੰ। ਤੇ ਇੱਧਰ ਸ਼ੈੱਡ ਜਿਹੜਾ ਹੁਣ ਜਿਵੇਂ ਤੁਹਾਨੂੰ ਕਿਹਾ ਸੀ ਇੱਥੇ ਪਾਉਣਾ ਵਾ, ਕਿਉਂਕਿ ਆਹ ਸ਼ੈੱਡ ਵੱਡਾ ਕਰਨਾ ਜੀ। ਆਹ ਹੁਣ ਸਾਡੇ ਟੀਮ ਦੇ ਮੈਂਬਰ ਲੱਗੇ ਹੋਏ ਨੇ, ਪਿੱਲਰ ਗਾਡਰ, ਇੱਥੇ ਗਾਡਰ ਕੱਢਣੇ ਆ ਵੀਰੇ, ਹਾਂ ਇੱਥੇ ਗਾਡਰ ਕੱਢਣੇ ਆ। ਲੱਭਾ ਬਹੁਤ ਕੰਮ ਕਰਦਾ ਸਾਡਾ ਮੁੰਡਾ, ਸਾਰੇ ਬੰਦੇ ਦਾ ਬਹੁਤ ਸਤਿਕਾਰ ਕਰਦੇ ਨੇ। ਇਹ ਬਾਈ ਹੁਣੀ ਮਿਸਤਰੀ ਹਰਜੀਤ ਆ, ਜੀਵਨ ਆ, ਸਾਰੇ ਜਾਣੇ ਬਾਈਆਂ ਦਾ ਧੰਨਵਾਦ ਆ। ਤੇ ਇੱਧਰ ਹੁਣ ਜਿਹੜੇ ਆ ਸ਼ੈੱਡ ਆ, ਇਹਨਾਂ 'ਚ ਗਰਮੀ ਬਹੁਤ ਜ਼ਿਆਦਾ ਵਾ, ਹੈ ਨਾ, ਇਹ ਭੈਣ ਆਪਣੇ ਪਤੀ ਨੂੰ ਸੰਗਲਾਂ ਨਾਲ ਬੰਨ ਕੇ ਲੈ ਕੇ ਆਈ ਸੀ ਇੱਥੇ, ਕਿ ਵੀਰੇ ਨੂੰ ਲਟੇਰਿਆਂ ਨੇ ਸਿਰ ਪਾੜਤਾ ਸੀ, ਇਹਦੇ ਸਿਰ 'ਚ ਮਾਰ ਮਾਰ ਕੇ ਦਾਤ ਸਿਰ ਵੱਢਤਾ ਸੀ ਇਹਦਾ, ਉਦੋਂ ਬਾਅਦ ਇਹ ਵੀਰਾ ਅਪਸੈੱਟ ਹੋ ਗਿਆ, ਘਰੇ ਮਾਰਨ ਲੱਗਣ ਕੁੱਟਣ ਲੱਗ ਗਿਆ। ਸਤਿ ਸ਼੍ਰੀ ਅਕਾਲ ਬਾਪੂ ਜਿੰਦਰ ਲਈ ਹਜੇ, ਅਤੇ ਇਹ ਵੀਰਾ ਸੇਵਾ 'ਤੇ ਆਇਆ। ਇਹ ਸਾਰੇ ਜਿੰਨੇ ਇੱਥੇ ਮਰੀਜ਼ ਨੇ ਉਹਨਾਂ ਦਾ ਰਿਕਾਰਡ ਮੇਨਟੇਨ ਰੱਖਦੇ ਨੇ। ਅਤੇ ਇੱਧਰਲੇ ਪਾਸੇ ਇਹ ਸਾਰੇ ਟੈਂਪਰੇਰੀ ਵਾਰਡ 'ਚ ਆ, ਪਰ ਗਰਮੀ ਹੋਣ ਕਰਕੇ ਬਹੁਤ ਦਿੱਕਤ ਆਉਂਦੀ ਹੈ, ਸ਼ੈੱਡ ਤਾਂ ਹੀ ਵੱਡਾ ਕਰਨ ਲੱਗੇ ਹਾਂ। ਇੱਧਰ ਪਿੱਛੇ ਇੱਧਰ ਡੰਗਰ ਪਸ਼ੂ ਆ ਜੀ ਰੱਖੇ ਹੋਏ ਆ, ਦੇਖੋ ਤੁਸੀਂ, ਇਹ ਆ ਕੇ ਇੱਥੇ ਬੈਠ ਜਾਂਦੇ ਆ। ਇੱਧਰ ਮੱਝਾਂ ਨਵਾਈਆਂ ਜਾ ਰਹੀਆਂ ਜੀ ਸਾਰੀਆਂ, ਹਨਾ। ਇਹ ਜਿਹੜੀਆਂ ਸੂਈਆਂ ਹੋਈਆਂ ਮੱਝਾਂ ਜਿਹੜੀਆਂ ਦੁੱਧ ਦਿੰਦੀਆਂ ਉਹ ਮੱਝਾਂ ਵਾ। ਇਸ ਪਾਸੇ ਸਾਰਾ ਦਿਨ ਸੇਵਾ ਦੇ ਵਿੱਚ ਸਾਡਾ ਸੋਨੀ ਵੀਰ, ਇਹਦੀ ਡਿਊਟੀ ਲਾਈ ਹੋਈ ਆ। ਸ਼ਾਹ ਜੀ ਵੀ ਸਾਰਾ ਦਿਨ ਮੱਝਾਂ ਦੇਖਦੇ ਨੇ ਇੱਧਰ। ਇਹ ਪਾਸੇ ਜਿਹੜੇ ਇਹ ਛੋਟੇ ਕਟਰੂ ਬਛਰੂ ਆ ਜਾਂ ਗਾਵਾਂ ਵਾ ਇੱਧਰਲੇ ਪਾਸੇ, ਹੈ ਨਾ, ਅਤੇ ਜਾਂ ਮੱਝਾਂ ਜਿਹੜੀਆਂ ਹਜੇ ਸੂਣ ਵਾਲੀਆਂ ਨਹੀਂ ਹੈਗੀਆਂ ਉਹ ਨੇ ਇੱਧਰਲੇ ਪਾਸੇ।
ਇੱਧਰ ਹਸਪਤਾਲ ਦੀ ਜਿਹੜੀ ਹੁਣ ਬਿਲਡਿੰਗ ਬਣਨੀ ਹੈ ਜੀ, ਆਹ ਸਾਡੀਆਂ ਬੱਕਰੀਆਂ ਜੀ, ਦੇਖੋ ਸਾਡੀਆਂ ਇਹ 7 ਬੱਕਰੀਆਂ ਸੀ ਜਦੋਂ ਅਸੀਂ ਮੁੱਦਗੀ ਤੋਂ ਬਿੰਦਰ ਵੀਰੇ ਨੂੰ ਤੇ ਗੁੱਡੀ ਭੈਣ ਨੂੰ ਲੈ ਕੇ ਆਏ ਸੀ ਨਾ। ਮਾਂ ਪਿਓ ਦੀ ਡੈਥ ਤੋਂ ਬਾਅਦ ਦੋਨੇ ਭੈਣ ਭਰਾ ਅਪਸੈਟ ਹੋ ਗਏ ਸੀ, ਬਹੁਤ ਮਾੜੇ ਹਾਲਾਤਾਂ ਚ ਰਹਿ ਰਹੇ ਸੀ ਪਿਛਲੇ 10-11 ਸਾਲਾਂ ਨੂੰ। ਉਹ ਕਹਿੰਦੇ ਬੱਕਰੀਆਂ ਵੀ ਨਾਲ ਹੀ ਲੈ ਕੇ ਜਾਣੀਆਂ ਵੀਰੇ। ਚਲੋ ਬੱਕਰੀਆਂ ਅਸੀਂ ਨਾਲ ਲੈ ਆਏ ਇੱਥੇ, ਵੀਰੇ ਉਹਨਾਂ ਨੇ ਪਹੁੰਚਦੀਆਂ ਕਰਤੀਆਂ। ਹੁਣ ਤੁਸੀਂ ਦੇਖੋ 24-25 ਹੋ ਗਈਆਂ ਇਹ ਵੱਧ ਵੱਧ ਕੇ। ਹਾਲਾਂਕਿ ਇੱਥੇ ਸਾਡਾ ਬੱਕਰੀਆਂ ਨੂੰ ਚਾਰਨ ਜਾਂਦਾ ਸੀ ਜਿਹੜਾ ਵੀਰਾ, 2 ਸਾਲ ਪਹਿਲਾਂ ਉਹਨੂੰ ਕੁੱਟ ਕੇ ਕੋਈ ਇੱਕ ਬੱਕਰੀ ਵੀ ਖੋਹ ਕੇ ਲੈ ਗਿਆ, ਨਸ਼ੇੜੀ ਸੀ ਕੋਈ ਚਿੱਟੇ ਵਾਲੇ, ਤੇ ਉਹਨੂੰ ਵਿਚਾਰੇ ਨੂੰ ਪਰਦੇਸੀ ਨੂੰ ਸ਼ੰਕਰ ਆ, ਅਸੀਂ ਪ੍ਰਤਾਪ ਸਿੰਘ ਵਾਲਾ ਚੌਂਕ ਤੋਂ ਲੈ ਕੇ ਆਏ ਸੀ ਉਹਨੂੰ ਬਾਈ ਨੂੰ, ਬਹੁਤ ਮਾੜੀ ਹਾਲਤ ਦੇ ਵਿੱਚ ਉਹ ਠੀਕ ਹੋ ਗਏ ਸਾਡੇ ਨਾਲ ਸੇਵਾ ਕਰਾਉਣ ਲੱਗ ਗਿਆ। ਉਹ ਕਹਿੰਦਾ ਮੈਂ ਪਿੰਡ ਬੱਕਰੀਆਂ ਚਾਰਦਾ ਸੀ, ਇੱਥੇ ਵੀ ਉਹ ਫਿਰ ਬੱਕਰੀਆਂ ਚਾਰਨ ਲੱਗ ਗਿਆ। ਅਤੇ ਇੱਧਰ ਸਬਜ਼ੀਆਂ ਬੀਜਦੇ ਹਾਂ ਅਸੀਂ ਜੀ, ਇਹ ਗੋਬਰ ਗੈਸ ਪਲਾਂਟ ਲਾਇਆ ਹੋਇਆ, ਇੱਥੇ ਸਾਰਾ ਗੋਬਰ ਗੈਸ ਦਾ ਮਟੀਰੀਅਲ ਨਿਕਲਦਾ। ਤੇ ਆਹ ਕੱਦੂ ਲੱਗੇ ਹੋਇਆ, ਭਿੰਡੀਆਂ ਲੱਗੀਆਂ ਹੋਈਆਂ, ਬੈਂਗਣੀ ਲੱਗੀ ਹੋਈ ਆ, ਖੀਰੇ ਘਰ ਦੇ ਆ, ਮੂਲੀਆਂ ਘਰ ਦੀਆਂ, ਸਿਆਲਾਂ ਦੇ ਵਿੱਚ ਪਾਲਕ ਪੂਲਕ ਮੰਨ ਲਓ ਸਾਗ ਵਗੈਰਾ ਮੁੱਕਣ ਨਹੀਂ ਦਿੰਦੇ ਸਾਡੇ ਟੀਮ ਮੈਂਬਰ ਸੇਵਾਦਾਰ ਜਿਹੜੇ ਹੈਗੇ ਨੇ। ਦੇਖੋ ਭਿੰਡੀਆਂ ਕਿੰਨੀਆਂ ਸੋਹਣੀਆਂ ਲੱਗੀਆਂ, ਪੇਠੇ ਲੱਗ ਜਾਂਦੇ ਆ, ਕੱਦੂ ਲੱਗ ਜਾਂਦੇ ਆ। ਹੁਣ ਤੂੜੀ ਦੀ ਸਾਂਭ ਸੰਭਾਲ ਥੋੜੀ ਜਿਹੀ ਇਸ ਵਾਰ ਹਜੇ ਗੁੱਡ ਗਡਾਈ ਨਹੀਂ ਹੋਈ ਕਾਲੇ ਵੀਰੇ ਹੋਣਾ ਤੋਂ, ਕਿਉਂਕਿ ਤੂੜੀ ਸੰਭਾਲ ਰਹੇ ਨੇ। ਆਹ ਫਲੀਆਂ ਲੱਗੀਆਂ ਹੋਈਆਂ ਚੱਪਣ ਕੱਦੂ, ਇੱਧਰ ਪਾਲਕ ਦਾ ਬੀਜ ਤਿਆਰ ਕੀਤਾ ਜਾ ਰਿਹਾ। ਉੱਧਰ ਸ਼ਿੰਦਾ ਬਾਈ ਕੀ ਤੋੜੀ ਜਾਂਦਾ, ਲਿਆਈ ਚੱਕ ਕੇ ਉਰੇ ਉਰੇ ਲਿਆਈ। ਹੁਣ ਜਿਹੜੇ ਹੋਸਪਿਟਲ ਚ ਪੇਸ਼ੈਂਟ ਨੇ ਉਹਨਾਂ ਦੀ ਡਾਇਟ ਅਲੱਗ ਤਿਆਰ ਹੁੰਦੀ ਹੈ ਹੋਸਪਿਟਲ ਵਾਲੇ ਮਰੀਜ਼ਾਂ ਦੀ, ਹੈ ਨਾ। ਉਹਨਾਂ ਵਾਸਤੇ ਫਿਰ ਘਰ ਦੀ ਸਬਜ਼ੀ ਜਿੰਨੀ ਹੈ, ਜਿਵੇਂ ਭਿੰਡੀਆਂ ਦੀ ਦੇਖੋ ਬਾਲਟੀ ਭਰ ਗਈ ਹੈ ਬਾਈ ਨੇ, ਸ਼ਿੰਦਾ ਬਾਈ। ਇਹ ਸਾਡੇ ਅਸੀਂ ਨਿੱਕੇ ਨਿੱਕੇ ਬਚਪਨ ਤੋਂ ਇਹਨਾਂ ਦੇ ਹੱਥਾਂ 'ਚ ਖੇਡੇ ਆ, ਸ਼ਿੰਦੇ ਬਾਈ ਕੋਠੇ ਰਾਣਾ ਤੋਂ, ਅੱਜ ਗ੍ਰਾਮ ਤੋਂ ਸਾਡੇ ਘਰਾਂ ਦੇ ਵਿੱਚ ਮਾਮਿਆਂ ਦੇ ਨਾਲ ਪਹਿਲਾਂ ਸੀਰੀ ਦਾ ਕੰਮ ਕਰਦੇ ਸੀ, ਰਲਦੇ ਸੀ। ਇਹਨਾਂ ਦਾ ਡੈਡੀ ਵੀ ਯਾਨੀ ਕਿ ਉੱਥੇ ਹੀ ਕੰਮ ਕਰਦੇ ਸੀ, ਇਹ ਵੀ ਵੀਰੇ ਹੁਣ ਇਹਨਾਂ ਦੇ ਗਾਂਹ ਬੱਚੇ ਵੀ। ਅਤੇ ਹੁਣ ਇੱਥੇ ਸਾਡੇ ਨਾਲ ਇੱਥੇ ਮਿਰਚਾਂ ਲੱਗੀਆਂ ਹਰੀਆਂ, ਟਮਾਟਰ ਲੱਗੇ ਹੋਏ ਆ, ਦੇਖੋ ਕਿੰਨੇ ਸੋਹਣੇ ਸੋਹਣੇ। ਦੇਖੋ ਲਾਲ ਲਾਲ ਟਮਾਟਰ ਆ ਕਿੰਨੇ ਵਧੀਆ। ਅਤੇ ਇੱਦਾਂ ਹੀ ਹਰ ਇੱਕ ਸਬਜ਼ੀ ਸਾਡੇ ਕੋਲ, ਅਦਰਕ ਸਾਡਾ ਆਪਦਾ ਘਰ ਦਾ, ਅਤੇ ਹਲਦੀ ਘਰ ਦੀ, ਅਤੇ ਐਕਚੁਲੀ ਤਾਂ ਸੁੰਢ ਵੀ ਬੀਜੀ ਹੈ ਬਾਈ ਨੇ, ਕਾਲੇ ਵੀਰੇ ਨੇ ਸਾਰੀ ਸੁੰਢ ਬੀਜੀ ਹੋਈ ਆ। ਅਤੇ ਆਹ ਦੇਖੋ ਏਡੇ ਏਡੀਆਂ ਤਰਪਾਲਾਂ ਇਹ ਲਿਆਂਦੀਆਂ ਉੱਦਣ, ਵਾਹ ਬਈ ਵਾਹ ਕਾਲਿਆ। ਆਹ ਬਣੀ ਆ ਗੱਲ, ਹੁਣ ਸੰਗਤ ਵੱਲੋਂ ਭੇਜੀ ਗਈ ਤੂੜੀ, ਅਸੀਂ ਤੂੜੀ ਦਾ ਕਤਰਾ ਕਤਰਾ ਸੰਭਾਲਣ ਵਾਸਤੇ ਸਾਡਾ ਕਾਲਾ ਬਾਈ 10-15 ਦਿਨ ਹੋ ਗਿਆ, ਬਸ ਸਾਰਾ ਦਿਨ ਤੂੜੀ 'ਚ ਹੀ ਆ। 4-5-7 ਸਾਡੇ ਬੰਦੇ ਆ ਲੇਬਰ ਵਾਲੇ, ਅਤੇ ਕਾਲਾ ਬਾਈ ਇੰਚਾਰਜ ਆ ਇੱਥੇ। ਇਹ ਕਹਿੰਦਾ ਬਾਈ ਯਾਰ ਲੋਕਾਂ ਨੇ ਇੰਨੇ ਮਾਣ ਨਾਲ ਪਿਆਰ ਨਾਲ ਤੂੜੀ ਭੇਜੀ, ਆਪਾਂ ਖਰਾਬ ਨਹੀਂ ਹੋਣ ਦੇਣੀ, ਬਹੁਤ ਮਿਹਨਤ ਕਰਨੀ ਪਈ ਹੈ ਜੀ। ਆਹ ਸਾਰਾ ਇੱਥੋਂ ਇਕੱਠੀ ਕੀਤੀ ਆ, ਪਹਿਲਾਂ ਟਰੈਕਟਰ ਨਾਲ, ਫਿਰ ਤੰਗਲੀਆਂ ਨਾਲ, ਕਿਵੇਂ ਕਿਵੇਂ ਕਰਕੇ ਇਹਦੀ ਢੇਰੀ ਬਣਾਈ ਆ ਇੱਕ ਪੂਰੀ।
ਹੁਣ ਗੋਲ ਕਰਕੇ ਢੇਰੀ, ਫਿਰ ਆਹ ਤਰਪਾਲ ਲੈ ਕੇ ਆਂਦੇ ਇਹ ਸਾਰੀ ਵੱਡੀ ਤਰਪਾਲ ਨਾ, ਕਹਿੰਦੇ ਤਰਪਾਲ ਤਾਂ ਬਹੁਤ ਵਧੀਆ ਨਾ, ਮਜ਼ਬੂਤ ਆ ਪੂਰੀ। ਹਾਂ ਠੀਕ ਆ ਜੀ। ਅੱਛਾ ਜੀ, ਇਹ ਉਦਣ ਜਿਹੜੇ ਲਿਆਇਆ ਸੀ, ਇਹ ਜਿਹੜੇ ਉਦਣ ਤੂੰ ਲੈ ਕੇ ਆਇਆ ਸੀ ਇਹ ਉਹੀ ਆ? ਅੱਛਾ, ਇਹ ਉਹਦੇ ਨਾਲ ਇੱਕ ਵੱਡੀ ਧੜ ਲੱਗ ਗਈ, ਬਚੀ ਆ ਇੱਧਰ ਕਿ ਨਹੀਂ ਹਜੇ? ਚਲੋ ਠੀਕ ਆ। ਆਹ ਕਿਵੇਂ ਪਾਟ ਗਈ, ਟੱਕ ਕਿਵੇਂ ਲੱਗ ਗਏ, ਹੱਥ ਪੈ ਗਏ ਵਿੱਚ? ਗਾਹ ਨੀ ਕੱਢਣੀ, ਵੀਡੀਓ ਬਣਦੀ ਹੈ। ਸਾਡਾ ਕਾਲਾ ਬਾਈ ਹੈ ਨਾ ਜੀ, ਸਬਜ਼ੀਆਂ ਦਾ ਕੰਮ ਕਰਦਾ ਹੈ ਬਾਈ, ਸੀਰ ਰਲਦਾ, ਸੀਰ ਕੋਠੇ ਰਲਣਾ ਜਗਰਾਉਂ ਬਾਈ, ਸੀਰ ਰਲਦਾ ਜਿਹਨੂੰ ਕਹਿੰਦਾ, ਸਾਲ ਲਈ ਖੇਤੀਬਾੜੀ ਵਾਸਤੇ ਸੀਰ ਕਰਨਾ, ਜੱਟ ਨਾਲ ਰਲ ਜਾਣਾ। ਤੇ ਇਹਦੀ ਬਾਈ ਦੀ ਬੋਲੀ ਲਾਉਂਦੇ ਸੀ ਉੱਥੇ ਸਾਡੇ ਬੰਦੇ, ਉਹ ਕਹਿੰਦੇ ਮੈਂ ਇੰਨੇ ਦਊਂਗਾ ਪੈਸੇ, ਉਹ ਕਹਿੰਦੇ ਮੈਂ ਇੰਨੇ ਦਊਂ, ਜਿਹੜਾ ਸਭ ਤੋਂ ਵੱਧ ਦਿੰਦੇ ਕਾਲਾ ਬਾਈ ਉਹਦੇ ਨਾਲ ਰਲਦਾ ਸੀ। ਤੇ ਫਿਰ ਬਾਈ ਨੇ ਐਂ ਹੁੰਦਾ ਸੀ ਵੀ ਜ਼ਿਮੀਂਦਾਰ ਨੂੰ ਕਹਿਣਾ ਵੀ ਤੂੰ ਬੀਜ ਜਾ ਤੇ ਵੱਢ ਜਾ, ਆ ਕੇ ਵੱਢਣ ਆ ਜੀ, ਬਸ ਝੋਨਾ ਬੀਜ ਕੇ ਚਲਾ ਜਾ, ਆ ਕੇ ਵੱਢ ਕੇ ਲੈ ਜੀ, ਮੇਰੀ ਉਮਰ ਹੈ, ਵੱਟਾਂ ਚੇਪਣੀਆਂ, ਕੱਖ ਕੱਢਣੇ, ਸਪਰੇਹਾਂ ਕਰਨੀਆਂ, ਰੇਹ ਪਾਉਣਾ, ਚਾਲੀ ਚਾਲੀ ਪੰਜਾਹ ਪੰਜਾਹ ਕਿੱਲਿਆਂ ਦੀ ਖੇਤੀ ਕਾਲਾ ਬਾਈ ਇਕੱਲਾ ਕਰਦਾ ਸੀ। ਤੇ ਅਸੀਂ ਇਹਨੂੰ ਜਦੋਂ ਇੱਥੇ ਲੈ ਕੇ ਆਉਂਦਾ ਬਾਈ ਨੇ, ਇਹਨੇ 3 ਸਾਲ ਸਾਡੇ ਆਉਂਦੇ ਆਉਂਦੇ ਲਾਤੇ ਸਾਡੇ ਕੋਲ ਇਹਨੇ, ਤੇ ਹੁਣ ਪਿਛਲੇ 4-5 ਸਾਲਾਂ ਤੋਂ ਸਾਡੇ ਕੋਲ ਆ। ਪਰ ਜਿੱਦਣ ਦਾ ਇਹ ਵੀਰਾ ਆਇਆ, ਸਬਜ਼ੀ ਨਹੀਂ ਇਹਨੇ ਮੁੱਕਣ ਦਿੱਤੀ ਪਿਓਰੇ ਪੁੱਤ ਨੇ, ਚਾਹੇ ਹੁਣ ਹਾੜ ਹੋਵੇ ਚਾਹੇ ਹੋਵੇ ਸਿਆਲ। ਤੇ ਇੱਧਰ ਹੁਣ ਤਿਆਰ ਕਰ ਰਹੇ ਹਾਂ ਗਰਾਊਂਡ ਜੀ, ਇੱਥੇ ਖੇਡਾਂ ਹੋਣੀਆਂ ਜੀ ਬੱਚਿਆਂ ਦੀਆਂ। ਇਹ ਕੋਚ ਸਾਹਿਬ ਨੇ ਸੰਗਰੂਰ ਤੋਂ ਆ ਵੀਰਾ, ਤੇ ਅਥਲੈਟਿਕ ਦੇ ਕੋਚ ਹੋ ਸਰ? ਹੈਂਡਬਾਲ ਦੇ ਕੋਚ ਨੇ ਬਾਈ। ਤੇ ਪ੍ਰੇਮ ਸਿੰਘ ਜੀ ਨੇ ਸਾਡੇ ਰੇਲਵੇ ਦੇ, ਉਹ ਅਥਲੈਟਿਕ ਕੋਚ ਨੇ, ਇਹ ਸਾਡੇ ਬੱਚਿਆਂ ਨੂੰ ਕੋਚਿੰਗ ਵੀ ਦਿੰਦੇ ਨੇ। ਮਤਲਬ ਹੁਣ ਹੈਂਡਬਾਲ ਦੀਆਂ ਇੱਥੇ ਗੇਮਾਂ ਹੋਣੀਆਂ, ਸਾਡੇ ਫੀਸਟ ਬਾਲ ਕਹਿੰਦੇ ਜੀ ਇਹਨੂੰ, ਹੈ ਨਾ, ਫੀਸਟ ਬਾਲ ਜਿਵੇਂ ਵਾਲੀਬਾਲ ਹੁੰਦੀ ਹੈ। ਹੋਰ ਬਾਈ ਜੀ, ਇਹ ਬਾਈ ਇਹਨਾਂ ਨਿੱਪੀ ਕੋਚ ਆ ਬਾਈ, ਪੂਰਾ ਨਾਂ ਕੀ ਤੁਹਾਡਾ? ਨਿਰਪਜੀਤ ਸਿੰਘ ਆ ਬਾਈ ਦਾ, ਸੰਗਰੂਰ ਤੋਂ ਆ ਬਾਈ। ਤੇ ਗਰਾਊਂਡ ਦੀਆਂ ਮਤਲਬ ਲਾਈਨਾਂ ਮਾਰਕਿੰਗ ਕਰਨੀਆਂ, ਲਾਈਨਾਂ ਬਣਾਉਣੀਆਂ ਸਾਰਾ, ਹੈ ਨਾ, ਤੇ ਉਹ ਕਰ ਰਹੇ ਨੇ ਵੀਰੇ ਹੁਣੀ। ਇੱਥੇ ਸਾਡੇ ਪੁਰਾਣਾ ਖੂਹ ਸੀਗਾ ਖੜਾ, ਤੇ ਉਹ ਖੂਹ ਨੂੰ ਅਸੀਂ ਥੋੜਾ ਬਹੁਤਾ ਸਾਫ਼ ਸੁਥਰਾ ਕਰਕੇ ਤੇ ਇਹਨੂੰ ਲੱਗੇ ਹਾਂ ਜੀ, ਸੈਟਿੰਗ ਜੀ ਕਰਨ ਥੋੜ੍ਹੀ, ਤਾਂ ਜੋ ਕੀ ਹਾਲ ਨੇ ਵੀਰੇ? ਸਤਿ ਸ਼੍ਰੀ ਅਕਾਲ ਬਾਈ, ਬਾਈ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬਾਈ। ਇਹ ਇੱਥੋਂ ਦੀ ਪਟਾ ਚੱਲਦਾ ਹੁੰਦਾ ਸੀ ਜੀ, ਥੱਲੇ ਉਹ ਉੱਥੇ ਪੱਖਾ ਪਿਆ ਹੁੰਦਾ ਸੀਗਾ, ਇੱਥੇ ਇੰਜਣ ਰੱਖਿਆ ਹੁੰਦਾ ਸੀ ਜਾਂ ਮੋਟਰ ਰੱਖੀ ਹੁੰਦੀ ਸੀ। ਹੁਣ ਤਾਂ ਤਿਆਰ ਕਰ, ਟਿੰਡਾਂ ਲਾ ਕੇ ਨਾ ਸਿਸਟਮ ਜਿਹਾ ਬਣਾ ਕੇ ਵੀ ਆਉਣ ਵਾਲੀ ਬਰਕਰਾਰ ਰੱਖਾਂਗੇ ਜੀ, ਵੀ ਬੱਚੇ ਆਉਣਗੇ ਬਾਹਰੋਂ ਵੀ ਆਉਣਗੇ, ਉਹ ਦੇਖਣ ਇੱਕ ਨਵੀਂ ਚੀਜ਼ ਹੈ, ਇਹ ਬਿਲਕੁਲ ਖਤਮ ਹੋ ਚੁੱਕਿਆ ਬਾਈ। ਸਾਊਥ ਇੰਡੀਅਨ ਬੱਚਿਆਂ ਨੇ ਆਉਣਾ ਜੀ, ਹੁਣ ਇੱਥੇ ਸਾਡੇ ਕੋਲ ਜਿਹੜੀਆਂ ਗੇਮਾਂ ਹੋ ਰਹੀਆਂ ਨਾ ਫੀਸਟ ਬਾਲ ਦੀਆਂ, ਉਹਦੇ ਵਿੱਚ ਜਿਹੜੀਆਂ ਟੀਮਾਂ ਆ ਰਹੀਆਂ ਉਹ ਸਾਊਥ ਇੰਡੀਆ ਤੋਂ ਬੱਚੇ ਆ ਰਹੇ ਨੇ ਉਧਰੋਂ। ਇਹ ਫੀਸਟ ਬਾਲ ਆ ਜਿਹੜੀ ਨਾ, ਇੱਕ ਹੈਂਡਬਾਲ ਆ, ਇਹਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪ੍ਰਮੋਟ ਕਰਨ ਦੀ ਵੀ ਸਾਡੇ ਬੱਚੇ ਨਸ਼ਿਆਂ ਤੋਂ
ਹਟ ਕੇ ਨਵੀਆਂ ਨਵੀਆਂ ਗੇਮਾਂ ਇਹ ਓਲੰਪਿਕ ਦੇ ਵਿੱਚ ਖੇਡੀ ਜਾਂਦੀ ਹੈ ਗੇਮ ਇਹ ਓਲੰਪਿਕ ਦੇ ਵਿੱਚ ਵੱਡੇ ਪੱਧਰ ਤੇ ਖੇਡੀ ਜਾਂਦੀ ਹੈ ਨਾ ਜੀ ਮੈਡਲ ਵਰਲਡ ਲੈਵਲ ਤੇ ਹੈ ਨਾ ਤੇ ਇਹਦੀਆਂ ਮੰਨ ਲਓ ਲੀਗ ਵਗੈਰਾ ਜਾਂ ਕਹਿ ਦਈਏ ਜਾਂ ਹੋਰ ਖੇਡਾਂ ਹੁੰਦੀਆਂ ਰਹਿੰਦੀਆਂ ਪੰਜਾਬ ਦੇ ਵਿੱਚ ਘੱਟ ਆ ਥੋੜ੍ਹਾ ਜਿਹਾ ਸਾਊਥ ਦੇ ਵਿੱਚ ਬਹੁਤ ਆ ਬਾਕੀ ਯੂਰਪ ਦੇ ਵਿੱਚ ਤਾਂ ਹੈਗਾ ਹੀ ਆ ਅਤੇ ਸਾਡੀ ਇਹ ਕੋਸ਼ਿਸ਼ ਆ ਵੀ ਨਪਿੰਦਰ ਵੀਰੇ ਹੋਣਾ ਨਿੱਪੀ ਵੀਰੇ ਹੋਣਾ ਦੀ ਅਤੇ ਪ੍ਰੇਮ ਸਿੰਘ ਜੀ ਹੋਣਾ ਵੱਲੋਂ ਅਤੇ ਪੀ ਐੱਸ ਬਾਘਾ ਜੀ ਹੋਣਾ ਵੱਲੋਂ ਗੁਰਚਰਨ ਸਿੰਘ ਸਾਡੇ ਕੋਚ ਉਹਨਾਂ ਵੱਲੋਂ ਸਾਰਿਆਂ ਵੱਲੋਂ ਇਹ ਕੋਸ਼ਿਸ਼ ਆ ਰਲਮੀ ਮਿਲਮੀ ਵੀ ਅਸੀਂ ਆਪਣੇ ਬੱਚਿਆਂ ਨੂੰ ਸੁਪਨਿਆਂ ਦੇ ਘਰਦਿਆਂ ਨੂੰ ਵੀ ਅਤੇ ਸਾਡੇ ਇਲਾਕੇ ਦੇ ਵਿੱਚ ਵੀ ਉਹਨਾਂ ਨੂੰ ਖੇਡਾਂ ਨਾਲ ਜੋੜੀਏ ਤਾਂ ਜੋ ਬੱਚੇ ਇਹਨਾਂ ਨਸ਼ਿਆਂ ਦੇ ਪ੍ਰਭਾਵ 'ਚ ਨਾ ਆਉਣ ਮਾੜੀਆਂ ਕਿਰਤੀਆਂ ਉਹਨਾਂ ਦੇ ਦਿਮਾਗ ਦੇ ਵਿੱਚ ਨਾ ਪੈਣ ਚੰਗੇ ਪਾਸੇ ਨੂੰ ਲੱਗਣ ਬੱਚੇ ਚੰਗੀਆਂ ਸੋਚਾਂ ਚੰਗੀਆਂ ਉਮੀਦਾਂ ਚੰਗੇ ਸੁਪਨੇ ਲੈਣ ਸਾਡੇ ਬੱਚੇ ਅਤੇ ਇਹ ਸਾਡੇ ਸੁਪਨਿਆਂ ਦੇ ਘਰ ਦਾ ਕਿ ਜਿਹੜਾ ਤੁਹਾਨੂੰ ਪੂਰਾ ਗੇੜਾ ਕਢਾਇਆ ਅਤੇ ਉਹਦੇ ਲਈ ਧੰਨਵਾਦ ਆ ਦੇਖੋ ਤੂੜੀ ਲਈ ਆ ਸੰਗਤ ਵੱਲੋਂ ਭੇਜੀ ਗਈ ਤੂੜੀ ਬਹੁਤ ਬਹੁਤ ਧੰਨਵਾਦ ਆ ਯਾਨੀ ਕਿ ਬਿਆਨ ਨਹੀਂ ਕਰ ਸਕਦੇ ਤੁਹਾਡੇ ਧੰਨਵਾਦ ਨੂੰ ਅਸੀਂ ਇੰਨਾ ਧੰਨਵਾਦ ਆ ਵੀ ਲਫਜ਼ਾਂ 'ਚ ਬੋਲ ਕੇ ਕਿਹਾ ਨਹੀਂ ਜਾ ਸਕਦਾ ਸਾਨੂੰ ਤੂੜੀ ਸਾਂਭਣ ਲਈ ਮੰਨ ਲਓ 15 ਦਿਨ ਦਾ ਟਾਈਮ ਲੱਗ ਗਿਆ ਅਤੇ ਬਾਕੀ ਕਣਕ ਦੀ ਸੇਵਾ ਵਾਸਤੇ ਵੀ ਬਹੁਤ ਧੰਨਵਾਦ ਆ ਭੈਣਾਂ ਭਰਾਵਾਂ ਦਾ ਜਿਨ੍ਹਾਂ ਨੇ ਵੱਡੇ ਪੱਧਰ 'ਤੇ ਕਣਕ ਦੀ ਸੇਵਾ ਕੀਤੀ ਤੂੜੀ ਦੀ ਸੇਵਾ ਕੀਤੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ ਮਿਹਰ ਭਰਿਆ ਹੱਥ ਰੱਖਣ ਸਾਰਿਆਂ 'ਤੇ ਜਿਵੇਂ ਜਿਵੇਂ ਪਰਿਵਾਰ ਵੱਡਾ ਹੋ ਰਿਹਾ ਪਰਿਵਾਰ ਦੀਆਂ ਜ਼ਰੂਰਤਾਂ ਵੱਡੀਆਂ ਹੋ ਰਹੀਆਂ ਉਵੇਂ ਉਵੇਂ ਸੰਗਤਾਂ ਵੱਲੋਂ ਭੈਣਾਂ ਭਰਾਵਾਂ ਵੱਲੋਂ ਦਿੱਤਾ ਜਾ ਰਿਹਾ ਸਹਿਯੋਗ ਆ ਜਿਹੜਾ ਉਹ ਵੀ ਵੱਡਾ ਹੋ ਰਿਹਾ ਪਰ ਇੱਕ ਯਕੀਨ ਜਾਣਿਓ ਇੱਕ ਇੱਕ ਚੀਜ਼ ਜਿਹੜੀ ਭੈਣਾਂ ਭਰਾਵਾਂ ਵੱਲੋਂ ਭੇਜੀ ਜਾਂਦੀ ਆ ਇੱਕ ਇੱਕ ਪੈਸਾ ਜਿਹੜਾ ਭੈਣਾਂ ਭਰਾਵਾਂ ਵੱਲੋਂ ਦਿੱਤਾ ਜਾਂਦਾ ਕਿਸੇ ਵੀ ਰੂਪ 'ਚ ਉਹਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਣੇ ਵੱਲੋਂ ਸੱਚੇ ਮਨ ਨਾਲ ਕੋਸ਼ਿਸ਼ ਕਰੀਦੀ ਆ ਵੀ ਉਹ ਲੇਖੇ ਲੱਗ ਸਕੇ ਹੁਣ ਇਸ ਪਾਸੇ ਬੰਦ ਕੀਤਾ ਦੀਵਾਰ ਕੀਤੀ ਆ ਇਹ ਕਿਉਂਕਿ ਇਧਰਲੇ ਪਾਸੇ ਕੈਂਪ ਲੱਗਦਾ ਅਤੇ ਕੈਂਪ ਦੇ ਵਿੱਚ ਬਹੁਤ ਸਾਰੇ ਮੈਂਟਲੀ ਅਪਸੈਟ ਭੈਣ ਭਰਾ ਬੱਚੇ ਬਜ਼ੁਰਗ ਮਾਵਾਂ ਭੈਣਾਂ ਸਾਡੇ ਕੋਲ ਆਉਂਦੇ ਨੇ ਫਿਰ ਉਹ ਕਈ ਵਾਰ ਇੱਧਰ ਨੂੰ ਖੇਤਾਂ ਵੱਲ ਨੂੰ ਜਾਂ ਕਿਵੇਂ ਬੜੀ ਪਰੇਸ਼ਾਨੀ ਆਉਂਦੀ ਸੀ ਜਦੋਂ ਆ ਜਾਂਦੇ ਸੀਗੇ ਅਤੇ ਹੁਣ ਇਹ ਪਾਸਾ ਸਾਰਾ ਜਿਹੜਾ ਇੱਥੇ ਕੈਂਪ ਲੱਗਦਾ ਆ ਸ਼ੈੱਡ ਆ ਵੱਡਾ ਇਹਦੇ ਵਿੱਚ ਸਾਰੇ ਕੈਂਪ ਦੇ ਵਾਲੇ ਦਿਨ ਤੁਸੀਂ ਦੇਖਦੇ ਹੋ ਸਾਡੀਆਂ ਵੀਡੀਓ ਦੇ ਵਿੱਚ ਕਿਵੇਂ ਇਹ ਸਾਰਾ ਭਰਿਆ ਹੁੰਦਾ 7-8 ਹਜ਼ਾਰ ਮੈਂਬਰ ਕੈਂਪ 'ਤੇ ਆਉਂਦਾ ਆ ਕੇ ਉਹ ਰੱਬ ਰੂਪੀ ਡਾਕਟਰ ਉਹਨਾਂ ਨੂੰ ਚੈੱਕਅਪ ਕਰਕੇ ਦਵਾਈਆਂ ਲਿਖਦੇ ਨੇ ਅਤੇ ਉਹ ਪ੍ਰਸ਼ਾਦ ਰੂਪੀ ਦਵਾਈਆਂ ਲੈ ਕੇ ਕਿੰਨੀਆਂ ਹੀ ਭੈਣਾਂ ਕਿੰਨੀਆਂ ਹੀ ਵੀਰਾਂ ਦੇ ਕਿੰਨੇ ਹੀ ਬਜ਼ੁਰਗਾਂ ਦੇ ਬੱਚੇ ਬੱਚੀਆਂ ਦੇ ਦਿਮਾਗ ਠੀਕ ਹੋ ਰਹੇ ਨੇ ਵਹਿਮਾਂ ਭਰਮਾਂ 'ਚੋਂ ਨਿਕਲ ਰਹੇ ਨੇ ਮੈਡੀਸਨ ਨਾਲ ਜੁੜ ਰਹੇ ਨੇ ਸੰਗਲਾਂ ਤੋਂ ਆਜ਼ਾਦ ਹੋ ਰਹੇ ਨੇ ਸੜਕਾਂ 'ਤੇ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਉਹ ਸਾਡੇ ਵੀਰ
ਤਕੜੇ ਹੋ ਕੇ ਤੰਦਰੁਸਤ ਹੋ ਕੇ ਆਪਣਾ ਮੁੱਖ ਧਾਰਾ ਚ ਸ਼ਾਮਿਲ ਹੋ ਰਹੇ ਨੇ। ਇੱਕ ਆ ਬੱਕਰੀਆਂ ਦੀ ਖਾਦ ਆ ਜਿਹੜੀ ਮੈਂ ਉਦਣ ਵੀ ਕਹਿ ਚੁਕਾ ਦੋ, ਇਹ ਬੂਟਿਆਂ ਨੂੰ ਪਵਾ ਦੋ ਮਾਲੀਆਂ ਨੂੰ ਕਹਿ ਕੇ। ਕਾਲੇ ਦੀ ਗੱਲ ਸੁਣ ਲੈ, ਕੁਛ ਕਹਿਣਾ ਚਾਹੁੰਦਾ ਤੂੰ ਸੁਣ ਲਾ। ਜਾਇਆ ਕੋਈ ਨਾ, ਤਿਆਰ ਹੋ ਜਾ, ਬੱਬਲ ਨੂੰ ਮੈਂ ਭੇਜ ਦਿੰਦਾ ਨਾਲ ਤੇਰੇ। ਹਾਂ ਲੈ ਆਈ, ਲੈ ਆਈ ਤਰਪਾਲਾਂ ਜਿਹੜੀ ਚਾਹੀਦੀ ਲੈ ਆ। ਹਾਂ ਦੇ ਦੇ ਕਾਲੇ ਇਹਨੂੰ, ਦੇ ਦੇ ਵੀਰੇ ਪੈਸੇ। ਉਹ ਕਿੰਨੇ ਪੈਸੇ ਸੀਗੇ? 200 ਘੱਟ 12,000 ਦੇ ਦੇ, 17 ਲਿਆ ਕੇ। ਇਹ ਸਾਡੇ ਹਸਪਤਾਲ ਦੀਆਂ ਤਸਵੀਰਾਂ ਜੀ। ਇਹ ਹਸਪਤਾਲ 'ਚ ਉੱਪਰਲੀ ਬੋਰਡ ਆ, ਥੱਲੇ ਵਾਲੀ ਬੋਰਡ ਆ, ਅਤੇ ਇੱਥੇ ਵੀ ਤੁਸੀਂ ਦੇਖਦੇ ਹੀ ਹੁੰਦੇ ਹੋ ਬੈੱਡ ਭਰੇ ਪਏ ਆ, ਜਗ੍ਹਾ ਨਹੀਂ ਹੈਗੀ ਬੈੱਡ ਲੱਗਣ ਵਾਸਤੇ। ਅਤੇ ਆਹ ਆਕਸੀਜਨ ਦਾ ਸਾਰਾ ਸਿਸਟਮ ਆ, ਇੱਥੇ ਆਕਸੀਜਨ ਦੇ ਸਿਲੰਡਰ ਰੱਖੇ ਆ, ਆਕਸੀਜਨ ਦੀ ਮਸ਼ੀਨ ਲੱਗੀ ਹੋਈ ਆ, ਹੋਸਪਿਟਲ ਨੂੰ ਸਪਲਾਈ ਹੁੰਦੀ ਹੈ ਜਿਹੜੀ ਆਕਸੀਜਨ। ਇਹ ਕਿੱਥੇ ਪਾਉਣਾ, ਐਡਾ ਵੱਡਾ ਪਾਉਣਾ? ਆਪਣੇ ਕੋਲ ਸਲੈਬ ਜੇ ਪਏ ਸੀਗੇ, ਉਹ ਜਿਹੜੇ ਦੋ ਜੋੜ ਕੇ ਨੀ ਪੈਣਗੇ? ਉਹ ਇੱਕ ਹੋਰ ਸਲੈਬ ਕਿੱਡਾ ਵੱਡਾ ਪਿਆ ਉਰੇ ਨੂੰ, ਹੋਰ ਆ ਦੇਖੋ ਕਿੱਡਾ ਕਾ, ਜੇ ਉਹ ਪੈ ਜਾਵੇ ਚੱਕ ਕੇ ਰੱਖ ਦੋ ਉੱਤੇ। ਅਸੀਂ ਕਰ ਵੀਰੇ, ਇਹ ਸਾਡੀ ਐਂਬੂਲੈਂਸ ਖੜੀ ਹੈ ਜੀ, ਗੱਡੀ ਇਹ ਸਾਡੀ ਸ਼ੇਰਨੀ ਗੱਡੀ ਖੜੀ ਹੈ, ਜਿਹਨੇ 8 ਸਾਲ ਹੋ ਗਏ ਸੁਪਨੇ ਦੇ ਘਰ ਦੇ ਇਕੱਲੇ ਇਕੱਲੇ ਬਾਪੂ ਬਜ਼ੁਰਗ ਮਰੀਜ਼ ਭੈਣ ਭਰਾਵਾਂ ਨੂੰ ਇੱਥੇ ਤੱਕ ਲੈ। ਉਹ ਕਾਕਾ ਗੇਟ ਖੋਲਿਓ, ਇੱਧਰ ਰਸੋਈ ਹੈ ਜੀ, ਸਾਡਾ ਕਿਚਨ ਆ, ਇੱਥੇ ਹੁਣ ਪ੍ਰਸ਼ਾਦਾ ਤਿਆਰ ਹੋਣਾ। ਜਿਵੇਂ ਜਿਵੇਂ ਪ੍ਰਸ਼ਾਦਾ ਤਿਆਰ ਹੋ ਕੇ ਸਾਰੇ ਵੰਡਿਆ ਜਾਣਾ, ਇੱਥੇ ਪਨੀਰ ਫਾੜਿਆ ਜਾ ਰਿਹਾ, ਇੱਥੇ ਫਰੂਟ ਕੱਟਿਆ ਜਾ ਰਿਹਾ, ਤਰਬੂਜ, ਪਪੀਤਾ, ਐਪਲ, ਸਿਓ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਇਹ ਸਾਰਾ ਦਿਨ ਵੀਰ ਹੁਣੀ ਸੇਵਾ ਕਰਾਉਂਦੇ ਨੇ ਅਤੇ ਸਿਓ ਕੱਟੇ ਜਾ ਰਹੇ ਨੇ, ਅਸੀਂ ਤੁਰੇ ਫਿਰਦੇ, ਅਸੀਂ ਨਾਲ ਦੀ ਨਾਲ ਛੱਕੀ ਵੀ ਜਾਈਦੀ ਚੀਜ਼, ਕਿਉਂਕਿ ਸਾਰਾ ਦਿਨ ਇੱਦਾਂ ਹੀ ਨਿਕਲ ਜਾਂਦੀ ਹੈ ਜੀ। ਦਿਹਾੜੀ ਬਾਬੇ ਨਾਨਕ ਦੀ ਲਾਈ ਹੋਈ ਡਿਊਟੀ, ਸੰਭਾਲੀ ਹੋਈ ਜ਼ਿੰਮੇਵਾਰੀ, ਹੁਣ ਇੱਧਰ ਭਾਂਡੇ ਧੋਤੇ ਜਾ ਰਹੇ ਆ, ਕੱਲਾ ਕੱਲਾ ਇੱਥੇ ਵਲੰਟੀਅਰ ਵਾਸਤੇ ਪ੍ਰਸ਼ਾਦਾ ਜਿਵੇਂ ਗਰਮ ਰੱਖਣ ਲਈ, ਇੱਥੇ ਦਾਲ ਪਈ ਆ, ਇੱਧਰ ਸਬਜ਼ੀ ਪਈ ਆ ਕੱਦੂ ਦੀ ਬਣੀ ਹੋਈ ਆ, ਰਾਇਤਾ ਪਿਆ ਜੀ ਦਹੀਂ, ਅਤੇ ਇੱਧਰ ਫੁਲਕੇ ਪਏ ਆ, ਇਹ ਗਰਮ ਰਹਿਣੇ ਆ, ਗਰਮਾ ਗਰਮ ਪ੍ਰਸ਼ਾਦਾ।
ਇੱਧਰ ਦੇਖੋ ਸਾਹਮਣੇ ਸੁਪਨੇ ਦੇ ਘਰ ਚ ਆ ਗਏ ਹਾਂ। ਬੋਲਿਆ ਕਿਵੇਂ ਆ? ਚਾਰਜ ਲਵਾ ਦਿੰਦੇ ਹਾਂ, ਚਾਰਜ ਹੈ। ਹੋਰ ਛੋਟੀ ਕੰਛੀ ਜੀ, ਗੁਰੂ ਕੇ ਮਹਿਲ ਮਾਤਾ ਦਮੋਦਰੀ ਜੀ ਮਹਾਰਾਜ ਸਾਨੂੰ ਕਿਹੋ ਜਿਹਾ ਥਾਂ ਤੇ ਸਤਿਕਾਰ ਕਰਾਉਂਦਾ, ਸਵਾ ਘੁਮਾਉਂਦੀ ਭਲਜੇ ਮੈਂ ਧਰਤੀ ਖਿੱਚ ਲਿਆ। ਬਾਬੇ ਜਨਮ ਸਥਾਨ 1470 ਵਿਚ ਹੋਇਆ, ਬਾਬੇ ਦੁੱਤੇ ਜੀ ਦਾ ਨਾਮ ਸਾਹਿਬ ਜਾਦੇ ਦਾ, ਔਰ ਉਥੋਂ ਖੂਹ ਲੱਗਦਾ ਸੀ ਇੱਕ, ਜਦੋਂ ਬਾਬੇ ਪ੍ਰੇਮਨਾਥ ਸਿੰਘ ਨੇ ਯਾਦ ਕੀਤਾ ਆਪਣੇ ਸਰੂਪ ਲੱਗਾ ਮਹਾਰਾਜ ਨੇ, ਤੇ ਵਿਚਾਰੇ ਖੂਹ ਛੱਡ ਕੇ ਗੁਰੂ ਸਰ ਗਏ ਕਿਮੀ ਪਾਤਸ਼ਾਹ ਤੇ ਮਹਾਰਾਜ ਦੀ ਕਿਰਪਾ ਜੀ। ਜੇ ਬਾਗੀਆਂ ਨੇ ਛੱਡਤੀ ਕੋਈ ਰੱਸਾ ਪਾਉਣ ਵਾਲਾ ਵੀ ਹੈਗਾ ਮਹਾਰਾਜ, ਮੈਂ ਦੇਣ ਨੀ ਦੇ ਸਕਦਾ। ਚਾਰਜਰ ਦੇ ਦੇ ਫੋਨ ਦਾ, ਚਾਰਜ ਰੇਡੀਓ ਦਾ। ਇੱਥੇ ਹੁਣ ਸਤਿ ਸ਼੍ਰੀ ਅਕਾਲ ਭੈਣੇ, ਸਤਿ ਸ਼੍ਰੀ ਅਕਾਲ। ਹੁਣ ਪੱਟੀਆਂ ਹੁੰਦੀਆਂ ਸਾਰੇ, ਸਤਿ ਸ਼੍ਰੀ ਅਕਾਲ ਬਾਈ ਜੀ, ਠੀਕ ਠਾਕ ਹੋ? ਜਿਨ੍ਹਾਂ ਦੇ ਪੱਟੀਆਂ ਹੁੰਦੀਆਂ ਜ਼ਖਮ ਆ ਜਿਹਨਾਂ ਲੱਤਾਂ ਬਾਹਾਂ ਤੇ, ਇਹ ਹੋਸਪਿਟਲ ਦੇ ਵਿੱਚ ਪੇਸ਼ੈਂਟ ਮਰੀਜ਼ਾਂ ਦੀ ਲਿਸਟ ਆ ਰੱਖੀ ਹੋਈ। ਸਾਡੇ ਹੋਸਪਿਟਲ ਦੇ ਵਿੱਚ ਜਿੰਨੇ ਵੀ ਪੇਸ਼ੈਂਟ ਐਡਮਿਟ ਨੇ, ਇਲਾਜ ਅਧੀਨ ਨੇ ਜਿਹੜੇ, ਇਹ ਸਾਹਮਣੇ ਆਈ ਸੀ ਯੂ ਆ, ਆਈ ਸੀ ਯੂ ਦੇ ਵਿੱਚ ਵੀ ਪੇਸ਼ੈਂਟ ਐਡਮਿਟ ਨੇ। ਇਹਦੇ ਉੱਪਰ ਹੋਸਪਿਟਲ ਦੇ ਵਿੱਚ ਉੱਪਰ ਵੀ ਇੱਕ ਵਾਰਡ ਬਣੀ ਆ, ਕਰੀਬ 23-24 ਮੈਂਬਰ ਉੱਥੇ ਐਡਮਿਟ ਨੇ। ਇਹ ਆਈ ਸੀ ਯੂ ਦੇ ਵਿੱਚ ਤੁਸੀਂ ਦੇਖੋ ਵਾਹਿਗੁਰੂ ਦੀ ਕਿਰਪਾ ਨਾਲ ਕਿੰਨਾ ਵਧੀਆ ਪ੍ਰਬੰਧ ਸਾਡੇ ਹੋਸਪਿਟਲ ਦੇ ਵਿੱਚ ਹੋ ਗਿਆ ਵਾ। ਸਾਹਮਣੇ ਬਾਪੂ ਲਾਭ ਸਿੰਘ ਜੀ ਬੈਠੇ ਨੇ, ਮੂੰਹ ਦੇ ਉੱਤੇ ਤੁਸੀਂ ਉਹਨਾਂ ਦੇ ਦੇਖੋ ਕਿੱਡੀ ਵੱਡੀ ਰਸੌਲੀ ਆ। ਉਹਦਾ ਹੁਣ ਟ੍ਰੀਟਮੈਂਟ ਚੱਲ ਰਿਹਾ, ਅੱਗੇ ਨਾਲੋਂ ਘੱਟ ਗਈ ਹੈ ਬਹੁਤ। ਤੇ ਇਸੇ ਤਰ੍ਹਾਂ ਸੁਪਨਿਆਂ ਦੇ ਘਰ ਵਿੱਚ, ਸੁਪਨਿਆਂ ਦੇ ਹਸਪਤਾਲ। ਹਾਂ ਮਾਤਾ ਸਤਿ ਸ਼੍ਰੀ ਅਕਾਲ, ਮਨਜੀਤ ਕੋਰੇ ਤਕੜੀ ਆ। ਮੈਂ ਉਧਰ ਪ੍ਰੀਤੀ ਨੂੰ ਮਿਲ ਕੇ ਆਇਆ, ਤੇਰੀ ਧੀ ਨੂੰ ਕਹਿੰਦੀ ਮੈਂ ਠੀਕ ਆ ਬਾਈ ਜੇ ਹੁਣ ਆਈ ਸੀ। ਹਾਂ ਚੁੰਨੀ ਲੈ ਲਾ, ਸਹੁਰਿਆਂ ਸਹੁਰਿਆਂ ਵੱਲੋਂ ਦੇਖਦਾ ਹੁੰਦਾ ਕੋਈ ਵੀਡੀਓ। ਮਾਤਾ ਦੀ ਅੱਖ ਬਣ ਗਈ ਹੈ ਜੀ, ਮਾਤਾ ਦੀ ਅੱਖ ਠੀਕ ਨੀ ਸੀ। ਹਾਂ ਰਣਦੀਪ ਕੋਰੇ ਸਤਿ ਸ਼੍ਰੀ ਅਕਾਲ, ਰਣਦੀਪ ਭੈਣ ਦੀ ਤੁਸੀਂ ਵੀਡੀਓ ਦੇਖੀ ਆ, ਸੰਗਲ ਨਾਲ ਬੰਨ ਕੇ ਰੱਖਣਾ ਪੈਂਦਾ ਸੀ ਭੈਣ ਨੂੰ ਘਰੇ। ਚੰਦ ਬਾਜਾ ਪਿੰਡ ਆ ਭੈਣ ਦਾ, ਫਾਦਰ ਸਾਹਿਬ ਇਹਨਾਂ ਦੇ ਗ੍ਰੰਥੀ ਸਿੰਘ ਸੀਗੇ, ਸਾਰੀ ਉਮਰ ਗ੍ਰੰਥੀ ਸਿੰਘ ਦੀ ਸੇਵਾ ਨਿਭਾਈ ਆ। ਇੱਦਾਂ ਹੀ ਇਹ ਰਣਵੀਰ ਆ ਜੀ ਬੱਚਾ, ਇਹ ਦਾਦੀ ਆ ਤੇ ਦਾਦਾ ਇਹਦਾ ਇੱਥੇ। ਰਣਵੀਰ ਦੀ ਤੁਸੀਂ ਹਾਲ ਦੇਖੋ, ਹੱਥ ਪੈਰ ਐ ਮੁੜੇ ਹੋਏ ਨੇ, ਕੀ ਕਹੀਏ, ਕੁਛ ਕਹਿਣ ਨੂੰ ਵੀ ਲਫ਼ਜ਼ ਨਹੀਂ ਬਚਦੇ। ਮਾਂ ਦਾ ਜਿਹੜਾ ਪੁੱਤ ਸੀਗਾ ਉਹ ਵੀ ਚਿੱਟਾ ਲਾਉਂਦਾ ਸੀ, ਚਿੱਟੇ ਦੀ ਭੇਟ ਚੜ੍ਹ ਗਿਆ। ਮਾਂ ਦੀ ਜਿਹੜੀ ਨੂੰਹ ਸੀ ਰਾਜਵੀਰ ਦੀ ਮੰਮੀ ਸੀ ਜਿਹੜੀ, ਉਹ ਵੀ ਚਿੱਟਾ ਲਾਉਂਦੀ ਸੀ, ਉਹ ਵੀ ਚਿੱਟੇ ਦੀ ਭੇਟ ਚੜ੍ਹ ਗਈ। ਆ ਬੱਚਾ ਪਿੱਛੇ ਅਪਾਹਜ ਪੈਦਾ ਹੋਇਆ, ਕਿਉਂਕਿ ਜਦੋਂ ਇਹ ਪੇਟ ਸੀ ਉਦੋਂ ਵੀ ਉਹ ਟੀਕੇ ਲਾਉਂਦੇ ਰਹੇ ਤੇ ਉਹਦਾ ਅਸਰ ਰਣਵੀਰ ਤੇ ਹੋ ਗਿਆ। ਹੁਣ ਦਾਦਾ ਦਾਦੀ ਵਿਚਾਰੇ, ਹੇ ਵਾਹਿਗੁਰੂ। ਏਦਾਂ ਹੀ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਹਸਪਤਾਲ ਚ ਦਾਖਲ ਨੇ, ਕਿਵੇਂ ਆ ਬਈ? ਜਿਸ ਕਾਰਨ ਇਹ ਸਾਡਾ ਸੇਵਾਦਾਰ ਵੀ ਆ ਮੁੰਡਾ, ਸਾਡਾ ਸਟੂਡੈਂਟ ਵੀ ਆ, ਸਾਡੇ ਘਰ ਦਾ ਪਲੇਅਰ ਵੀ ਆ। ਇਹ ਥੋੜਾ ਬਿਮਾਰ ਹੋਇਆ ਹੋਇਆ। ਬਾਪੂ ਕੀ ਹਾਲ ਨੇ? ਬਰਿਆਮ ਸਿਆ ਠੀਕ ਨੀ? ਅਵਤਾਰ ਸਿੰਘ ਨੂੰ ਫੋਨ ਕਰਕੇ ਸੱਦੀਏ, ਕੀ ਜੂਸ ਪੀ ਰਿਹਾ? ਪੀਲਾ ਪੀਲਾ ਪਹਿਲਾਂ ਜੂਸ ਪੀ। ਅਵਤਾਰ ਸਿੰਘ ਨੂੰ ਸੱਦ ਲਈਏ, ਫਿਰ ਸੱਦਦੇ ਹਾਂ। ਇਹਦੇ ਬੇਟੇ ਆ ਬਾਪੂ ਦੇ ਤਿੰਨ। ਬਾਈ ਗੁੱਸਾ ਗਿੱਲਾ ਛੱਡ ਦੋ ਯਾਰ, ਇੱਕ ਤਾਂ ਆ ਗਿਆ ਵਿਚਾਰਾ, ਉਹ ਤਾਂ ਤੁਰ ਵੀ ਨਹੀਂ ਸੀ ਹੁੰਦਾ,
ਕੁਰਸੀ ਦਾ ਸਹਾਰਾ ਸਹੂਰਾ ਲਾ ਕੇ ਇੱਥੇ ਪਹੁੰਚੇ, ਉਹਦਾ ਚੂੜਾ ਟੁੱਟਿਆ ਹੋਇਆ। ਜਿਹੜੇ ਦੋ ਆ, ਇੱਕ ਪੰਜਾਬ ਪੁਲਿਸ 'ਚ ਜੋਬ ਕਰਦਾ, ਇੱਕ ਬਾਈ ਜੱਜ ਦੀ ਗੱਡੀ ਚਲਾਉਂਦਾ। ਮਤਲਬ ਯਾਰ ਤੁਸੀਂ ਦੋ ਜਾਣੇ ਕਿੱਡਾ ਗੁੱਸਾ ਕਰੀ ਬੈਠੇ ਹੋ ਬਾਪੂ ਨਾਲ, ਭੁੱਲ ਜਾਓ ਯਾਰ ਬਾਈ ਗੁੱਸਾ ਕਰੀ, ਮਿਲ ਜਾਓ ਅੱਗੇ ਪਿਓ ਆ ਤੁਹਾਡਾ ਯਾਰ ਬਾਈ। ਇੱਧਰ ਸਾਡੇ ਡਾਕਟਰ ਜਸਵਿੰਦਰ ਕੌਰ, ਸਤਿ ਸ਼੍ਰੀ ਅਕਾਲ ਭੈਣੇ, ਡਾਕਟਰ ਜਸਵਿੰਦਰ ਜੀ ਬੈਠੇ ਨੇ। ਇੱਧਰ ਸਾਡੇ ਪਰਿਵਾਰ ਦੇ ਮੈਂਬਰ, ਸਭ ਤੋਂ ਭਾਰੀ ਮੈਂਬਰ ਜਸਵਿੰਦਰ ਸਿੰਘ ਜੀ, ਹੁਣ ਅੱਗੇ ਨਾਲੋਂ ਠੀਕ ਨੇ ਬਾਪੂ, ਤਕੜਾ ਅੱਗੇ ਨਾਲੋਂ ਠੀਕ ਹੋ ਚੱਲੇ ਨੇ। ਜ਼ਖਮ ਵੀ ਠੀਕ ਆ, ਥੱਲੇ ਜਿਹੜਾ ਇਹਨਾਂ ਦੇ ਟੈਸਟੀਕਲ ਦੇ ਵਿੱਚ ਜ਼ਖਮ ਸੀ ਬਹੁਤ ਵੱਡਾ। ਹੌਲੀ ਹੌਲੀ ਸਟੈਪ ਬਾਏ ਸਟੈਪ ਲੱਗੇ ਹੋਏ ਆ ਜੀ। ਇੱਥੇ ਹੁਣ ਜਿਹੜੀ ਡਾਇਟ ਵੰਡੀ ਜਾਂਦੀ ਹੈ ਹੋਸਪਿਟਲ ਦੀ, ਉਹ ਸਾਰੀ ਡਾਇਟ ਇੱਥੇ ਆਉਂਦੀ ਆ, ਇਹਨਾਂ ਵੱਲੋਂ ਵੰਡੀ ਜਾਂਦੀ ਆ। ਇਹ ਵੀਰਾ ਆਪਣੀ ਸ਼ਾਲੂ ਭਾਟੀਆ ਭੈਣ ਅਤੇ ਸੁਮਨ ਭਾਟੀਆ ਨੂੰ ਲੈ ਕੇ ਆਇਆ ਹੋਇਆ ਨਾਲ, ਸਾਡੇ ਤੁਸੀਂ ਦੇਖੀ ਸੀ ਵੀਡੀਓ ਸਾਹਨੇਵਾਲ ਤੋਂ ਲੈ ਕੇ ਆਏ। ਇਹ ਬਾਪੂ ਸ਼ਿਸ਼ੂਪਾਲ ਜੀ ਆਪ ਪੇਸ਼ੈਂਟ ਸੀ, ਲੱਤ ਕੱਟੀ ਹੋਈ ਆ। ਇੱਧਰ ਉੱਪਰ ਸਾਡਾ ਜਿਹੜਾ ਹੋਸਪਿਟਲ ਦਾ ਸਾਰਾ ਰਿਕਾਰਡ ਮੇਨਟੇਨ ਕਰਦਾ ਵੀਰਾ ਜਗਦੇਵ, ਉਹ ਬੈਠਾ। ਓ ਪੀ ਡੀ ਸਲਿੱਪਾਂ ਕੱਟਣੀਆਂ, ਇਸ ਹੋਸਪਿਟਲ ਦੇ ਵਿੱਚ 1 ਰੁਪਈਏ ਦੀ ਪਰਚੀ ਜਾਂ ਬਿੱਲ ਨਹੀਂ ਦਿੱਤਾ ਜਾਂਦਾ ਜਾਂ ਕੱਟਿਆ ਜਾਂਦਾ ਕਿਸੇ ਦਾ, ਪਰ ਰਿਕਾਰਡ ਮੇਨਟੇਨ ਕਰ ਰਹੇ ਆ ਸਾਰਾ। ਇੱਧਰ ਓ ਪੀ ਡੀ ਬਣੀਆਂ ਵਾ ਸਾਡੀਆਂ, ਓ ਪੀ ਡੀਆਂ ਦੇ ਵਿੱਚ ਜਿਵੇਂ ਜਿਵੇਂ ਡਾਕਟਰਾਂ ਦੀਆਂ, ਸਤਿ ਸ਼੍ਰੀ ਅਕਾਲ, ਇਹ ਸਾਡੇ ਡੈਂਟਿਸਟ ਨੇ, ਇਹ ਵੀਰਾ ਡੈਂਟਿਸਟ ਦਾ ਉਹ ਹੈਲਪਰ ਨੇ ਡਾਕਟਰ ਦਿਵਿਆ ਮੈਡਮ ਦੇ, ਅਤੇ ਇਹ ਉਹਨਾਂ ਦਾ ਦੰਦਾਂ ਵਾਲੇ ਡਾਕਟਰ ਦਾ ਸਾਰਾ ਸੈਟਅਪ ਆ। ਦਿਵਿਆ ਮੈਡਮ ਸਾਡੇ, ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਕਰਦੇ ਹਾਂ। ਡੈਂਟਿਸਟ ਨੇ ਮੈਡਮ ਸਾਡੇ ਜਗਰਾਉਂ ਤੋਂ, ਡਾਕਟਰ ਕਲਿਆਣੀ ਉਹਨਾਂ ਦੇ ਬੇਟੀ ਨੇ, ਅਤੇ ਇੱਥੇ ਲੁਧਿਆਣੇ ਅਗਰ ਨਗਰ ਮੈਰਿਡ ਨੇ। ਉੱਥੋਂ ਭੈਣ ਆਈ ਸਾਡੇ ਕੋਲ, ਕਹਿੰਦੇ ਵੀਰੇ ਮੈਂ ਸੇਵਾ ਕਰਾਉਣ ਆਇਆ ਕਰਨਾ। ਹਫ਼ਤੇ 'ਚੋਂ 3 ਉਹ ਭੈਣ ਸਾਡੇ ਕੋਲ ਅਤੇ ਫ੍ਰੀ ਆਫ ਕੋਸਟ ਸੇਵਾ ਕਰਦੇ ਨੇ ਡੈਂਟਿਸਟ ਦੀ ਸੇਵਾ। ਅਤੇ ਓ ਪੀ ਡੀ ਨੇ ਡਾਕਟਰ ਸਾਡੇ ਜਿਹੜੇ ਆਪਣਾ ਅਗਰਵਾਲ, ਤੁਸ਼ਾਰ ਅਗਰਵਾਲ ਜੀ ਦਾ, ਡਾਕਟਰ ਜਸਵਿੰਦਰ ਕੌਰ ਭੈਣ ਜੀ, ਡਾਕਟਰ ENT ਵਾਲੇ ਉਹਨਾਂ ਦਾ, ਅਤੇ ਇਹ ਫਿਜੀਓਥਰੈਪੀ ਵਾਰਡ ਆ ਸਾਡੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਇਹ ਡਾਕਟਰ ਨਵਜੋਤ ਫਿਜੀਓਥਰੈਪਿਸਟ ਅਤੇ ਡਾਕਟਰ ਅਨਮੋਲ ਫਿਜੀਓਥਰੈਪਿਸਟ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਠੀਕ ਹੋ? ਸਤਿ ਸ਼੍ਰੀ ਅਕਾਲ ਬਾਪੂ। ਜਿਵੇਂ ਬਾਪੂ ਨੂੰ ਤੁਸੀਂ ਦੇਖਿਆ ਸੀਗਾ, ਉਸ ਦਿਨ ਵੀਰੇ ਹੁਣ ਛੱਡ ਕੇ ਗਏ ਬੰਗਾਲ ਤੋਂ, ਕਲਕੱਤੇ ਤੋਂ ਬਾਈ ਨੂੰ ਲੈ ਕੇ ਆਏ ਸੀਗੇ। ਉੱਥੇ ਢਾਬੇ 'ਤੇ ਕੰਮ ਕਰਦਾ ਸੀ, ਇਹ ਦਰੰਗ ਹੋ ਗਿਆ, ਸਰੀਰ ਖੜ ਗਿਆ ਬਾਈ ਦਾ ਸਾਰੇ। ਅਤੇ ਇੱਦਾਂ ਹੀ ਇਹ ਬੱਚੇ ਨੂੰ ਜਲੰਧਰ ਤੋਂ ਲੈ ਕੇ ਆਏ ਸੀ, ਇਹਦੀਆਂ ਮੰਨ ਲਓ ਇੱਕ ਬਾਂਹ ਟੁੱਟੀ ਹੋਈ ਸੀ, ਇੱਕ ਲੱਤ ਟੁੱਟੀ ਹੋਈ ਸੀ। ਸਾਲ ਵਾਂਗੂ ਹੀ ਹੋ ਚੱਲਿਆ, ਮੰਜੇ 'ਤੇ ਹੀ ਆ, ਹਜੇ ਵੀਲ ਚੇਅਰ 'ਤੇ ਹੀ ਆ, ਹੁਣ ਥੋੜ੍ਹਾ ਥੋੜ੍ਹਾ ਤੁਰਨ ਲੱਗਿਆ। ਇਹਦੀ ਵੀ ਮੰਨ ਲਓ ਜਿਹੜੀ ਫਿਜੀਓਥਰੈਪੀ ਹੁੰਦੀ ਆ, ਇੱਦਾਂ ਦੀਆਂ ਫਿਜੀਓਥਰੈਪੀ ਮਸ਼ੀਨਾਂ, ਸਾਈਕਲ ਵਗੈਰਾ, ਹੋਰ ਵਾਹਿਗੁਰੂ ਜੀ ਦੀ ਬੜੀ ਕਿਰਪਾ, ਸੰਗਤ ਪੁਰਾਣੀਆਂ ਚੀਜ਼ਾਂ ਵੀ ਚਾਹੇ ਭੇਜ ਦਿੰਦੀ, ਸਾਡੇ ਬਹੁਤ ਕੰਮ ਆਉਂਦੀ ਆ। ਇਹ ਮੰਨ ਲਓ ਡਰੈਸਿੰਗ ਵਾਸਤੇ ਆ, ਪੱਟੀਆਂ ਵਾਸਤੇ ਆ ਰੂਮ, ਇੱਥੇ ਪੱਟੀਆਂ ਕੀਤੀਆਂ ਜਾਂਦੀਆਂ, ਡਰੈਸਿੰਗ ਕੀਤੀਆਂ ਜਾਂਦੀਆਂ ਵਾ। ਕਾਕਾ ਜੀ ਆ ਦਿਨੇ ਬਿਸਤਰੇ ਚੁਕਾ ਰਿਹਾ ਕਰੋ, ਬੱਬਲ ਆ ਚੁਕਾਓ, ਆ ਚਾਦਰਾਂ ਚੱਕ ਦਿਓ, ਮੰਜੇ ਵਰਤਣੇ ਨਹੀਂ ਗੇ ਦਿਨੇ, ਦਿਨੇ ਨਹੀਂ ਇਹਨਾਂ 'ਤੇ ਕੋਈ ਪੈਣਾ ਚਾਹੀਦਾ। ਇਹ ਰਾਤ ਨੂੰ ਰੈਲੇਟਿਵਸ ਵਾਸਤੇ ਆ, ਦਿਨ ਵਾਸਤੇ ਨਹੀਂ। ਹੋਰ ਗਰੇਵਾਲ ਸਾਹਿਬ ਠੀਕ ਹੋ? ਠੀਕ ਹੈ ਜੀ। ਇਹ ਸਾਡਾ ਸੁਪਨਿਆਂ ਦਾ ਹਸਪਤਾਲ ਆ। ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਭੋਗ ਪੈ ਗਿਆ ਵਾ, ਸੰਗਤ ਗੁਰੂ ਘਰ ਤੋਂ ਬਾਹਰ ਆ ਰਹੀ ਹੈ ਸਾਰੀ। ਅਤੇ ਇਹ ਸਾਰਾ ਜਿਹੜਾ ਤੁਹਾਡਾ ਰਾਊਂਡ ਲਵਾਇਆ ਚਾਰੇ ਪਾਸੇ ਅੱਜ ਸੁਪਨਿਆਂ ਦੇ ਘਰ ਦਾ, ਅਤੇ ਇਹ ਸਾਰੇ ਇਹਨਾਂ ਸੁਪਨਿਆਂ ਦੇ ਘਰ ਦੇ ਮੈਂਬਰ, ਰੱਬ ਰੂਪੀ ਮੈਂਬਰਾਂ ਦਾ ਪ੍ਰਤਾਪ ਆ। ਹਾਂ, ਉੱਥੇ ਫੜਾ ਕੇ ਆ, ਉੱਥੇ ਫੜਾ ਕੇ ਜਾ, ਉਹ ਬਾਬੇ ਨੂੰ ਫੜਾਇਆ ਜਾ, ਬਾਬਾ ਜੀ ਨੂੰ, ਹੋਰ ਗੇਟ 'ਤੇ ਬੈਠੇ ਬਾਬਾ ਜੀ, ਜਾਂ ਫੜਾ ਕੇ ਭੱਜ ਗਏ।
ਸੁੱਖੇ ਤੋਂ ਰੁਮਾਲ ਫੜ ਕੇ ਫੜਾ ਕੇ ਉੱਥੇ ਫੜਾਇਆ। ਇਹ ਸੁੱਖਾ ਵੀਰਾ ਜਦੋਂ ਲੈ ਕੇ ਆਏ ਸੀ ਵੀਰੇ ਨੂੰ, ਤੁਸੀਂ ਦੇਖਿਆ ਇਹਦੇ ਡੈਡੀ ਸੀ ਮਾਸਟਰ ਜੀ, ਇਹਨਾਂ ਨੂੰ ਧਾਮੀਆਂ ਬੱਬਰਾਂ ਦੀਆਂ ਧਾਮੀਆਂ ਪਿੰਡ ਤੋਂ ਲਿਆਏ ਸੀ। ਰਵੀ ਬਾਬੇ ਕਰਦੇ ਗੱਲ, ਦੋ ਮਿੰਟ ਵੀਰੇ। ਰਵੀ ਬਾਬਾ ਜੀ ਨੇ ਸਾਡੇ ਆਜ਼ਾਦ ਬਾਬੇ ਸਤਿ ਸ੍ਰੀ ਅਕਾਲ, ਹੋਰ ਬਾਈ ਠੀਕ ਆ? ਉਹ ਨਾ ਬਾਈ ਨਾ, ਉਹ ਨਾ ਬਾਈ ਨਾ। ਤੇ ਇੱਦਾਂ ਹਰ ਇੱਕ ਮੈਂਬਰ ਦੀਆਂ ਜ਼ਿੰਦਗੀਆਂ ਜਿਹੜੀਆਂ ਸਾਡੇ ਨਾਲ ਜੁੜੀਆਂ, 4000 ਦੇ ਕਰੀਬ ਮੈਂਬਰ ਆਪੋ ਆਪਣੇ ਘਰਾਂ ਚਲੇ ਗਏ ਆ, 700 ਦੇ ਕਰੀਬ ਉਸ ਘਰ ਵੀ ਚਲੇ ਗਏ ਆ। ਉਹਦੀਆਂ ਉਹੀ ਜਾਣ ਜਿਹੜਾ ਗੁਰੂ ਸਾਹਿਬ ਨੇ ਇਸ ਘਰ ਦਾ ਹਿੱਸਾ ਬਣਾਇਆ ਸਾਨੂੰ। ਬਾਪੂ ਨਿਸ਼ਾਨ ਸਿੰਘ ਜੀ ਆ ਰਿਹਾ, ਆਪਾਂ ਲੈਂਦੇ, ਮੈਂ ਦੇ ਦਿੰਦਾ। ਬਾਪੂ ਨਿਸ਼ਾਨ ਸਿੰਘ ਜੀ ਨੂੰ ਤੁਸੀਂ ਜਾਣਦੇ ਹੋ ਸਾਰੇ, ਸਾਡੇ ਘਰ ਦੇ ਗ੍ਰੰਥੀ ਸਿੰਘ ਨੇ, ਸੇਵਾਦਾਰ ਨੇ, ਗੁਰੂ ਘਰ ਦੇ ਵਜ਼ੀਰ ਨੇ, ਬਰਤਾ ਦਿਓ ਬਾਪੂ। ਅਤੇ ਬਸ ਗੁਰੂ ਦੀ ਕਿਰਪਾ ਇੱਦਾਂ ਹੀ ਬਣੀ ਰਹੇ। ਚੱਲ ਅਤੇ ਸੇਵਾਵਾਂ ਮਹਾਰਾਜ ਸੱਚੇ ਪਾਤਸ਼ਾਹ ਲੈਂਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਤਾ ਨੇ ਗੱਲ ਕਰਿਆ।